ਕਿ ਵੱਡਾ ਕੋਈ ਬੇਟਾ ਹੋਵੇ ਉਹ ਬੋਲੇ ਨਾ ਤੇ ਮੈਂ ਤਾਂ ਇਹੀ ਤਰਸ ਰਿਹਾ ਕਿ ਮੈਨੂੰ ਡੈਡੀ ਕਿੱਦਾਂ ਨਹੀਂ ਚਲੋ ਪਾਜੀ ਐਮੋਸ਼ਨਲ ਨਹੀਂ ਹੋਣਾ ਤੁਸੀਂ ਪਹਿਲਾਂ ਕਹਿੰਦੇ ਤਲੂਆ ਜੀ ਜਿੱਦਾਂ ਕੁਝ ਜਿਵੇਂ ਕਹਿਦਾ ਕਿ ਊਮੀ ਵੀ ਦਿਖਾ ਲੈ ਕਿ ਫਿਰ ਬਾਅਦ ਵਿੱਚ ਪਤਾ ਲੱਗਾ ਕਿ ਉਹਨਾਂ ਦੇ ਦਿਮਾਗ ਵਿੱਚ ਪਾਣੀ ਭਰਿਆ ਹੋਇਆ ਹੈ ਨਾੜਾ ਬਲਾਕ ਇਹ ਛੋਟੀ ਗੱਲ ਨਹੀਂ ਹੁੰਦੀ ਕੋਈ ਬੇਟਾ ਤੇ ਉਹ ਵੀ ਰੱਬ ਨੇ ਮੈਂ ਤਾਂ ਹੁਣ ਵੀ ਜਿੱਥੇ ਕੋਈ ਕਹਿ ਦਿੰਦਾ ਉੱਥੇ ਹੀ ਚਲਾ ਜਾਂਦਾ ਵੀ ਇੱਥੋਂ ਵੀ ਠੀਕ ਹੋ ਜੇ ਇੱਥੋਂ ਵੀ ਠੀਕ ਮੈਂ ਤਾਂ ਇੱਕ ਗੱਲ ਤੇ ਇਹ ਵੀ ਯਕੀਨ ਕਰਦਾ ਕਿ ਜੋ ਰੱਬ ਨੇ ਕੀਤਾ ਉਹ ਠੀਕ ਹੈ ਜਿੰਨੀਆਂ ਮੇਰੇ ਕੁੜੀਆਂ ਆਈਆਂ ਤਿੰਨ ਉਹਨਾਂ ਮੈਂ ਪਾਲਟੀ ਕੀਤੀ ਹੈ ਪੁੱਲ ਜਦੋਂ ਬੇਟੇ ਨਹੀਂ ਕਰਦੇ ਉਦੋਂ ਮੇਰੇ ਲਈ ਰੱਬ ਨੇ ਮਿਲੀਆਂ ਧੀਆਂ ਬਹੁਤ ਜ਼ਿਆਦਾ ਬਹੁਤ ਘੈਂਟ ਨੇ ਮੈਂ ਜਦੋਂ ਵੀਡੀਓ ਕੱਢੀ ਆ ਵੇਖਿਆ ਤੁਹਾਡੇ ਬਾਰੇ ਸਰਚ ਕੀਤਾ ਤਾਂ ਇੱਕ ਗਾਣਾ ਸੀ ਤੇਰੇ ਵਿਆਹ ਦੀ ਮੂਵੀ ਹਾੜ ਦੀਏ ਮੈਨੂੰ ਉਦੋਂ ਉਦੋਂ ਸਿਸਕਮੇ ਯਦਾਂ ਦਾ ਚਾਹਦਾ ਸੀ ਯਾਰ ਐਜਾ ਕਿਹੜਾ ਆਸ਼ਕ ਹੈ ਜਿਹੜਾ ਕੈਮਰਾ ਚੱਕੀ ਫਿਰਦਾ ਮਸ਼ੂਕ ਦੇ ਵਿਆਹ 'ਚ ਮੈਂ ਜੇ ਤਾਂ ਤੁਹਾਡੀ ਕੱਚੇ ਕੋਠੇ ਦੀ ਵੀਡੀਓ ਦੇਖਦਾ ਤਾਂ ਮੈਨੂੰ ਲੱਗਦੀ ਵੀ ਜਦੋਂ ਹੁਣ ਕਲਾਕਾਰ ਗਾਣਾ ਕਰਦੇ ਆ ਤੇ ਉਹ ਤਾਂ ਕੱਲੀ ਸ਼ਰਟ ਵੀ ਮਸਾਂ ਪਾਉਂਦੇ ਆ ਤੁਸੀਂ ਕੋ ਸ਼ਰਟ ਪਾਈ ਉਤੋਂ ਦੀ ਕੋਟ ਵੀ ਪਾਇਆ ਹੋਇਆ ਐਨੀ ਤੁਹਾਨੂੰ ਕਿਹੜਾ ਕੱਕਰ ਖਾਂਦਾ ਸੀਗਾ ਜਿੰਨਾ ਤੁਸੀਂ ਉਸ ਵੀਡੀਓ 'ਚ ਡਰ ਰਹੇ ਹੋ ਕਦੇ ਕਿਸੇ ਕੁੜੀ ਦਾ ਹੱਥ ਫੜਿਆ ਵਿਆ ਤਾਂ ਪਹਿਲਾਂ ਨਾ ਬਾਈ ਉਹ ਵੀਡੀਓ 'ਚ ਹੀ ਦੇਖਿਆ ਨੂੰ ਤੁਸੀਂ ਮੈਂ ਤਾਂ ਪੱਲੀ 'ਚ ਵਿਚਵੜਨ ਨੀ ਕਰਦਾ ਉਸ ਨੇ ਯਾਰ ਮਾਰ ਵੀ ਕੀਤੀ ਤੁਹਾਨੂੰ ਪਤਾ ਹੀ ਇਹ ਤਾਂ ਇਹ ਤਾਂ ਪਹਿਲਾ ਵੀ ਲਵਜੀਤ ਨੂੰ ਉਹਨਾਂ ਕੌੜੇ ਬੋਲਾਂ ਨੇ ਨਹੀਂ ਲਿਆਂ ਜਿੰਨਾਂ ਨੂੰ ਕੌੜੇ ਪਾਣੀ ਨੇ ਮਾਰ ਲਿਆ ਤੇ ਲੋਕਾਂ ਨੂੰ ਨਹੀਂ ਪਤਾ ਸੀ ਇਸ ਗੱਲ ਦਾ ਕਿ ਮੇਰੇ ਬੇਟੇ ਨੂੰ ਕੋਈ ਪ੍ਰੋਬਲਮ ਹੈ ਤੇ ਲੋਕਾਂ ਨੇ ਤਾਂ ਫਿਰ ਕਹਿਣਾ ਹੀ ਮਾਸ਼ੇ ਦੇ ਹੱਥ ਸੀ ਮੈਂ ਇਹਨੂੰ ਲੈ ਕੇ ਜਾਣਾ ਮਹਿਫਲਾਂ ਤੇ ਮੈਂ ਬਿਠਾਉਣਾ ਮੂਰੇ ਨੇ ਪਿੱਛੇ ਹੋ ਜਾਣਾ ਮੈਂ ਦੇਖਣਾ ਯਾਰ ਕਿੱਧਰ ਗਿਆ ਮਾਸ਼ੇ ਫੇਰ ਮੂਰੇ ਕਰਨਾ ਵੀ ਮਾਸ਼ੇ ਤੂੰ ਇੱਥੇ ਆ ਤਨਪ੍ਰੀਤ ਬਾਈ ਦਾ ਨਾ ਕਿ ਗੀਤ ਸੀਗਾ ਵਿਛੜ ਗਏ ਸੱਜਣਾ ਦੀ ਆਉਂਦੀ ਮਹਿਕ ਖਵਾ ਚੋਰਾਂ ਦੀ ਆਉਂਦੀ ਹੈ ਹੱਲੇ ਵੀ ਮਹਿਕ ਫਰਿਆਦ ਦੀ ਪੂਰੀ ਜਿਉਂ ਬਾਈ ਜੀ ਦੁਨੀਆ ਤੋਂ ਗਏ ਨੇ ਉਹ ਗਲੀ ਨਹੀਂ ਗਿਆ ਅਜੇ ਤੱਕ ਨਾ ਦਿਲ ਟੁੱਟਦਾ ਨਾ ਦਰਦ ਹੁੰਦਾ ਜੇ ਪਹਿਲਾਂ ਹੀ ਠੋਕਰ ਮਾਰ ਦਿੰਦੀ ਨੀ ਜੇ ਪਹਿਲਾਂ ਹੀ ਠੋਕਰ ਮਾਰਾ ਵਜੂ ਬਹੁਤ ਜ਼ਰੂਰੀ ਹੈ ਦੇ ਵਿੱਚ ਫਕੀਰੀ ਵਿੱਚ ਤੇ ਸਾਡੇ ਨੂੰ ਤਾਂ ਇਹ ਨਹੀਂ ਪਤਾ ਕਿ ਬਾਥਰੂਮ ਕਿੱਦਾਂ ਕਰਨਾ ਬੈਠ ਕੇ ਕਰਨਾ ਖੜ ਕੇ ਕਰਨਾ ਤੇ ਬਾਬਾ ਜੀ ਕਿੱਥੋਂ ਆ ਜਾਣਗੇ ਉਹਨਾਂ 'ਚ ਹੈਗੇ ਨੇ ਡੇਰੇ ਜਿਹੜੇ ਪਾਵਰ ਵਾਲੇ ਨੇ ਪਰ ਜਿਹੜੇ ਜਾਲੀ ਆ ਗਏ ਉਹਨਾਂ ਨੇ ਖਰਾਬ ਕਰਤਾ ਸਾਰੇ ਗਾਣੇ ਨੂੰ ਵੀ ਖਰਾਬ ਕਰਤਾ ਡੇਰਿਆਂ ਨੂੰ ਵੀ ਖਰਾਬ ਕਰਤਾ ਲੋਕ ਕਹਿੰਦੇ ਵੀ ਲਵਜੀਤ ਨੇ ਕਿਸੇ ਬਾਬੇ ਨੂੰ ਪਾਸਪੋਰਟ ਨਹੀਂ ਦਿੱਤਾ ਤੋਤਾ ਤੁਣੀ ਸ਼ੋਹ ਹਾਂਜੀ ਘਰ ਦੇ ਵਿੱਚ ਹੀ ਪ੍ਰੋਗਰਾਮ ਤੇ ਵਿਆਹ ਵਾਲੇ ਮੁੰਡੇ ਦੇ ਡੈਡੀ ਆ ਗਏ ਉਹਨਾਂ ਨੇ ਛੱਤੀ ਚੱਕੀ ਜਿਹੜੀ ਸਮਝਦੇ ਹੋ ਹਾਂਜੀ ਹਾਂ ਅੱਗ ਲਾਉਣੇ ਜੀ ਉਹਨੂੰ ਮੂਹਰੋਂ ਪਾੜ ਕੇ ਤੇ 50 ਰੁਪਏ ਟੰਕ ਕੇ ਗਾਉਣ ਵਾਲੀ ਕੁੜੀ ਦੇ ਨੱਕ ਚ ਪਾ ਰਹੇ ਆ ਜੀ ਇਹ ਕੌਣ ਆ ਜੀ ਇਹ ਵਿਆਹ ਵਾਲੇ ਮੁੰਡੇ ਦੇ ਡੈਡੀ ਆ ਜੀ ਮੈਂ ਟਾਈ ਲਾਈ ਹੋਈ ਤੇ ਮੈਨੂੰ ਕਿਸੇ ਨੇ ਫਰਮਾਇਸ਼ ਇਦਾਂ ਟਾਈ ਫੜ ਕੇ ਕਰਤੀ ਮੈਂ ਨਾਰਮਲ ਲੈ ਕੇ ਤੇ ਭਾਈ ਭਾਈ ਜਦੋਂ ਉਹਦੇ ਮਾਰਿਆ ਤੇ ਪੁੱਛਿਆ ਕਹਿੰਦੇ ਇਹ ਪੁਰਾਣਾ ਵੀ ਵਿਆਹ ਵਾਲੇ ਮੁੰਡੇ ਦਾ ਜੀਜਾ ਠੀਕ ਹੈ ਜੀ ਹੁਣ ਤੁਸੀਂ ਹਿਸਾਬ ਲਾ ਲਓ ਫਿਰ ਘਰੇ ਪ੍ਰੋਗਰਾਮ ਹੋਵੇ ਇੱਥੇ ਉਹਦੇ ਅਸਲਾ ਟੰਗਿਆ ਹੋਇਆ ਤੇ ਬਾਈ ਨੇ ਮਾਰਿਆ ਖਿੱਚ ਕੇ ਕਲਾਕਾਰ ਉਹ ਤੁਹਾਡੇ ਹੀ ਘਰਾਣੇ ਦਾ ਮੁੰਡਾ ਤੇ ਉਹਦੀ ਇੱਕ ਵੀਡੀਓ ਬੜੀ ਵਾਇਰਲ ਹੋਰੀ ਵੀ ਉਹਨੂੰ 5-7 ਬੌਂਸਰਾਂ ਨੇ ਲਕੋਲ ਕੋ ਕੇ ਲੈ ਜਾ ਰਹੇ ਆ ਤੇ ਇੱਕ ਬੰਦੇ ਦਾ ਕਹਿਣਾ ਸੀਗਾ ਕਹਿੰਦਾ ਯਾਰ ਇਹਨੂੰ ਬੋਰੀ ਚ ਹੀ ਪਾ ਲਿਓਂਦੇ ਇੰਨੀ ਲਕੋਣ ਦੇ ਨਾਲ 30 ਤੀ ਪੌਂਸਰ ਵੀ ਰੱਖਦੇ ਉਹਨੇ ਸਾਜੀ ਨਹੀਂ ਹੁੰਦੇ ਜਿੰਨੇ ਬੌਂਸਰ ਹੁੰਦੇ ਇਹ ਜਦੋਂ ਅਸੀਂ ਰੱਬ ਨੂੰ ਤੱਬ ਦੱਸਦੇ ਆ ਨਾ ਉਦੋਂ ਪੀੜਾ ਜਾਂਦੀ ਹੈ ਅਸੀਂ ਲੋਕ ਇਹੋ ਜਿਹੇ ਮਾੜਾ ਜਿਹਾ ਸਾਡਾ ਕੰਮ ਚੱਲ ਗਿਆ ਪੈਸੇ ਆ ਗਏ ਅੱਛੀ ਗੱਡੀ ਆ ਗਈ ਅਸੀਂ ਰੱਬ ਨੂੰ ਵੀ ਭੁੱਲ ਜਾਂਦੇ ਜੀਨੇ ਦਿੱਤਾ ਬੜੇ ਬੜੇ ਤਾਨੇ ਚੱਲੇ ਨੇ ਇਹਨੇ ਕਿ ਕੁਛ ਨਹੀਂ ਬਣਾਇਆ ਇਹਨੇ ਐਂ ਕਰਤਾ ਤੇ ਮੈਨੂੰ ਵੀ ਰਿਤੇ ਯਕੀਨ ਸੀ ਮੈਂ ਮੈਂ ਤਾਂ ਮਾੜੀ ਹੁੰਦੀ ਐ ਸਾਡੇ ਨਾਲ ਪਿਆਰ પાਕੇ ਖੱਟ ਲੇਗੀ ਕੀ ਅਸੀਂ ਪਹਿਲਾਂ ਹੀ ਗਰੀਬੀਆਂ ਦੇ ਮਾਰੇ ਨਹੀਂ ਕੱਚੇ ਕੋਠੇ ਮਿੱਤਰਾਂ ਦੇ ਪਹਿਣੇ ਲਿਪਣੇ ਤੈਨੂੰ ਮਟਿਆਰੇ ਨਹੀਂ ਕੱਚੇ ਕੋਠੇ ਮਿੱਤਰਾਂ ਦੇ ਪਹਿਣੇ ਲਿਪਣੇ ਤੈਨੂੰ ਮਟਿਆਰੇ ਯਾਦ ਕਰਾਉਣਾ ਅੱਜ ਤੁਹਾਨੂੰ ਪੁਰਾਣਾ ਸਮਾਂ ਤੇ ਗੱਲਬਾਤ ਅੱਜ ਕਰਨੀ ਆ ਸਾਡੇ ਬਹੁਤ ਖਾਸ ਨੇ ਬੜੇ ਉਹਨਾਂ ਨੂੰ ਮਿੰਤਾ ਦੇ ਨਾਲ ਬੁਲਾਇਆ ਕਿਉਂਕਿ ਜਿਹੜੇ ਕਲਾਕਾਰ ਹੁੰਦੇ ਨੇ ਉਸਤਾਦ ਲੋਕ ਹੁੰਦੇ ਨੇ ਉਹ ਭੀੜਾਂ ਦੇ ਵਿੱਚ ਉਹ ਲੋਕਾਂ ਦੇ ਵਿੱਚ ਉਹ ਮਸਤ ਰਹਿੰਦੇ ਨੇ ਉਹ ਮਾਸਜੇ ਅਲਬੇਲੇ ਫਨਕਾਰਨ ਵਾਲਾ ਜਮ ਲਾਉਣਾ ਤੁਹਾਨੂੰ ਲਵਜੀਤ ਜੀ ਨਾਲ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਥੈਂਕ ਯੂ ਤੁਹਾਡਾ ਤੇ ਤੁਸੀਂ ਮੇਰੇ ਨਾਲ ਅੱਖ ਚੱਕ ਪਾ ਕੇ ਇਧਰ ਹੀ ਗੱਲ ਕਰਨੀ ਬਿਲਕੁਲ ਬਿਲਕੁਲ ਤੇ ਕਿਵੇਂ ਬਾਈ ਜੀ ਬਹੁਤ ਬੱਲੇ ਬੱਲੇ ਕਿਰਪਾ ਬਾਪੀ ਅੱਛਾ ਜਦੋਂ ਇਧਰ ਨੂੰ ਕਿਤੇ ਰੂਟ ਫੜਦੇ ਹੋ ਚੰਡੀਗੜ੍ਹ ਦਾ ਜੀ ਉਹ ਇੱਕ ਪਾਸਾ ਆਪਣਾ ਬਠਿੰਡਾ ਉੱਥੇ ਖੁੱਲਾ ਉੱਥੇ ਚਾਹੇ ਲੋ ਟੀ-ਸ਼ਰਟ ਚ ਫਿਰਦੇ ਰਹੋ ਪਰ ਇਧਰ ਆ ਕੇ ਕਸੇ ਕਸੇ ਜੇ ਰਹਿਣਾ ਕਿਵੇਂ ਲੱਗਦਾ ਓਕੇ ਹੀ ਲੱਗਦਾ ਕਿ ਨਾ ਕਿਉਂਕਿ ਆਪਰੇ ਨਹੀਂ ਮਸਤ ਮੌਲਾ ਤੁਹਾਨੂੰ ਪਤਾ ਹੀ ਹੈ ਅੱਛਾ ਇੱਕ ਨਾ ਮੈਂ ਕਿਸੇ ਸਿਆਣੇ ਬੰਦੇ ਦੀ ਗੱਲ ਪੜ੍ਹ ਰਿਆ ਸੀ ਉਹ ਕਹਿੰਦਾ ਵੀ ਜ਼ਰੂਰੀ ਨਹੀਂ ਵੀ ਸਾਰੀਆਂ ਇੱਟਾਂ ਮਹਿਲ ਨੂੰ ਹੀ ਲੱਗਣ ਕੋਈ ਢਟਾਂ ਨਿਓਂਚ ਵੀ ਲੱਗਦੀਆਂ ਨੇ ਲੱਗਣੀਆਂ ਚਾਹੀਦੀਆਂ ਤੇ ਲੱਗਦਾ ਵੀ ਤੁਸੀਂ ਉਹਨਾਂ ਕਲਾਕਾਰਾਂ ਦੀ ਨਿਓਂ ਬਣਿਆ ਬਿਲਕੁਲ ਸਾਰੀ ਦੁਨੀਆ ਨੂੰ ਪਤਾ ਤੁਹਾਨੂੰ ਵੀ ਪਤਾ ਹੀ ਹੈ ਸਾਰਾ ਨਹੀਂ ਅੱਛਾ ਕਿਵੇਂ ਲੱਗਦਾ ਜਦੋਂ ਮਿਹਨਤ ਕਰਾਉਣੀ ਹੋ ਕਿਸੇ ਤੇ ਕਿਉਂਕਿ ਬਹੁਤ ਵਾਰੀ ਨਾ ਜਿਹਦੇ ਅਸੀਂ ਅੱਜ ਦੇ ਮਾਹੌਲ ਨੂੰ ਵੇਖਦੇ ਆ ਤਾਂ ਅੱਜ ਹਰ ਬੰਦਾ ਆਪਣੇ ਆਪ ਬਾਰੇ ਸੋਚਦਾ ਜੀ ਦੂਜੇ ਬਾਰੇ ਸੋਚਣਾ ਵੀ ਬਹੁਤ ਔਖਾ ਤੇ ਕਰਨਾ ਵੀ ਬਹੁਤ ਔਖਾ ਬਿਲਕੁਲ ਫਿਰ ਕਿਵੇਂ ਆਪਣੇ ਪੁੱਤ ਬਣਾ ਕੇ ਪਾਲ ਲੈਨੇ ਹੋ ਕਿਵੇਂ ਜਵਾਨ ਕਰ ਲੈਨੇ ਹੋ ਇਹ ਡਿਊਟੀ ਹੁੰਦੀ ਹੈ ਕੋਈ ਡਿਊਟੀ ਲੱਗੀ ਹੋਈ ਹੈ ਪਹਿਲੇ ਦਿਨੋਂ ਹੀ ਹਮ ਇੱਕ ਸਿਰਤ ਹੁੰਦੀ ਹੈ ਬੰਦੇ ਦੀ ਹਮ ਤੇ ਮੈਂ ਪਹਿਲੇ ਦਿਨੋਂ ਹੀ ਮੈਨੂੰ ਇਦਾਂ ਹੁੰਦਾ ਕਿ ਜਿਹੜੀ ਚੀਜ਼ ਮੇਰੇ ਕੋਲੇ ਆ ਉਹਨੂੰ ਗਾਂ ਸਿਖਾਇਆ ਜਾਵੇ ਕਿਉਂਕਿ ਜਿਹੜਾ ਸੰਗੀਤ ਹੈ ਰੱਬ ਨੂੰ ਮਲਾਉਣ ਵਾਲੀ ਚੀਜ਼ ਹੈ ਸਾਡੇ ਗੁਰੂ ਜੀ ਉਸਤਾਦ ਖਾਨ ਸਾਹਿਬ ਬਕਰ हुसैन ਜੀ ਠੀਕ ਹੈ ਉਹਨਾਂ ਨੇ ਬੜੇ ਉਹਨਾਂ ਦੇ ਬੜੇ ਸ਼ਾਗਿਰਦ ਨੇ ਮੇਰੇ ਬੜੇ ਗੁਰਪਾਣੇ ਹੂੰ ਤੇ ਉਹਨਾਂ ਦਾ ਵੀ ਇਹ ਕਹਿਣਾ ਸਿੱਖਿਆ ਜਿਹੜਾ ਗਾਣਾ ਉਹਨੂੰ ਬੰਡੋ ਗਾ ਤੇ ਮੇਰੀ ਇਹ ਹੀ ਨੇਚਰ ਹੈ ਵੀ ਇਹ ਵੱਧ ਤੋਂ ਵੱਧ ਸਿਖਾਇਆ ਜਾਵੇ ਜਿੰਨੇ ਵੀ ਅੱਛਾ ਕਿੱਥੇ ਤੁਹਾਡਾ ਜਨਮ ਲੇਲਿਆ ਨੇ ਪਿੰਡ ਚ ਹੋਇਆ ਹਾਂ ਲੇਲੇ ਵਾਲਾ ਤਲਵੰਡੀ ਸਾਭੂ ਕੋ ਤਲਵੰਡੀ ਸਾਭੂ ਅੱਛਾ ਜਿਵੇਂ ਤੁਹਾਡੇ ਘਰਾਣੇ ਬਹੁਤ ਨੇ ਭਦੌੜ ਵੀ ਤੁਹਾਡੇ ਭਰਾ ਰਹਿੰਦੇ ਨੇ ਕੁਝ ਪਾਕਿਸਤਾਨ ਦੇ ਵਿੱਚ ਇਹ ਸਾਰਾ ਹੈ ਕਿ ਪਹਿਲਾਂ ਤਾਂ ਸਾਨੂੰ ਇਹ ਦੱਸੋ ਸਾਰਾ ਇਹ ਦਰਅਸਲ ਗੱਲ ਇਦਾਂ ਵੀ ਜੱਦੀ ਪਿੰਡ ਸਾਡਾ ਭਦੌੜ ਆ ਠੀਕ ਹੈ ਤੇ ਜਿਹੜੇ ਪਾਪਾ ਹੁਣ ਦੇ ਨਾਨਕ ਆ ਉਹ ਲੇਲੇ ਵਾਲੇ ਠੀਕ ਹੈ ਨਾਨਕ ਘਟੀਰੀ ਜੀ ਨੂੰ ਕਹਿੰਦੇ ਨੇ ਉੱਥੇ ਆ ਗਏ ਸੀਗੇ जी। जी। सादू, सादू जी एक, एक अच्छा ਕਿਵੇਂ ਬਚਪਨ ਦੇ ਵਿੱਚ ਜਿਹੜੀ ਤੁਹਾਡੀ ਸੰਗੀਤ ਦੀ ਜਿਹੜੀ ਸ਼ੁਰੂ ਹੁੰਦੀ ਹੈ ਕਿਉਂਕਿ ਤੁਹਾਡੇ ਪਿਤਾ ਜੀ ਸਾਧੂ ਸਾਧੂ ਜੀ ਉਹਨਾਂ ਦਾ ਕੀ ਨਾਮ ਸਾਧੂ ਖਾਨ ਸਾਹਿਬ ਸਾਧੂ ਖਾਨ ਸਾਹਿਬ ਉਹਨਾਂ ਦੇ ਤੁਸੀਂ ਤਿੰਨ ਬੇਟੇ ਭੈਣਾਂ ਵੀ ਨੇ ਕਿ ਨਹੀਂ ਹਾਂਜੀ ਇੱਕ ਇੱਕ ਸਿਸਟਰ ਆ ਸਾਡੇ ਅੱਛਾ ਤਿੰਨ ਭੈਣਾਂ ਤਿੰਨ ਭਰਾ ਤੁਸੀਂ ਹਾਂਜੀ ਅੱਛਾ گاਉਣ ਦਾ ਫਿਰ ਕਿਵੇਂ ਘਰਾਂ ਚ ਤਾਂ ਚਲੋ ਹੁੰਦਾ ਹੀ ਆ ਪਰ ਮਨ ਦੇ ਵਿੱਚ ਕਿਵੇਂ ਜੇ ਕਰਦਾ ਕਿ ਯਾਰ ਸੁਰ ਲਾਈਏ ਕਦੇ ਉਦੋਂ ਬਾਪੂ ਨੇ ਝਿੜਕਿਆ ਨਹੀਂ ਵੀ ਅਸੀਂ ਤਾਂ ਚਲੋ ਇਸ ਕੰਮ ਚ ਹੀ ਆ ਤੁਸੀਂ ਪੜ੍ਹਨ ਲੇਖ ਲੋ ਕੋਈ ਸਰਕਾਰੀ ਨੌਕਰੀ ਲੱਗ ਜਿਓ ਕੋਈ ਕੰਮ ਹੋਰ ਠੰਡਾ ਕਰ ਲਿਓ ਕਿ ਨਹੀਂ 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 ਬਿਲਕੁਲ ਤੁਹਾਨੂੰ ਜਿਹੜਾ ਪਤਾ ਹੀ ਹੈ ਵੀ ਜਿਹੜਾ ਸਾਡਾ ਪਰਿਵਾਰ ਹੈ ਮੇਰੇ ਦਾਦਾ ਜੀ ਉਸਤਾਦ ਜੁਗਰਾਜ ਖਾਨ ਜੀ ਉਹ ਤਬਲਾ ਬਾਦਕ ਸੀਗੇ ਤਮੂਰ ਜਿਹੜੇ ਬ੍ਰਾਂਡ ਵਜਾਉਂਦੇ ਮਤਲਬ ਉਹਨਾਂ ਨਾਲ ਕੰਮ ਕਰਦੇ ਸੀ ਫਿਰ ਡੈਡੀ ਮੇਰੇ ਚਾਚੇ ਤਾਏ ਸਾਰੇ ਇਹੀ ਕੰਮ ਕਰਦੇ ਨੇ ਗਾਉਣ ਵਜਾਉਣ ਦਾ ਅੱਛਾ ਫਿਰ ਚਿਟਕ ਤਾਂ ਲੱਗ ਹੀ ਜਾਂਦੀ ਹੈ ਨਹੀਂ ਨਹੀਂ ਵੈਸੇ ਤੁਹਾਡੇ ਮਨ ਦੇ ਵਿੱਚ ਉਹਨਾਂ ਨੇ ਤੁਹਾਨੂੰ ਰੋਕਿਆ ਨਹੀਂ ਏ ਧੱਕੇ ਨਾਲ ਹੀ ਤੁਸੀਂ ਆਉਂਦੇ ਚਲੇ ਗਏ ਖਿੱਚੇ ਚਲੇ ਗਏ ਨੇ ਮੈਨੂੰ ਸਪੋਰਟ ਕੀਤਾ ਸਭ ਨੇ ਮੇਰੇ ਚਾਚੇ ਤਾਇਆ ਨੇ ਡੈਡੀ ਨੇ ਵੱਡੇ ਬ੍ਰਦਰ ਭਾਈ ਜਕਰਜੀ ਜਿਹੜੇ ਅਲੀ ਬ੍ਰਦਰ ਦੇ ਡੈਡੀ ਨੇ ਉਹਨਾਂ ਨੇ ਬੜੀ ਸਪੋਰਟ ਕੀਤੀ ਹੁਣ ਤੱਕ ਵੀ ਮੇਰੀ ਸਪੋਰਟ ਕਰ ਰਿਹਾ ਸਾਰਾ ਪਰਿਵਾਰ ਅੱਛਾ ਜਿਵੇਂ ਤੁਸੀਂ ਭਰਾਵਾਂ ਦੀ ਗੱਲ ਕਰੀਏ ਸਪੋਰਟ ਦੀ ਹੋਰ ਵੀ ਗੱਲਾਂ ਕਰਨੀਆਂ ਨੇ ਜਦੋਂ ਅਸੀਂ ਅੱਜ ਕੱਲ੍ਹ ਦੇਖਦੇ ਹਾਂ ਮੈਂ ਅੱਜ ਇੱਕ ਖਬਰ ਪੜ੍ਹ ਕੇ ਆ ਰਿਹਾ ਸੀ ਬੜੀ ਮਨਹੂਸ ਖਬਰ ਸੀ ਕਿ ਭਰਾ ਨੇ ਆਪਦੇ ਭਰਾ ਨੂੰ ਮਾਰਤਾ ਪਰ ਜਦੋਂ ਭਰਾਵਾਂ ਦਾ ਪਿਆਰ ਦੇਖਦੇ ਹੋਂ ਤੁਸੀਂ ਇਹ ਤਬਾਕ ਕਿਵੇਂ ਬਣਾ ਕੇ ਰੱਖਿਆ ਕਿ ਭਰਾ ਤਾਂ ਭਰਾ ਦੀ ਬਾਹ ਹੁੰਦਾ ਭਰਾ ਤਾਂ ਭਰਾ ਦੇ ਨਾਲ ਖੜਦਾ ਬਿਲਕੁਲ ਇਦਾਂ ਹੀ ਹੋਣਾ ਚਾਹੀਦਾ ਖੜਨਾ ਹੀ ਚਾਹੀਦਾ ਜਿਹੜੇ ਵੱਡੇ ਭਰਾ ਨੇ ਸਾਡੇ ਤਿੰਨਾਂ ਇੱਕ ਮੈਥੋਂ ਛੋਟਾ ਛਿੰਦਾ ਬਾਈ ਜੱਗਾ ਵੱਡੇ ਇਹ ਸਾਡੇ ਚ ਇੱਕ ਜਨ ਦੇ ਇੱਕ ਜਾਨਾ ਸੀ ਠੀਕ ਹੈ ਲੜਾਈ ਇੱਕ ਹੋਰ ਵਿਸ਼ਾ ਹੈ ਜੀ ਪਿਆਰ ਚ ਲੜਾਈ ਵੀ ਹੁੰਦੀ ਹੈ ਤੇ ਵੈਸੇ ਇਹ ਨਹੀਂ ਕਿ ਸਾਥੋਂ ਵੀ ਵੱਡਾ ਬ੍ਰਦਰ ਮੇਰਾ ਚੰਡੀਗੜ੍ਹ ਰਹਿੰਦਾ ਤੇ ਵੀ ਸਾਡਾ ਧਿਆਨ ਨਹੀਂ ਰੱਖਣਾ ਠੀਕ ਹੈ ਉਹਨੂੰ ਉੱਥੇ ਵੀ ਉਹਨਾਂ ਹੀ ਫਿਕਰ ਆ ਵੀ ਮੇਰਾ ਪਰਿਵਾਰ ਉੱਥੇ ਮੇਰੇ ਭਰਾ ਬੈਠੇ ਆ ਠੀਕ ਹੈ ਤੇ ਹੁਣ ਛੋਟੇ ਬ੍ਰਦਰ ਦਾ ਅਸੀਂ ਪਹਿਲਾਂ ਮੈਂ ਕਰ ਲੇਤਾ ਠੀਕ ਹੈ ਹੁਣ ਛੋਟੇ ਦਾ ਕਰ ਰਿਹਾ ਯਾਨੀ ਰਲ ਮਿਲ ਕੇ ਇਦਾਂ ਨਹੀਂ ਹੈਗਾ ਵੀ ਫਰਕ ਨਹੀਂ ਪੋਰਾ ਵੀ ਸਾਡੇ ਚ ਅੱਛਾ ਜਿਵੇਂ ਤੁਹਾਡੀ ਭੈਣ ਆ ਉਹ ਮੈਂ ਨਾ ਇੱਕ ਕਿਤਾਬ ਪੜ੍ਹੀ ਸੀ ਤੇ ਉਹਦੇ ਵਿੱਚ ਬਹੁਤ ਸੋਹਣੀ ਗੱਲ ਲਿਖੀ ਹੋਈ ਸੀ ਵੀ ਕਈ ਵਾਰ ਉਹ ਕਹਿੰਦੇ ਵੀ ਜਦੋਂ ਭਰਾ ਚਾਹੇ ਜੇਲ੍ਹ ਦੇ ਵਿੱਚ ਵੀ ਹੋਵੇ ਭੈਣਾਂ ਨੂੰ ਉੱਥੇ ਵੀ ਰਖੜੀ ਬੰਨਣ ਜਾਵੜਦੀਆਂ ਤਾਂ ਤੁਹਾਡੀ ਉਹ लाड़ली ਭੈਣ ਤੇ ਫਿਰ ਉਹ ਪਿਆਰ ਨੂੰ ਤੁਸੀਂ ਕਿਵੇਂ ਜੇ ਮਾਣਦੇ ਹੋ ਤਿੰਨ ਭਰਾਵਾਂ ਦੀ ਕੱਲੀ ਭੈਣ ਆ ਕਈ ਵਾਰ ਨਾਰਾਜ਼ਗੀਆਂ ਵੀ ਹੁੰਦੀਆਂ ਨੇ ਪਿਆਰ ਕਿਵੇਂ ਜੇ ਦਾਪਸ ਭੈਣ ਭਰਾਵਾਂ ਦਾ ਜਦੋਂ ਰਖੜੀ ਦੇ ਦਿਨ ਜਾਂ ਕੋਈ ਵੀ ਸਾਨੂੰ ਵਦਤ ਵਦਦੇ ਹੁੰਦਾ ਕਿ ਸਾਡੇ ਕੋਲੇ ਹੋਵੇ ਸਾਡੀ ਭੈਣ ਜਦੋਂ ਵੀ ਕੋਈ ਪ੍ਰੋਗਰਾਮ ਰੱਖਦੇ ਆ ਸਭ ਤੋਂ ਪਹਿਲਾਂ ਅਸੀਂ ਫੋਨ ਉਹਨਾਂ ਨੂੰ ਹੀ ਕਰਦੇ ਆ ਕਿ ਭੈਣੇ ਇੱਦਾਂ ਇੱਦਾਂ ਵੀ ਤੁਸੀਂ ਜਲਦੀ ਆ ਜਾਓ ਠੀਕ ਹੈ ਤੇ ਕਈ ਵਾਰ ਸਾਡਾ ਇੱਧਰ ਪ੍ਰੋਗਰਾਮ ਹੁੰਦਾ ਮੈਂ ਗੱਡੀ 'ਚ ਬਿਠ ਤੇ ਰਖੜੀ ਵਾਲੇ ਦਿਨ ਜਦੋਂ ਉਦੋਂ ਫਿਰ ਐ ਹੁੰਦਾ ਵੀ ਪਹਿਲਾਂ ਵੀਰੇ ਇੱਥੇ ਆਜੋ ਫਿਰ ਚੰਡੀਗੜ੍ਹ ਚਲੇ ਜਾਏ ਇਦਾਂ ਅੱਛਾ ਰਲ ਮਿਲ ਕੇ ਰਹਿੰਦੇ ਰਲ ਮਿਲ ਕੇ ਅੱਛਾ ਵੀ ਸਾਡਾ ਜਾਨੇ ਕਿ ਰੱਬ ਵੀ ਹੈ ਮੇਰੀ ਭੈਣ ਸਾਡੀ ਮਾਂ ਵੀ ਹੈ ਠੀਕ ਹੈ ਸਾਡਾ ਪਿਓ ਵੀ ਬਹੁਤ ਅੱਛੀ ਨੇਚਰ ਦੇ ਮਾਲਕ ਨੇ ਅੱਛਾ ਉਹ ਸਾਰਾ ਦੌਰ ਤੁਹਾਡੇ ਫਾਦਰ ਸਾਹਿਬ ਨੇ ਦੇਖਿਆ ਜਦੋਂ ਕੱਚੇ ਕੋਠੇ ਆ ਕੇ ਲਵਜੀਤ ਲਵਜੀਤ ਹੋਣ ਲੱਗ ਪਈ ਉਹ ਸਾਰਾ ਦੌਰ ਫਿਰ ਕਿਵੇਂ ਸੀ ਬਿਲਕੁਲ ਬਿਲਕੁਲ ਉਹ ਵੀ ਇਦਾਂ ਸੀਗਾ ਬਾਈ ਜੱਗਾ ਜੀ ਜਿਹੜੇ ਮੈਥੋਂ ਵੱਡੇ ਨੇ ਜੀ ਉਹਨਾਂ ਨੂੰ ਲੱਗਿਆ ਕਿ ਇਹਦਾ ਵੀ ਗਾਣਾ ਰਿਕਾਰਡ ਕਰਾਈਏ ਪਹਿਲੀ ਟੇਪ ਆਈ ਸੀ ਸੀ ਰੌਕ ਚ ਬੇ ਦਰਦੇ ਤੇਰੀ ਯਾਦ ਕੁੜੇ ਉਹ ਬਾਈ ਨੇ ਕਰਵਾਈ ਉਸ ਤੋਂ ਬਾਅਦ ਫਿਰ ਜਿਹੜੇ 3 ਸੀ ਚ ਨੇ ਜੇਠੀ ਭਾਜੀ ਜੀ ਉਹ ਮਿਲੇ ਉਹ ਕਹਿੰਦੇ ਯਾਰ ਰਿਕਾਰਡਿੰਗ ਕਰਨੀ ਹੈ ਫਿਰ ਬਾਈ ਜੱਗੇ ਨੇ ਮੈਟਰ ਮੂਟਰ ਇਕੱਠਾ ਕਰਕੇ ਜਾਨੀ ਇਹ ਗਾਣਾ ਜਿੱਦਾਂ ਝਾੜੂ ਨਹੀਂ ਮਾਰਦੇ ਹੁੰਦੇ ਝਾੜੂ ਮਾਰਦੇ ਨੂੰ ਲੱਭਿਆ ਸੀ ਕੱਚੇ ਕੋਠੇ ਮਿੱਤਰਾਂ ਦੇ ਅੱਛਾ ਫਿਰ ਉਹਦੀ ਕੰਪੋਜ਼ ਕਰੀ ਮੈਂ ਜਿਹੜੀ ਪ੍ਰਾਣੀ ਉਹ ਮਿੱਤਰਾਂ ਦੀ ਲੂਣ ਦੀ ਡਲੀ ਨਹੀਂ ਤੁਮੀ ਸ਼੍ਰੀ ਬਰੋਬਰ ਅੱਛਾ ਜੀ ਫੇਰ ਉਹ ਗਾਣੇ ਨੇ ਪਾਇਆ ਜੀ ਤੁਹਾਡਾ ਬੜੀਆਂ اچھا ਮੈਨੂੰ ਨਾ ਤੁਹਾਡਾ ਚਲੋ ਤੁਸੀਂ ਮੇਰੇ ਤਾਂ ਸਤਿਕਾਰਯੋਗ ਹੋ ਤੁਹਾਡਾ ਕਿ ਗੀਤ ਮੈਂ ਬੜਾ ਮੈਂ ਜਦੋਂ ਵੀਡੀਓ ਕੱਢੀ ਆ ਵੇਖਿਆ ਤੁਹਾਡੇ ਬਾਰੇ ਸਰਚ ਕੀਤਾ ਤਾਂ ਇੱਕ ਗਾਣਾ ਸੀ ਤੇਰੇ ਵਿਆਹ ਦੀ ਮੂਵੀ ਹਾਂਣਦੀ ਏ ਮੈਨੂੰ ਆਉਦੋ ਉਦੋਂ ਉਦੋਂ ਸਿਸਟਮੇ ਇਦਾਂ ਦਾ ਚੱਲਦਾ ਸੀ ਮੈਂ ਆਖਿਆ ਵੀ ਯਾਰ ਐਜਾ ਕਿਹੜਾ ਆਸ਼ਕ ਹੈ ਜਿਹੜਾ ਕੈਮਰਾ ਚੱਕੀ ਫਿਰਦਾ ਮਸ਼ੂਕ ਦੇ ਵਿਆਹ ਚ ਨਹੀਂ ਉਦੋਂ ਉਦੋਂ ਗਾਣੇ ਇਦਾਂ ਦੇ ਚੱਲਦੇ ਸੀਗੇ ਮੂਵੀ ਤੇਰੇ ਵਿਆਹ ਦੀ ਹਾਂਣਦੀ ਮੈਨੂੰ ਆ ਬਣਾਉਣੀ ਪੈਗੀ ਬਹੁਤ ਅੱਛਾ ਉਹ ਦੇ ਤਾਂ ਮੈਨੂੰ ਸੌਤੋਂ ਵਧੀਆ ਜਿਹੜੀ ਗੱਲ ਲੱਗੀ ਉਹ ਕਹਿੰਦਾ ਵੀ ਤੂੰ ਸੀ ਉਹ ਬੋਝ ਬਣਾ ਰਹੀ ਸੀ ਉਧਰ ਦੁਖੀ ਹੋਇਆ ਪਿਆ ਸੀਗਾ ਨਾਲੇ ਪੋਝ ਬਣਾ ਰਿਆ ਸੀ ਨਾਲੇ ਰੋ ਰਿਆ ਸੀ ਮਤਲਬ ਅੱਛਾ ਉਹ ਲਿਖਿਆ ਕਿੰਨਾ ਦਾ ਹੋਇਆ ਸੀ ਉਹ ਹੁਕਮੀ ਬਾਜੇ ਵਾਲਾ ਠੀਕ ਹੈ ਸਾਡੇ ਫਫੜ ਜੀ ਨੇ ਬਹੁਤ ਅੱਛਾ ਲਿਖਦੇ ਨੇ ਅੱਛਾ ਹੁਣ ਕਦੇ ਉਹ ਗਾਣਾ ਸੁਣ ਕੇ ਹਾਸਾ ਨਹੀਂ ਆਉਂਦਾ ਮਨ 'ਚ ਮੈਂ ਇੱਕ ਮੇਰੀ ਆਦਤ ਆ ਮੈਂ ਜਦੋਂ ਰਿਕਾਰਡਿੰਗ ਕਰਾਤੀ ਮੈਂ ਸੁਣਦਾ ਨਹੀਂ ਅੱਛਾ ਉਹ ਤਾਂ ਸੁਣ ਨਹੀਂ ਕੀ ਉਹਦਾ ਫਿਰ ਪਹਿਲਾਂ ਸ਼ੁਰੂਆਤ ਸੀਗੀ ਅੱਛਾ ਅੱਛਾ ਨਹੀਂ ਪਰ ਉਹ ਉਹ ਮਤਲਬ ਲੱਗਦੀ ਹੈ ਜਾਨੀ ਜਦੋਂ ਸੁਣਦੇ ਆ ਵੀ ਇਦਾਂ ਵੀ ਕਰਿਆ ਪਰ ਉਹਦਾ ਮਾਹੌਲ ਦੇ ਹਿਸਾਬ ਨਾਲ ਹੀ ਚੱਲ ਰਿਹਾ ਨਾ ਕੰਮ ਜੋ ਵੀ ਹੈ ਠੀਕ ਹੈ ਉਦੋਂ ਇਦਾਂ ਦੇ ਗਾਣਿਆਂ ਨੂੰ ਪਿਆਰ ਕਰਦੇ ਸੀ ਲੋਕ ਠੀਕ ਨਹੀਂ ਉਦੋਂ ਬਾਈ ਜੀ ਚਲੋ ਤੁਸੀਂ ਵੱਡੇ ਹੋ ਉਦੋਂ ਲੱਗਦਾ ਨਹੀਂ ਹੈਗਾ ਵੀ ਉਦੋਂ ਆਸ਼ਕ ਵੀ ਭੋਲੇ ਸੀ ਉਦੋਂ ਆਸ਼ਕੀ ਹੁੰਦੀ ਨਹੀਂ ਸੀ ਦਰਸਲ ਇਹ ਵੀ ਹੈ ਠੀਕ ਇਹ ਸੱਚ ਹੈ ਉਦੋਂ ਮੁਹੱਬਤ ਕਰਦੇ ਹੁੰਦੇ ਸੀ ਲੋਕ ਰਿਸ਼ਤਿਆਂ ਦਾ ਪਤਾ ਸੀ ਕਿ ਇਹ ਸਾਡੀ ਭੈਣ ਆ ਇਹ ਸਾਡੀ ਚਾਚੀ ਦਾਦੀ ਜੋ ਵੀ ਰਿਸ਼ਤੇ ਹੈਗੇ ਨੇ ਹੁਣ ਅੱਜਕੱਲ ਤਾਂ ਕੋਈ ਰਿਸ਼ਤੇ ਰਹਿ ਹੀ ਨਹੀਂਗੇ ਮੇਰੇ ਸਾਹਿਬ ਨਾਲ ਨਾ ਮੁਹੱਬਤ ਰਹਿ ਗਈ ਮੁਹੱਬਤ ਦਾ ਪਤਾ ਹੀ ਨਹੀਂ ਲੋਕਾਂ ਨੂੰ ਕਿ ਮੁਹੱਬਤ ਹੁੰਦੀ ਕੀ ਚੀਜ਼ ਹੈ ਠੀਕ ਹੈ ਤੇ ਜਿੱਥੇ ਮੈਂ ਕਹਿੰਦਾ ਵੀ ਜਿੱਥੇ ਖੋਟ ਆ ਗਈ ਉੱਥੇ ਮੁਹੱਬਤ ਨਹੀਂ ਜਿੱਥੇ ਸ਼ੱਕ ਆ ਗਿਆ ਉੱਥੇ ਵੀ ਮੁਹੱਬਤ ਨਹੀਂ ਯਕੀਨ ਨਹੀਂ ਫੇਰ ਵੀ ਮੁਹੱਬਤ ਨਹੀਂ ਤੇ ਮੁਹੱਬਤ ਬੜੀ ਪਾਕ ਆ ਗੋਡ ਨੇ ਇਹ ਕਿਹਾ ਕਿ ਮੁਹੱਬਤ ਕਰੋ ਸਭ ਨੂੰ ਤੇ ਹਮ ਕਰ ਰਹੇ ਆ ਸਾਡਾ ਤਾਂ ਇਹੀ ਨੇਚਰ ਆ ਕਿ ਪਿਆਰ ਕਰੀਏ ਲੋਕਾਂ ਨੂੰ ਨਹੀਂ ਪਰ ਪਰ ਜਿਹੜੇ ਗੀਤਕਾਰ ਸੀ ਉਦੋਂ ਉਦੋਂ ਕਿਉਂ ਲੱਗਦਾ ਵੀ ਗਰੀਬ ਵਾਸ਼ ਕਮਗਰੀ ਪਏ ਸੀ ਜਿਵੇਂ ਤੁਹਾਡਾ ਗੀਤ ਹੈ ਵੀ ਜਦੋਂ ਤੇਰਾ ਵਿਆਹ ਹੋਊਗਾ ਤੇ ਉਹ ਤੇਰੇ ਮੇਰੇ ਅੰਨੀ ਭੱਜੀਆਂ ਆਉਣਗੀਆਂ ਤੇਰੀ ਕਾਰ ਦੇ ਝੱਕੇ ਘੁੰਮਣਗੇ ਜਦ ਮੌਤ ਮੇਰੀ ਦੀ ਖਬਰ ਸੁਣ ਮੇਰੀ ਮਾਂ ਵੱਲ ਭੱਜੀਆਂ ਹੋਣਗੇ ਉਹ ਗਾਣਾ ਠੀਕ ਸੀਗਾ ਹਲੇ ਮੈਨੂੰ ਅੱਛਾ ਲੱਗਿਆ ਉਹ ਗਾਣਾ ਨਹੀਂ ਮੇਰੇ ਕਹਿਣ ਦਾ ਮਤਲਬ ਵੀ ਉਦੋਂ ਜਿਹੜੇ ਆਸ਼ਕ ਸੀ ਉਦੋਂ ਸੱਚੀ ਗਰੀਬ ਹੁੰਦੇ ਸੀ ਜਾਂ ਫਿਰ ਗੀਤਕਾਰਾਂ ਨੇ ਪੇਸ਼ ਹੀ ਐ ਕਰਦੇ ਸੀ ਗੀਤਕਾਰ ਗੀਤਕਾਰ ਹੀ ਪੇਸ਼ ਐਦਾਂ ਕਰਦੇ ਸੀ ਉਦੋਂ ਨਹੀਂ ਮੈਂ ਨਹੀਂ ਦੇਖਿਆ ਕਿ ਕੋਈ ਆਸ਼ਕੀ ਐਦਾਂ ਉਦੋਂ ਦਾ ਮਾਹੌਲ ਨਹੀਂ ਸੀਗਾ ਉਦੋਂ ਠੀਕ ਹੈ ਬਹੁਤ ਅੱਛਾ ਮਾਹੌਲ ਸੀ ਇਹ ਤਾਂ ਲੱਗਦਾ ਬਾਈ ਜੀ ਉਦੋਂ ਜਿਹੜੀ ਇੱਜ਼ਤ ਵੀ ਬਹੁਤ ਵੱਡੀ ਚੀਜ਼ ਬਹੁਤ ਜ਼ਿਆਦਾ ਜੀ ਮੈਂ ਕਿਹਨਾਂ ਰਿਸਪੈਕਟ ਉਹਦੋਂ ਤੇ ਹੁਣ ਚ ਬਹੁਤ ਅੰਤਰ ਹੈ ਠੀਕ ਲੋਕੰਡਾ ਖੜਾ ਹੁੰਦਾ ਸੁਣ ਦੇਖ ਕੇ ਉਹ ਉਹ ਸਮਾਂ ਹੀ ਬੜਾ ਬਹੁਤ ਅੱਛਾ ਸੀ ਬਹੁਤ ਅੱਛਾ ਕਦੇ ਕੋਈ ਐਬ ਜੀ ਘਟਣਾ ਜਦੋਂ ਤੁਹਾਡੇ ਪਿਤਾ ਨੇ ਤੁਹਾਨੂੰ ਮਤਲਬ ਚਲੋ ਅੱਜ ਗੱਲ ਕਰ ਰਹੇ ਆ ਐਜ਼ ਆ ਤੁਹਾਡੀ ਇੰਟਰਵਿਊ ਵੀ ਕਦੇ ਤੁਹਾਨੂੰ ਕੁੱਟ ਵੀ ਪਈ ਹੋਵੇ ਬਹੁਤ ਅੱਛਾ ਮੇਰਾ ਵਿਆਹ ਹੋਇਆ ਹੈ ਮੇਰੇ ਤਿੰਨ ਬੇਟੀਆਂ ਇੱਕ ਬੇਟਾ ਹਮ ਹੁਣ ਵੀ ਪੈਂਦੀ ਰਹੀ ਹੈ ਜਦ ਤੱਕ ਡੈਡੀ ਜਾਂਦੇ ਰਿਹਾ ਠੀਕ ਹੈ ਪੈਣੀ ਚਾਹੀਦੀ ਵੀ ਹੈ ਜਿਹੜੇ ਪਿਓ ਹੁੰਦੇ ਆ ਅੱਛੇ ਲਈ ਕਰਦੇ ਨੇ ਠੀਕ ਹੈ ਠੀਕ ਹੈ ਜੀ ਮੈਂ ਤੁਹਾਡੇ ਤਿੰਨ ਬੇਟੀਆਂ ਨੇ ਬਹੁਤ ਵਾਰੀ ਇਹ ਹੁੰਦਾ ਕਿ ਫਾਦਰ ਜਿਹੜਾ ਹੁੰਦਾ ਚਲੋ ਤੁਹਾਡੇ ਬੇਟਾ ਵੀ ਹੈ ਪਰ ਉਹਨੂੰ ਐ ਹੁੰਦਾ ਕਿ ਮੇਰੇ ਪੁੱਤ ਹੋਣਾ ਚਾਹੀਦਾ ਸੀ ਪਹਿਲਾਂ ਕਿਉਂਕਿ ਇੱਕ ਵਾਰੀ ਕਿਸੇ ਬੰਦੇ ਦੀ ਮੈਂ ਗੱਲ ਸੁਣੀ ਉਹ ਕਹਿੰਦਾ ਵੀ ਜਿਹੜੇ ਬੰਦੇ ਇਹ ਕਹਿੰਦੇ ਨੇ ਕਿ ਧੀਆ ਰੱਬ ਨੇ ਕਹਿੰਦਾ ਡਾਕਟਰ ਜਦੋਂ ਬੱਚਾ ਹੋਣ ਵਾਲਾ ਹੁੰਦਾ ਹਸਪਤਾਲ ਦੇ ਵਿੱਚ ਤਾਂ ਸਭ ਤੋਂ ਪਹਿਲਾਂ ਹੱਥ ਉਹੀ ਜੋੜੀ ਖੜੇ ਹੁੰਦੇ ਨੇ ਕਿ ਰੱਬਾ ਧੀ ਨਾ ਦੇਹੀਂ ਤਾਂ ਤੁਹਾਡੇ ਲਈ ਉਹ ਧੀਆ ਦਾ ਆਉਣਾ ਕਿਵੇਂ ਸੀਗਾ ਬੜਾ ਬੜਾ ਬਹੁਤ ਅੱਛਾ ਮੈਂ ਉਹਨਾਂ ਦੀ ਕੀ ਤੁਹਾਨੂੰ ਦੱਸਿਆ ਕਿ ਜਿੰਨੇ ਵਾਰੀ ਜਿੰਨੀਆਂ ਮੇਰੇ ਕੁੜੀਆਂ ਹੋਈਆਂ ਤਿੰਨ ਹੋਈਆਂ ਮੈਂ ਪਾਲਟੀ ਕੀਤੀ ਹੈ ਅੱਛਾ ਫੁੱਲ ਜਦੋਂ ਬੇਟੇ ਦੀ ਕਰਦੇ ਆ ਉਦਾਂ ਠੀਕ ਹੈ ਜੀ ਮੇਰੇ ਲਈ ਰੱਬ ਨੇ ਮੇਰੀਆਂ ਧੀਆਂ ਬਹੁਤ ਜ਼ਿਆਦਾ ਬਹੁਤ ਘੈਂਟ ਨੇ ਠੀਕ ਹੈ ਜੀ ਅੱਛਾ ਉਹਨਾਂ ਨੂੰ ਕਿੱਦਾਂ ਮਤਲਬ ਤੁਸੀਂ ਵੱਡਾ ਕਰਿਆ ਉਹਨਾਂ ਨੂੰ ਪਿਆਰ ਕੀਤਾ ਕਿਉਂਕਿ ਜਿਹੜਾ ਬਾਪ ਹੁੰਦਾ ਉਹਨੂੰ ਜਮਾਨੇ ਦਾ ਵੀ ਇੱਕ ਹੁੰਦਾ ਉਹਨੂੰ ਪਿਆਰ ਵੀ ਕਰਨਾ ਹੁੰਦਾ ਤੁਸੀਂ ਉਹਨਾਂ ਨੂੰ ਆਜ਼ਾਦੀ ਕਿੰਨੀ ਕੁ ਦਿੱਤੀ ਹੋਈ ਆ ਮਤਲਬ ਆਪਣੇ ਹਿਸਾਬ ਦੇ ਪਿਆਰ ਜਿਹੜਾ ਹੁੰਦਾ ਪਿਆਰ ਚ ਤੁਸੀਂ ਤੁਹਾਨੂੰ ਸਮਝਦਿਓ ਕਿ ਪਿਆਰ ਦਾ ਮਤਲਬ ਕੀ ਹੈ ਹਾਂਜੀ ਆਜ਼ਾਦੀ ਹੋਰ ਹੁੰਦੀ ਹੈ ਪਿਆਰ ਜਿਹੜਾ ਜਿਹੜਾ ਮੁਹੱਬਤ ਆ ਨਾ ਮੁਹੱਬਤ ਬੜੀ ਪਾਕ ਹੈ ਜੇ ਜਿਹਨੂੰ ਪਤਾ ਲੱਗ ਜੇ ਕਿ ਇਹ ਮੈਨੂੰ ਮੁਹੱਬਤ ਕਰਦਾ ਦਿਲ ਉਹ ਜੇ ਐਦਾਂ ਕਰਦਾ ਉਹ ਉਹ ਆਜ਼ਾਦੀ ਨਹੀਂ ਪਾਲਦੇ ਠੀਕ ਹੈ ਬੱਚੇ ਸਾਡਾ ਪਰਿਵਾਰ ਬਹੁਤ ਵੱਡਾ ਪਰਿਵਾਰ ਆ ਮੇਰੇ ਚਾਚੇ ਤਾਇਦੇ ਪੁੱਤ ਜਿਹੜੇ ਕਿਉਂਕਿ ਅਸੀਂ ਰਲ ਕੇ ਹੀ ਰਹਿੰਦੇ ਹਾਂ ਸਾਰੇ ਠੀਕ ਹੈ ਐਦਾਂ ਬਹੁਤ ਵਧੀਆ ਮਾਹੌਲ ਬਣਿਆ ਹੋਇਆ ਆਪਣਾ ਠੀਕ ਹੈ ਅੱਛਾ ਬੇਟੀਆਂ ਬਾਰੇ ਮੇਰੇ ਇੱਕ ਮਨ ਦੇ ਵਿੱਚ ਹੋਰ ਸਵਾਲ ਸੀਗਾ ਕਿ ਜਦੋਂ ਬੈਕ ਟੂ ਬੈਕ ਬੇਟੀਆਂ ਆਈਆਂ ਜਿਵੇਂ ਤੁਸੀਂ ਦੱਸਿਆ ਪਾਰਟੀ ਕੀਤੀ ਆਲੇ ਦੁਆਲੇ ਬਹੁਤ ਵਾਰੀ ਇਹ ਹੋਣ ਲੱਗ ਪੈਂਦਾ ਚਰਚਾਵਾਂ ਵੀ ਹੁੰਦੀਆਂ ਨੇ ਗੱਲਾਂ ਵੀ ਹੁੰਦੀਆਂ ਨੇ ਕਿ ਉਹਦੇ ਤਾਂ ਬੇਟੀਆਂ ਹੀ ਹੋਈ ਜਾਂਦੀਆਂ ਨੇ ਕਈ ਲੇਡੀਜ਼ ਦਾ ਹੌਸਲਾ ਵੀ ਸਿੱਟਦੀਆਂ ਨੇ ਜਿੱਦਾਂ ਤੁਹਾਡੀ ਵਾਈਫ ਨੂੰ ਵੀ ਕਹਿੰਦੀਆਂ ਹੋਣੀਆਂ ਤੁਹਾਡੇ ਲਈ ਉਹ ਸਾਰਾ ਕੁਝ ਕਿਵੇਂ ਸੀ ਨਹੀਂ ਨਹੀਂ ਅਸੀਂ ਇਸ ਗੱਲ ਤੇ ਨਹੀਂ ਹੈਗੇ ਮੇਰੀ ਮਿਸਿਸ ਜਿਹੜੇ ਬਹੁਤ ਅੱਛੀ ਰੂਹ ਦੇ ਮਾਲਕ ਨੇ ਠੀਕ ਹੈ ਉਹ ਰੱਬ ਲਈਆਂ ਦਿੱਤੀਆਂ ਖਾਨ ਵਾਲੇ ਨੇ ਠੀਕ ਹੈ ਮੇਰੇ ਵਰਗੇ ਨਹੀਂ ਜਾਣੀ ਇੱਕ ਉਤੋਂ ਹੀ ਜੋੜੀ ਘੈਂਟ ਬਣ ਕੇ ਆਈ ਏ ਕਈ ਹੁੰਦੀਆਂ ਨੇ ਇਦਾਂ ਉਹਨਾਂ ਨੂੰ ਬਸ ਜਿਹੜੀ ਡਿਪਰੈਸ਼ਨ ਬੇਟੇ ਕਰਕੇ ਹੋ ਜਾਂਦੀ ਹੈ ਕਿਉਂਕਿ ਵੱਡਾ ਬੇਟਾ ਹੀ ਹੈ ਉਹ ਬੋਲਦਾ ਨਹੀਂ ਇਸ ਕਰਕੇ ਫਿਰ अच्छा हां जी अच्छा मेनू पोस चलो मैं वो गल भी कर लवा कि तुसी बहुत सारे ਥਾਵਾਂ ਤੇ ਉਹਨੂੰ ਲੈ ਕੇ ਗਏ ਹਨ ਤੇ ਉਹ ਮੰਨ ਦੇ ਵਿੱਚ ਕਿਵੇਂ ਸੀਗਾ ਕਿਉਂਕਿ ਇੰਨੀਆਂ ਰੀਝਾਂ ਦੇ ਨਾਲ ਜਦੋਂ ਲਿਆ ਬੱਚਾ ਬੋਲੇ ਨਾ ਕਿਉਂਕਿ ਤੁਸੀਂ ਪੂਰੀ ਦੁਨੀਆ ਨੂੰ ਨਚਾ ਦਿੰਨੇ ਹੋ ਝੁੰਮਣ ਲਾ ਦਿੰਨੇ ਹੋ ਘਰ ਦੇ ਵਿੱਚ ਇੱਕ ਪੁੱਤ ਕੱਲਾ ਉਹ ਬੋਲਦਾ ਨਹੀਂ ਉਹ ਚੀਜ਼ਾਂ ਫਿਰ ਕਿਤੇ ਅੰਦਰੋਂ ਪੀੜਤ ਦਿੰਦੀਆਂ ਨੇ ਮੈਂ ਤੁਹਾਨੂੰ ਵੈਸੇ ਪਰਸਨਲ ਬਹੁਤ ਬਹੁਤ ਦੁਖੰਦ ਤੁਸੀਂ ਜਾਨੀ ਜਾਨ ਆਪਣੀ ਕਿਉਂਕਿ ਵੱਡਾ ਕੋਈ ਬੇਟਾ ਹੋਵੇ ਉਹ ਬੋਲੇ ਨਾ ਤੇ ਮੈਂ ਤਾਂ ਇਹੀ ਤਰਸ ਰਿਆਂ ਕਿ ਮੈਨੂੰ ਡੈਡੀ ਕਿਦੋਂ ਕੇ ਨਹੀਂ ਚਲੋ ਬਾਈ ਇਹ इमोਸ਼ਨਲ ਨਹੀਂ ਹੋਣਾ ਤੁਸੀਂ ਤੇ ਮੈਨੂੰ ਨਹੀਂ ਪਤਾ ਸੀਗਾ ਕਿ ਗੱਲ ਨੂੰ ਕਿਸ ਪਾਸੇ ਚਲੀ ਜਾਊਗੀ ਤੇ ਜਰੂਰੀ ਤੇ ਇਹ ਤੁਹਾਡਾ ਪਿਆਰ ਆ ਮੈਨੂੰ ਲੱਗਦਾ ਅਸੀਂ ਨਾ ਅੱਕਛੇਤੀ ਜਾਣੇ ਆ ਜਿਵੇਂ ਕਿਸੇ ਬੰਦੇ ਦੀ ਮੈਂ ਹੁਣੇ ਹੀ ਗੱਲ ਸੁਣ ਕੇ ਆ ਰਿਆ ਸੀ ਉਹ ਕਹਿੰਦਾ ਵੀ ਜਿਹੜੀ ਮਾਂ ਨੇ ਆਪਣੇ ਪੁੱਤਾਂ ਲਈ ਕੋਠੀਆਂ ਪਾਤੀਆਂ ਤੇ ਉਹਨਾਂ ਹੀ ਫਿਰ ਪੁੱਤਾਂ ਨੇ ਟੀਮ ਦਾ ਕਮਰਾ ਪਾਤਾ ਵੀ ਬੇਬੇ ਤੂੰ ਇੱਥੇ ਰਿਹਾ ਕਰ ਹੁਣ ਤੇ ਤੁਸੀਂ ਅੱਜ ਉਹਨੂੰ ਇੰਨਾ ਲਾੜ ਕਿਉਂਕਿ ਮੈਨੂੰ ਲੱਗਦੀ ਨਹੀਂ ਕੋਈ 20 ਸਾਲ ਕਿਸੇ ਪੁੱਤ ਨੂੰ ਲੈ ਕੇ ਇਦਾਂ ਦਰਦਰ ਲੈ ਕੇ ਤੁਰ ਸਕਦਾ ਬਿਲਕੁਲ ਬਿਲਕੁਲ ਮੈਂ ਤਾਂ ਹੁਣ ਵੀ ਜਿੱਥੇ ਕੋਈ ਕਹਿ ਦਿੰਦਾ ਉੱਥੇ ਹੀ ਚਲਾ ਜਾਣਾ ਵੀ ਜੀ ਇੱਥੋਂ ਵੀ ਠੀਕ ਹੋ ਜਾਏ ਇੱਥੋਂ ਵੀ ਠੀਕ ਹੋ ਬਾਕੀ ਜੋ ਮੈਂ ਤਾਂ ਇੱਕ ਗੱਲ ਤੇ ਇਹ ਵੀ ਯਕੀਨ ਕਰਦਾ ਕਿ ਜੋ ਰੱਬ ਨੇ ਕੀਤਾ ਉਹ ਠੀਕ ਆ ਉਹਨੂੰ ਜਿਹੜਾ ਅੱਛਾ ਲੱਗਦਾ ਉਹ ਵਧੀਆ ਹੀ ਕਰਦੇ ਆ ਠੀਕ ਉਹ ਵੀ ਕਰਦੇ ਆ ਨਹੀਂ ਪਰ ਇਸੇ ਲਈ ਮੈਨੂੰ ਲੱਗਦੀ ਤੁਹਾਡੇ 3 ਧੀਆਂ ਇਸ ਤਰ੍ਹਾਂ ਦਿੱਤੀਆਂ ਨੇ ਤੁਹਾਨੂੰ ਉਹ ਤੁਹਾਡੀ ਪਾਵਰ ਨੇ ਬਹੁਤ ਵੱਡੀ ਮੈਂ ਕਹਿੰਦਾ ਮੈਨੂੰ ਮੈਨੂੰ ਬਹੁਤ ਖੁਸ਼ੀ ਆ ਕਿ ਮੈਂ ਤਿੰਨ ਧੀਆਂ ਦਾ ਪਿਓ ਹਾਂ ਹੂੰ ਅੱਛਾ ਅੱਛਾ ਮੈਨੂੰ ਆਪਾਂ ਚਲੋ ਥੋੜਾ ਗੀਤ ਵੱਲ ਆਉਣਾ ਮੈਂ ਜਦੋਂ ਤੁਹਾਡੀ ਕੱਚੇ ਕੋਠੇ ਦੀ ਵੀਡੀਓ ਦੇਖਦਾ ਤਾਂ ਮੈਨੂੰ ਲੱਗਦੀ ਵੀ ਜਦੋਂ ਹੁਣ ਕਲਾਕਾਰ ਗਾਣਾ ਕਰਦੇ ਆ ਤੇ ਉਹ ਤਾਂ ਕੱਲੀ ਸ਼ਰਟ ਵੀ ਮਸਾਂ ਪਾਉਂਦੇ ਆ ਤੁਸੀਂ ਕੋ ਸ਼ਰਟ ਪਾਈ ਉਹ ਤੋਂ ਦੀ ਕੋਟ ਵੀ ਪਾਇਆ ਹੋਇਆ ਇੰਨੀ ਤੁਹਾਨੂੰ ਕਿਹੜਾ ਕੱਕਰ ਖਾਂਦਾ ਸੀਗਾ ਉਸ ਟਾਈਮ ਫਿਰ ਹੁਣ ਜਿੱਦਾਂ ਮੈਨੂੰ ਕਹਿ ਦਿੰਦੇ ਉਦਾਂ ਹੀ ਕਰਨਾ ਪੈਂਦਾ ਨਹੀਂ ਅੱਛਾ ਵੱਡੇ ਬ੍ਰਦਰ ਨੇ ਕਹਿਤਾ ਇਦਾਂ ਕਰਨਾ ਉਹ ਬਾਈ ਕਰਦੇ ਰਹੇ ਹੈਂਡਲ ਮੈਨੂੰ ਹੁਣ ਤੱਕ ਸਾਰਾ ਅੱਛਾ ਬਾਈ ਜੀ ਵੈਸੇ ਮਤਲਬ ਚਲੋ ਇੱਕ ਗੱਲ ਆ ਵੀ ਜਵਾਨੀ ਸਭ ਤੇ ਆਉਂਦੀ ਆ ਜਿੰਨਾ ਤੁਸੀਂ ਉਸ ਵੀਡੀਓ ਚ ਡਰ ਰਹੇ ਹੋ ਕਦੇ ਕਿਸੇ ਕੁੜੀ ਦਾ ਹੱਥ ਫੜਿਆ ਵੇ ਤਾਂ ਪਹਿਲਾਂ ਨਾ ਬਾਈ ਵੀਡੀਓ ਚ ਦੇਖਿਆ ਹੋ ਤੁਸੀਂ ਮੈਂ ਤਾਂ ਟਾਲੀ ਚ ਵਿਚ ਵੜਨ ਫਿਰਦਾ ਵੀ ਟਾਲੀ ਚ ਨਾ ਵੜਦਾ ਅੱਛਾ ਮੈਂ ਦੇਖ ਕੁੜੀ ਵੀ ਤੁਸੀਂ ਇਦਾਂ ਦੀ ਮਾਡਲ ਲੱਭੀ ਉਹ ਵੀ ਕੱਲੇ ਬਸ ਐ ਝਾਕ ਹੀ ਰਹੀ ਉਦੋਂ ਉਦੋਂ ਤੁਹਾਨੂੰ ਦੱਸਿਆ ਬਹੁਤ ਇਦਾਂ ਦਾ ਹੀ ਸੀਗਾ ਮਾਹੌਲ ਨਹੀਂ ਪਤਾ ਸੀ ਕਿਸੇ ਗੱਲ ਠੀਕ ਹੈ ਪਰ ਉਹਦੇ ਵਿੱਚ ਲਈ ਬਹੁਤ ਸਾਰੀ ਗੱਲ ਨੂੰ ਲੋਕਾਂ ਨੇ ਇੱਕ ਗੱਲ ਨੂੰ ਹੁਣ ਵੀ ਲੋਕ ਕਹਿੰਦੇ ਆ ਵੀ ਤੁਸੀਂ ਜਿਹੜੇ ਕਹਿੰਦੇ ਹੋ ਕਿ ਗੱਦਾ ਡੋ ਵਾਲਾ ਵਸੇ ਇੱਕ ਗੱਲ ਜਾਣਦਾ ਪੈਸੇ ਤੋਂ ਬਿਨਾਂ ਨਹੀਂ ਕੋਈ ਕਿਸੇ ਨੂੰ ਸਿਆਣਦਾ ਸਹੀ ਹੈ ਭੀੜ ਪਈ ਤਾਂ ਜਾਂਦੇ ਸਾਥ ਗਿੱਲਾਂ ਛੱਡ ਨਿੱਕੇ ਹੁੰਦਿਆਂ ਨੇ ਮਿੱਤਰ ਪਿਆਰੇ ਨਹੀਂ ਕੱਚੇ ਕੋਠੇ ਮਿੱਤਰਾਂ ਦੇ ਪਹਿਣੇ ਲਿਪਣੇ ਤੈਨੂੰ ਮਟਿਆਰੇ ਠੀਕ ਹੈ ਅੱਛਾ ਜਦੋਂ ਤੁਹਾਡਾ ਵਿਆਹ ਹੁੰਦਾ ਫਿਰ ਉਦੋਂ ਤੁਹਾਡੇ ਤੁਹਾਡੇ ਤੇ ਵੀ ਥੋੜਾ ਜਿਹਾ ਸੀ ਕੱਚੇ ਕੋਠੇ ਵਾਲਾ ਜਾਂ ਆਪਣੇ ਵਧੀਆ ਸ਼ਾਦੀ ਨਹੀਂ 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 ਮੈਂ ਕਦੇ ਵੀ ਨਹੀਂ ਇਹ ਮੇਰੇ ਚ ਰਹੀ ਹੀ ਨਹੀਂ ਵੀ ਮੈਂ ਕਲਾਕਾਰਾਂ ਜਾਂਦਾ ਮੈਂ ਇਨਸਾਨੀਅਤ ਨੂੰ ਪਹਿਲ ਦਿੰਦਾ ਪਹਿਲਾਂ ਠੀਕ ਹੈ ਹੈ ਤਾਂ ਇਨਸਾਨ ਹੀ ਹੈ ਗਾਣਾ ਬਜਾਉਣਾ ਤਾਂ ਬਾਅਦ ਦੀ ਗੱਲ ਹੈ ਜੋ ਠੀਕ ਹੈ ਤੇ ਮੈਂ ਨਾ ਇਦਾਂ ਵਿਆਹ ਕਰਾਇਆ ਵੀ ਮੈਂ ਤਾਂ ਲਵ ਜੀਤਾ ਜਾਂਦਾ ਜਿੱਦਾਂ ਨਾਰਮਲ ਹੁੰਦਾ ਵਸ ਵੀ ਮੈਂ ਠੀਕ ਐ ਤਾਂ ਇਹ ਹੁਣੇ ਹੀ ਹੁਣ ਇਹ ਹੋਇਆ ਬਸ ਅੱਛਾ ਉਹ ਉਹ ਫਿਰ ਜਦੋਂ ਮਤਲਬ ਉਧਰੋਂ ਗੀਤ ਆ ਗਿਆ ਉਧਰੋਂ ਤੁਸੀਂ ਸਟਾਰ ਬਣ ਗਏ ਤੇ ਫਿਰ ਉਹ ਪਹਿਲਾਂ ਤਾਂ ਗੀਤ ਸੁਣਾਓ ਫਿਰ ਅਗਲੀ ਗੱਲ ਮੈਂ ਮੇਰੇ ਮਨ ਚ ਹੋਰ ਆ ਵੀ ਹੋਰ ਵੀ ਮੰਨ ਲਾ ਤੂੰ ਗੱਲ ਮੇਰੀ ਮੁਖ ਲੈ ਤੂੰ ਮੋੜਨੀ ਉੱਚਾ ਖਾਨਦਾਨ ਵੇ ਖਿਰਸ਼ ਤਲ ਜੋੜਨੀ ਸਾਡੇ ਨਾਲ ਪਿਆਰ ਪਾ ਕੇ ਖੱਟ ਲੇਗੀ ਕੀ ਅਸੀਂ ਪਹਿਲਾਂ ਹੀ ਗਰੀਬੀਆਂ ਦੇ ਮਾਰੇ ਨਹੀਂ ਕੱਚੇ ਕੋਠੇ ਮਿੱਤਰਾਂ ਦੇ ਪਹਿਣੇ ਲਪਣੇ ਤੈਨੂੰ ਮੁਟਿਆਰੇ ਨਹੀਂ ਕੱਚੇ ਕੋਠੇ ਮਿੱਤਰਾਂ ਦੇ ਇੱਕ 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 ਪਰਾ ਹੋਰ ਸੁਣਾ ਦਿਓ ਤੂੰ ਅਗਲਾ ਵੀ ਰੱਬ ਕੋਲੋਂ ਤੇਰੇ ਲਈ ਮੰਗਾਗੇ ਦੁਆਵਾਂ ਨਹੀਂ ਲੱਗਣਾਂ ਤੈਨੂੰ ਕਦੇ ਤੱਤੀਆਂ ਹਵਾਵਾਂ ਨਹੀਂ ਉਦ ਮਰੂਤੀ ਬਹੁਤ ਚੱਲਦੀ ਹੁੰਦੀ ਅੱਛਾ ਜੀ ਛੱਡ ਕੇ ਮਰੂਤੀਆਂ ਤੇ ਮਾਣ ਤੂੰ ਆਨੰਦ ਸਾਡੇ ਮੁੱਢ ਤੋਂ ਹੀ ਚਾਲ ਨਿਕਵਾਰੇ ਨੀ ਕੱਚੇ ਕੋਠੇ ਮਿੱਤਰਾਂ ਦੇ ਪਹਿਣੇ ਲਿਪਣੇ ਤੈਨੂੰ ਮਟਿਆਰੇ ਨੀ ਕੱਚੇ ਕੋਠੇ ਮਿੱਤਰਾਂ ਦੇ ਕੀ ਬਾਤ ਹੈ ਕਮਾਲ ਕਰਤੀ अच्छा उदो जमे ਤੁਸੀਂ ਵੀਡੀਓ ਦੇ ਵਿੱਚ ਬੜੀ ਸ਼ੇਵ ਸ਼ੂਬ ਕਰਕੇ ਤਾਂ ਉਦੋਂ ਫਿਰ ਮੁੱਛ ਫੁੱਟੀ ਦੇ ਵਿੱਚ ਬੰਦੇ ਕਈ ਪੁੱਠੇ ਕਰੇ ਇਦਾਂ ਕੁਛ ਮਤਲਬ ਚਰਚੇ ਖਰਚੇ ਹੁੰਦੇ ਆ ਸਾਰਾ ਕੁਝ ਨਹੀਂ ਨਹੀਂ ਉਹ ਪਰਿਵਾਰ ਹੀ ਸਾਡਾ ਇਦਾਂ ਦਾ ਕਿਉਂਕਿ ਪਹਿਲੇ ਦਿਨੋਂ ਹੀ ਡਰਚ ਰਹੇ ਆ ਠੀਕ ਹੈ ਜੀ ਡੈਡੀ ਸਾਡੇ ਦਾਦਾ ਜੀ ਚਾਚੇ ਤਾਹਾਂ ਦਾ ਅੱਜ ਤੱਕ ਵੀ ਉਨਾ ਹੀ ਡਰ ਆ ਇਹ ਨਹੀਂ ਕਿ ਮੈਂ ਬਿਆਹ ਗਿਆ ਜਾਂ ਕਲਾਕਾਰ ਬਣ ਗਏ ਅੱਜ ਵੀ ਉਵੇਂ ਹੀ ਡਰ ਲੱਗਦਾ ਵੀ ਜੇ ਕੋਈ ਮਤਲਬ ਬੈਠੇ ਵੇ ਅ ਚਾਚਾ ਜੀ ਆ ਗਿਆ ਠੀਕ ਹੈ ਜੀ ਰਿਸਪੈਕਟ ਆ ਪੂਰੀ अच्छा ठीक है।, है अच्छा ਜਦੋਂ ਕਈ ਵਾਰੀ ਕਲਾਕਾਰ ਥੋੜਾ ਪਿੱਛੇ ਰਹਿ ਜਾਂਦਾ ਜਿਵੇਂ ਹੁਣ ਤੁਸੀਂ ਸੋਸ਼ਲ ਮੀਡੀਆ ਤੋਂ ਦੂਰ ਹੋ ਯਾਰ ਮਿੱਤਰ ਬਦਲੇ ਨਵੇਂ ਲੋਕਾਂ 'ਚ ਗਏ ਕਿ ਉਹੀ ਯਾਰ ਮਿੱਤਰ ਨੇ ਨਹੀਂ ਬੜਾ ਫਰਕ ਤਾਂ ਹੈ ਪਰ ਯਾਰ ਮਿੱਤਰ ਨਹੀਂ ਛੱਡੇ ਜਾਂਦੇ ਜਿਹੜੇ ਜਿਹੜੇ ਇੱਥੋਂ ਜਿਹਦੇ ਨਾਲ ਰਿਸ਼ਤਾ ਹੋਵੇ ਨਹੀਂ ਛੱਡੇ ਜਾਂਦੇ ਤੇ ਮੇਰੀ ਆਤ ਰਹੀ ਇਹ ਹੈ ਕਿ ਮੈਂ ਧੋਖਾ ਨਹੀਂ ਦਿੱਤਾ ਕਿਸੇ ਨੂੰ ਅਜੇ ਤੱਕ ਠੀਕ ਹੈ ਦੇ ਵੀ ਜਿਹਦੇ ਨਾਲ ਵਰਤੇ ਇੱਥੋਂ ਹੀ ਵਰਤੇ ਦਿਮਾਗ ਨਾਲ ਨਹੀਂ ਵਰਤੇ ਵੀ ਬਸ ਇਹ ਤੋਂ ਆ ਕੰਮ ਲੈਣਾ ਹੈ ਤੋਂ ਆ ਲੈਣਾ ਆਪਾਂ ਮੁਹੱਬਤ ਕਰਕੇ ਵਰਤੇ ਕੇ ਇਹ ਸਾਡਾ ਭਰਾ ਵਾ ਜਿਹੜਾ ਜੁੜਿਆ ਹੈ ਉਹ ਜੁੜੇ ਹੀ ਹੋਏ ਮੇਰੇ ਨਾਲ ਹੁਣ ਤੱਕ ਅੱਛਾ ਕੁਛ ਇਹਨੇ ਯਾਰ ਮਾਰ ਵੀ ਕੀਤੀ ਤੁਹਾਨੂੰ ਪਤਾ ਹੀ ਇਹ ਤਾਂ ਫਿਰ ਇਹ ਤਾਂ ਪਹਿਲਾ ਠੀਕ ਮੇਰੇ ਪਿੱਛੇ ਰਹਿਣ ਦਾ ਰੀਜ਼ ਨਹੀਂ ਇਹ ਕੋਈ ਸੀ ਆਪਣੀ ਹੂੰ ਅੱਛਾ ਮੈਂ ਉਹੀ ਧੋਖੇ ਦੀ ਗੱਲ ਕਰ ਰਿਹਾ ਸੀ ਕਿ ਬਹੁਤ ਸਾਰੇ ਲੋਕ ਨੂੰ ਸ਼ਾਇਦ ਲੱਗਦਾ ਸੀ ਕਿ ਲਵਜੀਤ ਜਿਹਦਾ ਕੱਟੇ ਕੋਠੇ ਮਿੱਤਰਾਂ ਦੀ ਮੈਨੂੰ ਲੱਗਦੀ ਸਾਡੇ ਪਿੰਡ ਦਾ ਇੱਕ ਮੁੰਡਾ ਸੀ ਉਹਨੇ ਮੈਨੂੰ ਇਹ ਗੱਲ ਦੱਸੀ ਹੋਈ ਆ ਤੁਹਾਡੇ ਬਾਰੇ ਉਹ ਕਹਿੰਦਾ ਵੀ ਜਦੋਂ ਲਵਜੀਤ ਬਾਈ ਦੀ ਕੈਸਟ ਆਈ ਉਸਦੇ ਨਾਲ ਹੀ ਮੇਜਰ ਰਾਜਸਤਾਨੀ ਜੀ ਦੀ ਵੀ ਕੈਸਟ ਬਰਾबरी ਆਈ ਹੋਈ ਸੀ ਬਾਈ ਬਾਈ ਬਹੁਤ ਘੈਂਟ ਕਲਾਕਾਰ ਸੀ ਮੇਜਰ ਅਸਤਾਨੀ ਸਾਹਿਬ ਸਾਡਾ ਪਿਆਰ ਬਹੁਤ ਸੀ ਆਬੀ ਦੀ ਸਾਰੇ ਕਲਾਕਾਰਾਂ ਦਾ ਬਾਈ ਬਲਕਾਰ ਬਲਕਾਰ ਸਿੱਧੂ ਹਰਦੇਵ ਬਾਈ ਧਰਮਪ੍ਰੀਤ ਵੀਰ ਦਵਿੰਦਰ ਇਹ ਸਾਡਾ ਇੱਕ ਹੀ ਹੁੰਦਾ ਸੀ ਸਾਰੇ ਤੁੰ ਤਕਰੀਬਨ ਜਿੰਨੀਆਂ ਬਠਿੰਡੇ ਓ ਢਿੱਲੋ ਮਾਰਕੀਟ ਮਹਿਣਾ ਚੌਂਕ ਚ ਫੋਟੋਆਂ ਨੇ ਉੱਚ ਤੁਸੀਂ ਜ਼ਰੂਰ ਹੋ ਜੀ ਬਿਲਕੁਲ ਬਿਲਕੁਲ ਸਾਡੀ ਮੁਹੱਬਤ ਪਿਆਰ ਬਹੁਤ ਸੀ ਠੀਕ ਹੈ ਵੀ ਜਾਨੀ ਜੇ ਕੋਈ ਨਵਾਂ ਸਾਲ ਆ ਗਿਆ ਤਾਂ ਇਕੱਠਿਆਂ ਨੇ ਮਨਾਉਣਾ ਦਿਵਾਰੀ ਆ ਗਈ ਤਾਂ ਬਾਈ ਬਲਕਾਰ ਨੇ ਕਹਿਦਣਾ ਵੀ ਸਾਰੇ ਇਕੱਠੇ ਠੀਕ ਹੈ ਉਹ ਬਹੁਤ ਘੈਂਟ ਬਹੁਤ ਅੱਛੇ ਦਿਨ ਕੱਟੇ ਜਣ ਅੱਛਾ ਉਦੋਂ ਸਭ ਤੋਂ ਪਹਿਲਾਂ ਤੁਹਾਡੇ ਚੋਂ ਜ਼ਿਆਦਾ ਗੁੱਡੀ ਕਿਹਦੀ ਚੜਨ ਲੱਗੀ ਮਤਲਬ ਜਿਹੜਾ ਜ਼ਿਆਦਾ ਉਡਾਰ ਹੋਇਆ ਮਤਲਬ ਬਠਿੰਡੇ ਤੋਂ ਨਿਕਲ ਕੇ ਜਿਹਦਾ ਹੋਰ ਪਾਸੇ ਵੀ ਸ਼ੋਅ ਲੱਗਣੇ ਸ਼ੁਰੂ ਹੋਏ ਬਾਈ ਬਲਕਾਰ ਸਿੱਧੂ ਜੀ ਅੱਛਾ ਜੀ ਉਸ ਤੋਂ ਬਾਅਦ ਫਿਰ ਹਰਦੇਵ ਬਾਈ ਠੀਕ ਹੈ ਜੀ ਧਰਮਪ੍ਰੀਤ ਫਿਰ ਧਰਮਪ੍ਰੀਤ ਨੇ ਦਾ ਪਤਾ ਹੀ ਇਹ ਲੋਕਾਂ ਨੂੰ ਕੇ ਅੱਛਾ ਅਸੀਂ ਮੈਂ ਬਹੁਤ ਕੰਮ ਕੀਤਾ ਬਾਈ ਨਾ ਧਰਮਪ੍ਰੀਤ ਨਾਲ ਠੀਕ ਹੈ ਅੱਛਾ ਅੱਛਾ ਕਿਵੇਂ ਰਿਹਾ ਤੁਹਾਡਾ ਉਹ ਸਾਰਾ ਦੌਰ ਕਿਉਂਕਿ ਜਦੋਂ ਤੁਸੀਂ ਮਤਲਬ ਹੁਣ ਤਾਂ ਜਿਵੇਂ ਕਲਾਕਾਰ ਕਹਿੰਦੇ ਨੇ ਵੀ ਉਹ ਕਹਿੰਦੇ ਯਾਰ ਅਸੀਂ ਘਰੇ ਨਹੀਂ ਮਿਲਦੇ ਸਨ ਤਾਂ ਬਰਤਸ਼ਤਾ ਜਿਹੜੇ ਬਰਸ਼ਟਾ ਬਰਸ਼ਟਾ ਕਾਫਿਆਂ ਕੂਫਿਆਂ ਦੀ ਮਿਲਣਾ ਪੈਂਦਾ ਉਦੋਂ ਤਾਂ ਮਹਿਫਲ ਲੱਗਦੀ ਸੀ ਪਰ ਉਹ ਗੱਲਾਂ ਕੋਈ ਯਾਦਗਾਰੀ ਗੱਲ ਸੋਡੇ ਸਾਰਿਆਂ ਦੀ ਇਕੱਠੇ ਜਿਹੜੀ ਅੱਜ ਵੀ ਹਾਸਾ ਆਉਂਦਾ ਹੋਵੇ ਵੀ ਯਾਰ ਬਲਕਾਰਾ ਉਹ ਐਂ ਵੀ ਕਰ ਲੈਂਦੇ ਸੀ ਇੱਕ ਵਾਰੀ ਚੀਮਾ ਪਿੰਡਾ ਇੱਥੇ ਬਰਨਾਲੇ ਲੱਗੇ ਹਾਂਜੀ ਉਦੋਂ ਸ਼ਹੀਦਾਂ ਨੂੰ ਪੈਸੇ ਇਕੱਠੇ ਕਰਕੇ ਦੇਨੇ ਸੀ ਕਿ ਇਦਾਂ ਦਾ ਸ਼ੋਅ ਸੀਗਾ ਠੀਕ ਹੈ ਅਸੀਂ ਬਠਿੰਡੇ ਵਾਲੇ ਸਾਰੇ ਹਰਪ੍ਰਜਨ ਮਾਨ ਜੀ ਜੀ ਤੇ ਉਸਤਾਦ ਸਰਦੂਲ ਸਿਕੰਦਰ ਸਾਹਿਬ ਜੀ ਅਸੀਂ ਪਹੁੰਚੇ ਉੱਥੇ ਤੇ ਹਰਪਜਨ ਬਾਈ ਜੀ ਲੇਟ ਆਏ ਤੇ ਅਸੀਂ ਪਹਿਲਾਂ ਪਹੁੰਚ ਗਏ ਮਤਲਬ ਠੀਕ ਹੈ ਜੀ ਤੇ ਸੁਲਖੰਦਰ ਸਾਹਿਬ ਨੇ ਅਨਾਉਂਸ ਕਰਤਾ ਕਿ ਹਰਪਜਨ ਮਾਨ ਗਉਣਗੇ ਠੀਕ ਹੈ ਤੇ ਮੇਜਰ ਅਸਤਾਨੀ ਬਾਈ ਇਦਾਂ ਦੇ ਸੀ ਕਹਿੰਦੇ ਯਾਰ ਆਪਾਂ ਨੂੰ ਇੰਨਾ ਟਾਈਮ ਹੋ ਗਿਆ ਆਪਣਾ ਨਾਮ ਹੀ ਅਨਾਉਂਸ ਕੀਤਾ ਚਲੋ ਆਪਾਂ ਚੱਲਦੇ ਹਾਂ ਇੱਥੋਂ ਅੱਛਾ ਜੀ ਅਸੀਂ ਸਾਰੇ ਮਗਰ ਲੱਗਣਾ ਹੀ ਸੀਗੇ ਅਸੀਂ ਤੁਰੇ ਫਿਰ ਗੱਡੀ ਰੋਕ ਲਈ ਉਹਨਾਂ ਨੇ ਸਰਦੂਲ ਜੀ ਨੇ ਕਹਿੰਦੇ ਵੀ ਨਹੀਂ ਜਾਣਾ ਤੁਸੀਂ ਹਾਜ਼ਰੀ ਲਾ ਕੇ ਜਾਣੀ ਉਹਨਾਂ ਨੇ ਗਾਂਹ ਪ੍ਰੋਗਰਾਮ ਤੇ ਜਾਣਾ ਮਾਨ ਸਾਹਿਬ ਨੇ ਵੀ ਤਾਂ ਕਰਕੇ ਇਦਾਂ ਹੋ ਗਿਆ ਠੀਕ ਹੈ ਵੀ ਇੱਕਾ ਬਹੁਤ ਸੀ ਆਏ ਸੀ ਉਹਨਾਂ ਨੇ ਜਦੋਂ ਫੂਕ ਮਾਰਤੀ ਵੀ ਚੱਲਣਾ ਤੇ ਤਰਪੂਆ ਸਿੱਧਾ ਸੀ ਠੀਕ ਹੈ ਅੱਛਾ ਜਦੋਂ ਉਹ ਸਾਰੇ ਮਤਲਬ ਤਾਸ਼ ਵਾਂਗੂ ਪੱਤੇ ਖਿੰਡ ਗਏ ਜੀ ਤੁਹਾਡੇ ਯਾਰ ਹਰਦੇਵ ਬਾਈ ਬਾਹਰ ਚਲਾ ਗਿਆ ਧਰਮਪ੍ਰੀਤ ਬਾਈ ਦੁਨੀਆ ਜਹਾਨ ਤੋਂ ਚਲਾ ਗਿਆ ਉਹ ਸਾਰਾ ਬਲਕਾਰ ਬਾਈ ਇੱਧਰ ਆ ਗਿਆ ਤਾਂ ਉਹ ਸਾਰਾ ਤੁਹਾਡੇ ਕਿਉਂਕਿ ਤੁਸੀਂ ਇਕੱਲੇ ਬਠਿੰਡੇ 'ਚ ਮੇਰੇ ਖਾਲ ਰਹਿ ਗਏ ਸੀ ਜੀ ਤਾਂ ਉਹ ਸਾਰਾ ਤੁਹਾਡੇ ਲਈ ਜਿਵੇਂ ਸੁੰਨਾ ਵੇਖ ਚਵਾਰਾ ਮੈਂ ਹੋ ਕੇ ਮਰਦਾ ਹੁੰਦਾ ਸੀ ਕਦੇ ਦਿਲ ਕਰਦਾ ਸੀ ਕਿ ਯਾਰ ਉਹ ਸਾਰੇ ਯਾਰ ਮਿੱਤਰੇ ਕਿ ਕਰ ਹੁਣ ਤੱਕ ਵੀ ਰੋਣ ਆ ਜਾਂਦਾ ਦੇਖ ਕੇ ਵੀ ਯਾਰ ਕਿੱਧਰ ਨੂੰ ਸਿਸਟਮ ਕੀ ਹੋ ਗਿਆ ਕਿਉਂਕਿ ਇੱਕ ਇਕੱਠੇ ਬਹੁਤ ਰਹੇ ਆ ਇੱਕ ਮੁਹੱਬਤ ਬਹੁਤ ਸੀ ਜਿਹੜਾ ਹੁਣ ਵਾਲਾ ਟਾਈਮ ਤਾਂ ਤੋਬਾ ਤੋਬਾ ਕਰਾਈ ਪਈ ਐ ਉਹ ਤਾਂ ਜਿਹੜਾ ਪਹਿਲਾ ਵਾਲਾ ਟਾਈਮ ਅਸੀਂ ਦੇਖ ਲਿਆ ਉਹ ਟਾਈਮ ਅਰਦਾਸ ਕਰਦੇ ਆ ਕਿ ਬਾਬਾ ਦੂਰੀਵਾਰ ਲੈ ਕੇ ਆਵੇ ਫਿਰ ਠੀਕ ਹੁਣ ਜਿੱਦਾਂ ਕਲਾਕਾਰ ਇੱਕ ਦੂਜੇ ਦੇ ਨਾਲ ਬਹੁਤ ਘੱਟ ਸਟੇਜਾਂ ਤੇ ਜਾਂਦੇ ਆ ਜਾਂ ਜਾਣ ਤੋਂ ਤੁਸੀਂ ਫਿਰ ਉਦਾਂ ਯਾਰੀ ਦੋਸਤੀ ਵੀ ਚੱਲੇ ਜਾਂਦੇ ਜਿੱਦਾਂ ਬਲਕਾਰ ਬਾਈ ਨੇ ਕਹਿਤਾ ਕਿ ਯਾਰ ਲਵਜੀ ਤੂੰ ਮੇਰ ਨਾਲ ਚੱਲੇ ਦਾ ਬਿਲਕੁਲ ਅੱਛਾ ਮੈਂ ਸਾਜ ਪਲੇ ਕਰ ਲੈਣਾ ਮੇਰੇ ਗਾਣਾ ਆਏ ਨਾਲੇ ਹਿੱਟ ਗਾਣਾ ਬਾਈ ਧਰਮਪ੍ਰੀਤ ਨੇ ਕਹਿ ਦੇਣਾ ਯਾਰ ਕੀਬੋਰਡ ਵਜਾਉਣਾ ਅੱਜ ਮੈਂ ਕੀਬੋਰਡ ਵੀ ਵਜਾ ਦੇਣਾ ਅੱਛਾ ਮੁਹਬਤ ਸੀ ਨਾ ਸਾਡੀ ਇਦਾਂ ਨਹੀਂ ਸੋਚਦਾ ਸੀ ਮੇਰਾ ਗਾਣਾ ਮੈਂ ਹਟਾਂ ਵੀ ਮੈਂ ਨਹੀਂ ਵੀ ਜਿਹਨੇ ਕਹਿਤਾ ਤੁਰ ਪੈਣਾ ਬਸ ਇਹ ਪਿਆਰ ਸੀ ਸਾਡਾ ਅੱਛਾ ਤੁਹਾਡੇ ਨਾਮ ਪਿੱਛੇ ਕਈ ਅਲੰਕਾਰ ਜੁੜ ਜਾਂਦੇ ਆ ਜਿਵੇਂ ਕੋਈ ਤੁਹਾਨੂੰ ਲਵਜੀਤ ਕਹਿੰਦਾ ਕੋਈ ਤੁਹਾਨੂੰ ਲਵਜੀਤ ਬੱਕਰ ਕਹਿੰਦਾ ਕੋਈ ਲਵਜੀਤ ਪੋਨਾ ਕਹਿੰਦਾ ਕੋਈ ਖਾਨ ਕਹਿੰਦਾ ਇਹ ਇਹ ਪੋਨਾ ਕੀ ਆ ਤੇ ਬੱਕਰ ਕੀ ਆ ਜੀ ਇਹ ਦਰਅਸਲ ਮੇਰਾ ਨਾਮ ਪਹਿਲਾਂ ਬੱਕਰੀ ਸੀਗਾ ਜੀ ਅੱਛਾ ਜੀ ਤੇ ਫਿਰ ਜਦੋਂ ਮੇਰੇ ਉਸਤਾਦ ਜੀ ਮਿਲੇ ਉਸਤਾਦ ਖਾਨ ਸਾਹਿਬ ਬੱਕਰ ਉਹ ਸੈਂ ਜੀ ਫਿਰ ਮੈਂ ਨਾਮ ਚੇਂਜ ਕੀਤਾ ਕਿਉਂਕਿ ਮੇਰੇ ਗੁਰੂ ਜੀ ਦਾ ਵੀ ਨਾਮ ਹੋਇਆ ਸੀ ਠੀਕ ਹੈ ਜੀ ਤੇ ਪੋਨਾ ਪਿਆਰ ਨਾਲ ਮੇਰੇ ਦਾਦੀ ਨੇ ਰੱਖਿਆ ਸੀ ਨਾ ਅੱਛਾ ਪੋਨਾ ਗੰਨਾ ਹਾਂ ਹਾਂ ਠੀਕ ਹੈ ਜੀ ਹੁੰਦਾ ਨਾ ਸ਼ਬਦੇ ਤਾਂ ਕਰਕੇ ਰੱਖਿਆ ਸੀ ਅੱਛਾ ਮਤਲਬ ਉਹ ਮਿੱਠਾ ਹੁੰਦਾ ਮਿੱਠਾ ਹੁੰਦਾ ਅੱਛਾ ਤੁਸੀਂ ਫਿਰ ਕਦੇ ਕੌੜਾ ਬੋਲ ਜਾਂਦੇ ਨਹੀਂ ਕਿਸੇ ਨੂੰ ਕਈ ਵਾਰ ਹੋ ਜਾਂਦਾ ਹੂ ਮੈਨੂੰ ਆਪ ਨੂੰ ਤਾਂ ਨਹੀਂ ਪਤਾ ਲੱਗਦਾ ਵੀ ਮੈਂ ਬੋਲਿਆ ਉਹ ਕਹਿੰਦੇ ਵੀ ਲਵਜੀਤ ਨੂੰ ਉਹਨਾਂ ਕੌੜੇ ਬੋਲਾ ਨੇ ਨਹੀਂ ਲਿਆਂ ਜਿੰਨਾ ਉਹਨੂੰ ਕੌੜੇ ਪਾਣੀ ਨੇ ਮਾਰ ਲਿਆ ਬਿਲਕੁਲ ਪਰ ਇਹ ਨਹੀਂ ਪਤਾ ਲੋਕਾਂ ਨੂੰ ਕਿ ਕੌੜਾ ਪਾਣੀ ਕਿਉਂ ਪੀਤਾ ਕਾਹ ਤੋਂ ਪੀਂਦਾ ਕਿਉਂਕਿ ਜਿਸ ਤਨ ਲੱਗਿਆ ਸੋਈ ਜਾਣੇ ਮੈਨੂੰ ਪਤਾ ਜਾਉ ਨੂੰ ਪਤਾ ਜਿਹੜਾ ਮੇਰੇ ਕਰੀਬ ਆ ਵੀ ਕਿਉਂ ਠੀਕ ਹੈ ਥੋੜਾ اچھا ਬਹੁਤ ਸਾਰੀ ਇੱਕ ਵਾਰੀ ਕੋਈ ਸੱਜਣ ਸਾਨੂੰ ਗੱਲ ਸੁਣਾ ਰਿਹਾ ਸੀ ਕਹਿੰਦੇ ਵੀ ਲਵਜੀਤ ਦੀ ਕਿਸੇ ਕੰਪਨੀ ਨੇ ਕੈਸਟ ਕਰਨੀ ਸੀ ਤਾਂ ਉਹਨੇ ਉਹਦੇ ਪਿੱਛੇ ਬੰਦੇ ਲਾਤੇ ਕਿ ਦੇਖਦੇ ਆ ਵੀ ਲਵਜੀਤ ਬਾਰੇ ਇਹ ਅਫਵਾਹ ਉੱਡੀ ਹੋਈ ਸੀ ਵੀ ਇਹ दारू ਬਹੁਤ ਪੀਂਦਾ ਜੀ ਤਾਂ ਉਹ ਕਹਿੰਦੇ ਜਦੋਂ ਉਹਨਾਂ ਨੇ ਬੰਦੇ ਪਿੱਛੇ ਲਾਤੇ ਤਾਂ ਉੱਥੇ ਇੱਕ ਸਟੇਜ ਤੋਂ ਚੜ੍ਹਨ ਤੋਂ ਪਹਿਲਾਂ ਵੀ ਲਵਜੀਤ ਨੇ ਮਤਲਬ ਪਿਆਲਾ ਪੀਤਾ ਦਾ ਸਟੇਜ ਤੇ ਵੀ ਪੈਗ ਲਾ ਕੇ ਜਾਂਦਾ ਰਿਹਾ ਇਹ ਗੱਲਾਂ ਕੋਈ ਹੈਗੀਆਂ ਤੁਹਾਨੂੰ ਲੱਗਦਾ ਵੀ ਇੱਕਦੇ ਸਟੇਜ ਤੇ ਨਹੀਂ 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 ਇਦਾਂ ਨਹੀਂ ਚਲੋ ਵਿਆਹ ਸ਼ਾਦੀ ਤਾਂ ਸਾਰੇ ਕਲਾਕਾਰ ਹੀ ਅਸੀਂ ਹੁੰਨੇ ਉਹ ਤੇ ਲੱਗ ਜਾਂਦਾ ਠੀਕ ਹੈ ਲਾ ਵੀ ਲੈਂਦੇ ਸਾਰੇ ਇਦਾਂ ਨਹੀਂ ਸੀ ਵੀ ਆ ਸਟੇਜ ਤੇ ਮੈਂ ਜਾ ਰਿਹਾ ਤੇ ਪੀਕੇ ਹੀ ਚੜਨ ਕਿਉਂਕਿ ਤੁਹਾਨੂੰ ਪਤਾ ਫਿਰ ਜਿੰਨੇ ਮੂੰਹ ਹੰਨੀਆਂ ਗੱਲਾਂ ਠੀਕ ਹੈ ਮਾੜਾ ਜਾ ਕੋਈ ਬਹਾਨਾ ਚਾਹੀਦਾ ਬੰਦੇ ਨੂੰ ਠੀਕ ਹੈ ਥੱਲੇ ਲਾਉਣ ਲਈ ਫਿਰ ਉਹ ਉਹ ਵੀ ਚੱਲਦਾ ਤੁਹਾਨੂੰ ਪਤਾ ਅੱਛਾ ਲਤਾ ਆਪਣਿਆਂ ਨੇ ਵੀ ਖਿੱਚੀਆਂ ਬਹੁਤ ਜ਼ਿਆਦਾ ਹੁਣ ਤੱਕ ਵੀ ਠੀਕ ਹੈ ਪਰ ਇਹ ਤਾਂ ਮੈਨੂੰ ਮੈਂ ਆਪਦੇ ਆਪ ਨੂੰ ਬੜਾ ਸਕੂਨ ਨਾਲ ਰੱਖਿਆ ਹੋਇਆ ਮੈਂ ਮੈਂ ਸਕੂਨੀ ਬੰਦਾ ਜਾਨੀ ਭੜਕਣ ਵਾਲਾ ਨਹੀਂ ਠੀਕ ਹੈ ਜੋ ਮੰਗਿਆ ਮੈਨੂੰ ਮਿਲਿਆ ਤੇ ਮਿਲਦਾ ਹੀ ਰਹਿਣਾ ਮੈਨੂੰ ਯਕੀਨ ਹੈ ਅੱਛਾ ਹੁਣ ਉਹ ਚੀਜ਼ ਜਿਵੇਂ ਕਈ ਚੀਜ਼ਾਂ ਨਾ ਕਮਜ਼ੋਰੀ ਬਣ ਜਾਂਦੀਆਂ ਨੇ ਜੀ ਕੀ ਜਿਹੜਾ ਇੱਕ ਕਲਾਕਾਰ ਆ ਜਿਹਨੂੰ ਇੰਨੀ ਦੁਨੀਆ ਪਿਆਰ ਕਰਦੀ ਸੀ ਜਿਹਦਾ ਕੱਚੇ ਕੋਠੇ ਮਿੱਤਰਾਂ ਦੀ ਪੂਰੀ ਦੁਨੀਆ ਚ ਵਜਦਾ ਸੀ ਕਿ दारू ਉਹਦੀ ਮਜਬੂਰੀ ਬਣ ਗਈ ਸੀ ਮਜਬੂਰੀ ਨਹੀਂ ਸੀ ਜਦੋਂ ਕੋਈ ਵਕਤ ਪੈ ਜੇ ਨਾ ਉਦੋਂ ਫਿਰ ਬੰਦਾ ਕੋਈ ਇਦਾਂ ਦਾ ਕਦਮ ਚੱਕਦਾ ਮੈਂ ਪਹਿਲਾਂ ਨਹੀਂ ਪੀਤੀ ਜਦ ਮੇਰੇ ਬੇਟੇ ਵਾਲੀ ਪ੍ਰੋਬਲਮ ਆਈ ਫਿਰ ਮੈਂ ਡਿਪਰੈਸ਼ਨ ਚ ਹੋ ਗਿਆ ਇਸ ਕਰਕੇ ਪੀਤੀ ਤੇ ਲੋਕਾਂ ਨੂੰ ਨਹੀਂ ਪਤਾ ਸੀ ਇਸ ਗੱਲ ਦਾ ਕਿ ਮੇਰੇ ਬੇਟੇ ਨੂੰ ਕੋਈ ਪ੍ਰੋਬਲਮ ਆ ਠੀਕ ਹੈ ਤੇ ਲੋਕਾਂ ਨੇ ਤਾਂ ਫਿਰ ਕਹਿਣਾ ਹੀ ਹੈ ਠੀਕ ਹੈ ਅੱਛਾ ਉਹਨੂੰ ਜਦੋਂ ਜਦੋਂ ਤੁਹਾਨੂੰ ਬੱਚਾ ਹੁੰਦਾ ਹਨਾ ਪਹਿਲਾਂ ਨਹੀਂ ਪਤਾ ਹੁੰਦਾ ਤੁਹਾਨੂੰ ਕਦੋਂ ਕੋ ਪਤਾ ਲੱਗਿਆ ਵੀ ਮੇਰੇ ਬੱਚੇ ਨੂੰ ਆ ਪ੍ਰੋਬਲਮ 6-7 ਸਾਲ ਦੀ ਉਮਰ 'ਚ ਪਤਾ ਲੱਗਿਆ ਅੱਛਾ ਉਹ ਇੱਕੋ ਦਮ ਜਿੱਦੋਂ ਹਾਂਜੀ ਪਹਿਲਾਂ ਕਹਿੰਦੇ ਤੰਦੂਆ ਜੀ ਜਿੱਦਾਂ ਜਿਵੇਂ ਕਹਿਦਾ ਕਰੀ ਉਹਨੇ ਵੀ ਦਿਖਾ ਲਿਆ ਕਰੀ ਫਿਰ ਬਾਅਦ ਵਿੱਚ ਪਤਾ ਲੱਗਾ ਕਿ ਉਹਨਾਂ ਦੇ ਦਿਮਾਗ ਵਿੱਚ ਪਾਣੀ ਭਰਿਆ ਹੋਇਆ ਨਾੜਾ ਬਲੌਕ ਨੇ ਠੀਕ ਹੈ ਜੀ ਅੱਛਾ ਜਦੋਂ ਇੱਕੋ ਦਮ ਚੀਜ਼ ਨੂੰ ਪਤਾ ਲੱਗਦਾ ਕਿਉਂਕਿ ਜਦੋਂ ਸਾਨੂੰ ਕੋਈ ਚੀਜ਼ ਖੜੇ ਪੈਰ ਸੁਣਾ ਦਿੰਦਾ ਫੈਸਲਾ ਜੀ ਉਹ ਬੰਦੇ ਲਈ ਬਹੁਤ ਝਟਕਾ ਹੁੰਦਾ ਬਹੁਤ ਜ਼ਿਆਦਾ ਤੁਹਾਡੇ ਲਈ ਕਿਵੇਂ ਸੀ ਮੈਨੂੰ ਵੀ ਉਦਾਂ ਹੀ ਬੜਾ ਮੈਂ ਬਸ ਮੈਂ ਆਪਦੇ ਆਪ ਨੂੰ ਸਾਹਮਣੇ ਨਹੀਂ ਸਕੇ ਕਿਉਂਕਿ ਇਹ ਛੋਟੀ ਗੱਲ ਨਹੀਂ ਹੁੰਦੀ ਕੋਈ ਬੇਟਾ ਤੇ ਉਹ ਵੀ ਰੱਬ ਨੇ ਬਾਕੀ ਤਾਨੂੰ ਪਤਾ ਹੀ ਹੈ ਅੱਛਾ ਅੱਛਾ ਫਿਰ ਤੁਸੀਂ ਉਸ ਚੀਜ਼ ਤੋਂ ਜਦੋਂ ਤੁਹਾਨੂੰ ਕੰਪਨੀਆਂ ਨੇ ਇਹਦਾ ਰੋਕ ਲਿਆ ਪੰਨ ਲਿਆ ਜੀ ਤੁਹਾਡੇ ਗਾਣੇ ਨਹੀਂ ਆਏ ਉਸ ਤੋਂ ਬਾਅਦ ਫਿਰ ਨਵੀਂ ਪਾਰੀ ਜਾਓ ਫਿਰ ਉਹ ਕੈਸਟ ਕਦੋਂ ਆਉਂਦੀ ਹੈ ਜਿਹਦੇ ਵਿੱਚ ਚੂੜੇ ਨੂੰ ਸਲਾਮ ਗਾਣਾ ਇਹ ਸਾਰੇ ਗਾਣੇ ਹੁੰਦੇ ਆ ਇਹ ਗਾਣਾ ਬੰਟੀ ਹਿੰਮਤਪੁਰੀ ਭਰਾ ਸਾਡਾ ਜੀ ਇੱਥੋਂ ਸ਼ੁਰੂ ਹੈ ਮੈਂ ਮੇਰੇ ਗਾਣੇ ਆ ਤੁਈ ਉਸ ਤੋਂ ਬਾਅਦ ਤਾਂ ਬੋਆ ਸਿੰਗਰਾਂ ਨੇ ਗਾਏ ਗਾਣੇ ਮਾਸ਼ੇ ਨੇ ਵੀ ਗਾਏ ਆਪਣੇ ਜੀ ਇਹ ਉਦੋਂ ਟੇਪ ਕੀਤੀ ਫਿਰ ਸਾਡੇ ਦੋਸਤ ਸੀਗੇ ਬਾਹਰੋਂ ਕੈਨੇਡਾ ਤੋਂ ਗੁਰਚਰਨ ਕੋਹਲੀ ਆ ਠੀਕ ਹੈ ਜੀ ਉਹਨਾਂ ਨੇ ਕੀਤੀ ਸੀ ਟੇਪ ਤੇ ਇਹ ਪ੍ਰੋਪਰ ਡਵਿੰਗ ਨਹੀਂ ਹੋਈ ਸੀ ਦੀ ਮਤਲਬ ਵੀ ਜਾਨੀ ਬੰਟੀ ਨੂੰ ਇੱਕ ਸ਼ੌਂਕ ਸੀ ਵੀ ਆਪਾਂ ਪੂਰੇ ਪੂਰੇ ਗਾਣਿਆਂ ਦੀ ਡੰਮੀ ਕਰਨੀ ਹੈ ਮਤਲਬ ਠੀਕ ਹੈ ਜੀ ਇਹ ਪੂਰੇ ਗਾਣਿਆਂ ਦੀ ਡੰਮੀ ਕਰਨੀ ਹੈ ਤੇ ਬਾਅਦ ਚ ਡਵਿੰਗ ਵਧੀਆ ਢੰਗ ਨਾਲ ਕਰ ਜਾਗੇ ਉਹ ਕਿ ਚੱਕਰ ਇਦਾਂ ਦਾ ਪਿਆ ਉਹ ਉਦਾਂ ਹੀ ਰੀਲੀਜ਼ ਕਰੀ ਉਹਨਾਂ ਨੇ ਕਿਉਂਕਿ ਡਵਿੰਗ ਨਹੀਂ ਹੈ ਉਹ ਗਾਣੇ ਠੀਕ ਹੈ ਸਾਰੀ ਟੇਪ ਦੀ ਅੱਛਾ ਤੁਹਾਡਾ ਠੋਕਰ ਗੀਤ ਆ ਜਿਹੜਾ ਜੀ ਉਹ ਮੈਨੂੰ ਲੱਗਦੀ ਵੀ ਕਿਹੜਾ ਬੰਦਾ ਜਦੋਂ ਦਿਲ ਟੁੱਟਦਾ ਤੇ ਉਦੋਂ ਲਵ ਜੀ ਦਾ ਠੋਕਰਤਾ ਜਿਵੇਂ ਨਾ ਕੋਈ ਪੈਨ ਡਰਾਈਵ ਚ ਭਰ ਕੇ ਪੱਕਾ ਰੱਖਿਆ ਹੁੰਦਾ ਬਿਲਕੁਲ ਬਿਲਕੁਲ ਉਹੀ ਬਹੁਤ ਵੀਡੀਓ ਵਾਇਰਲ ਹੁੰਦੀਆਂ ਉਹਨਾਂ ਦੀ ਅੱਛਾ ਤੇ ਬਹੁਤ ਰੀਲਾਂ ਵੀ ਚੱਲਦੀਆਂ ਹੁਣ ਕੱਚੇ ਕੋਠੇ ਦੀ ਵੀ ਰੀਲ ਬਹੁਤ ਚੱਲ ਰਹੀ ਹੈ ਠੀਕ ਹੈ ਮੁਹੱਬਤ ਕਰਦੀ ਹੈ ਦੁਨੀਆ ਜਿਹੜੇ ਪੁਰਾਣੇ ਅੱਛਾ ਇੱਕ ਗੱਲ ਆ ਜਿਵੇਂ ਮੈਂ ਤੁਹਾਡੇ ਤੋਂ ਹੋਰ ਵੀ ਪੁੱਛਣੀ ਚਾਹਨਾ ਜੀ ਵੀ ਅੱਜ ਦੀਆਂ ਜਦੋਂ ਅਸੀਂ ਕੁੜੀਆਂ ਬਾਰੇ ਗੱਲ ਕਰਦੇ ਆ ਤਾਂ ਅੱਜ ਕੱਲ੍ਹ ਦੀਆਂ ਕੁੜੀਆਂ ਬਾਰੇ ਇਹ ਗੱਲ ਆਉਂਦੀ ਹੈ ਵੀ ਇਹ ਤਾਂ ਪੈਸੇ ਵਾਲੇ ਤੇ ਮਰਦੀਆਂ ਗੱਡੀਆਂ ਤੇ ਮਰਦੀਆਂ ਜੈ ਜੈ ਪਰ ਤੁਹਾਨੂੰ ਕੀ ਲੱਗਦਾ ਵੀ ਜਿਹੜਾ ਆਸ਼ਕ ਨੇ ਇਹੀ ਸੁਣਾਤਾ ਵੀ ਕੱਚੇ ਕੋਠੇ ਮਿੱਤਰਾਂ ਦੇ ਫਿਰ ਉਹਦਾ ਪਾੜ ਦੂਜੇ ਚ ਕੁੜੀ ਦਾ ਹਾਲ ਤਾਂ ਲਿਖ ਦੇਣਾ ਸੀ ਵੀ ਕੁੜੀ ਮੰਨੀ કે ਨਹੀਂ ਮੰਨੀ ਇਹ ਵੀ ਹੋ ਸਕਦਾ ਐਸੇ ਕਰਾਂਗੇ ਇਹ ਚੱਲੀ ਜਾਂਦਾ ਹੈ ਵੀ ਸੀਨ ਇਹ ਦੱਸਾਂਗੇ ਜ਼ਰੂਰ اچھا ਨਹੀਂ ਉਹਦਾ ਕੁੜੀ ਕੱਟ ਸਕਦੀ ਆ ਤੁਹਾਡੀ ਵਾਈਫ ਨੇ ਉਹਨਾਂ ਮਾੜੇ ਦੌਰਾਂ ਦੇ ਵਿੱਚ ਕੱਟਿਆ ਤੁਹਾਡੇ ਨੂੰ ਮਤਲਬ ਨਹੀਂ ਉਦੋਂ ਚੰਗੇ ਸੀ ਠੀਕ ਵਿੱਚ ਦੀ ਮੜ ਆ ਗਿਆ ਪਰ ਮੇਰੇ ਨਾਲ ਉਦਾਂ ਹੀ ਖੜੇ ਹੋ ਠੀਕ ਤੇ ਅੱਜ ਉਹ ਸਾਰੀ ਚੀਜ਼ ਆ ਜਿਹੜੀ ਜਿਹੜੀ ਹੁੰਦੀ ਆ ਯਾਨੀ ਠੀਕ ਹੈ ਤੁਸੀਂ ਜਾਣੀ ਜਾਂਦੇ ਅੱਛਾ ਡੋਲ ਕੇ ਹੀ ਲੋਕ ਜਾਂਦੇ ਆ ਜਿਵੇਂ ਰਿਸ਼ਤਾ ਜਿਵੇਂ ਤੁਹਾਡਾ ਰਿਸ਼ਤਾ ਨਾ ਬਹੁਤ ਸਾਰੇ ਲੋਕ ਜਦੋਂ ਰਿਸ਼ਤਿਆਂ ਦੇ ਵਿੱਚ ਡੋਲ ਜਾਂਦੇ ਆ ਤੁਹਾਡੇ ਗੀਤ ਵੀ ਆ ਜਿਵੇਂ ਕੱਚੇ ਕੋਠੇ ਵੀ ਕਰਦੇ ਹਾਲਾਤ ਜੀ ਤੁਸੀਂ ਆਪਣੇ ਰਿਸ਼ਤੇ ਨੂੰ ਫਿਰ ਬੰਨ ਕੇ ਕਿਵੇਂ ਰੱਖਿਆ ਆਪਦੇ ਆਪ ਜੋੜ ਕੇ ਕਿਵੇਂ ਰਗਿਆ ਮੁਹੱਬਤ ਤੁਹਾਡੀ ਜਿਵੇਂ ਪਾਕ ਰੂਹਾਂ ਵਾਲੀ ਆ ਬਿਲਕੁਲ ਬਿਲਕੁਲ ਕਿਉਂਕਿ ਮੇਰੀ ਨੇਚਰ ਪਹਿਲੇ ਜਦੋਂ ਮੰਗਿਆ ਸੀ ਮੈਂ ਲੋਕਾਂ ਨੇ ਫੁਰ ਡਾਈਏ ਤਾਂ ਗੌਣ ਵਾਲੀ ਨਾਲ ਵਿਆਹ ਕਰਾਊਗਾ ਜੀ ਇਹ ਤਾਂ ਐ ਹੋ ਗਿਆ ਇਹ ਤਾਂ ਮੇਰੇ ਯਾਦ ਚ ਇੱਥੇ ਨਹੀਂ ਸੀ ਵੀ ਇਦਾਂ ਵੀ ਹੋਣਾ ਜੈਦਾਂ ਮੈਂ ਮੈਂ ਅੱਜ ਵੀ ਰਿਸਪੈਕਟ ਬਹੁਤ ਕਰਦਾ ਹਾਂ ਮੇਰੇ ਲਈ ਰੱਬ ਹੀ ਨੇ ਮੇਰੇ ਵਿੱਚ ਸੀ ਤੁਹਾਡਾ ਨਾਮ ਪ੍ਰਵਿੰਦਰ ਹੈ ਮੇਰਾ ਬੜਾ ਸਾਥ ਹੋ ਬਹੁਤ ਅਮੀਰ ਲੋਕ ਨੇ ਜਿੱਥੇ ਮੈਂ ਬਿਆ ਟ੍ਰੱਕ ਸੀ ਉਹਨਾਂ ਦੇ ਤੇ ਆਰਾ ਜਿਹੜਾ ਲੱਕੜਾਂ ਦਾ ਕਹਿੰਦੇ ਹੁੰਦੇ ਨੇ ਬਲ ਠੀਕ ਬਹੁਤ ਵੱਡਾ ਨਾਮ ਅੱਛਾ ਕਦੇ ਫਿਰ ਸਾਲਿਆ ਤੋਂ ਡਰ ਨਹੀਂ ਲੱਗਿਆ ਕਿਉਂਕਿ ਜੇ ਤਕੜੇ ਬੰਦੇ ਹੋਣ ਉਹ ਤਾਂ ਬੰਦਾ ਡਰ ਕੇ ਵੀ ਰਹਿੰਦਾ ਨਹੀਂ 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 ਡਰ ਤਾਂ ਤਾਂ ਹੋਵੇ ਨਾ ਪਰ ਕਿਸੇ ਦੀ ਮਾੜੀ ਨਹੀਂ ਕਰਦੇ ਉਹਨਾਂ ਨੂੰ ਪਤਾ ਸੀ ਕਿ ਬੰਦੇ ਦੀ ਸਿਰਤ ਵਧੀਆ ਹੈ ਠੀਕ ਜਦੋਂ ਅੱਜ ਤੱਕ ਵਧੀਆ ਮੁਹੱਬਤ ਹੈ ਮੇਰੀ ਸਭ ਨਾਲ ਕੋਈ ਕਿਸੇ ਨਾਲ ਵੈਰ ਨਹੀਂ ਮੇਰਾ ਅੱਛਾ ਉਹ ਮੈਂ ਮੇਰਾ ਜਿਹੜਾ ਸਵਾਲ ਇੱਕ ਹੋਰ ਸੀ ਤੁਹਾਡੇ ਤੋਂ ਕਿਉਂਕਿ ਤੁਸੀਂ ਬਹੁਤ ਇਸ ਚੀਜ਼ ਬਾਰੇ ਗੱਲ ਕਰਦੇ ਹੋ ਤੁਹਾਡੇ ਗੀਤ ਵੀ ਨੇ ਵੀ ਉਹ ਲੁੱਕ ਮਤਲਬ ਜਿਵੇਂ ਗੱਲ ਕਰਦੇ ਕੱਚੇ ਕੋਠੇ ਮਿੱਤਰਾਂ ਦੀ ਜਾਂ ਕੁੜੀਆਂ ਅੱਜਕੱਲ ਪੈਸੇ ਤੇ ਮਰਦੀਆਂ ਨੇ ਲੱਗਦਾ ਵੀ ਅੱਜ ਵੀ ਉਹ ਰੂਹਾਂ ਵਾਲਾ ਪਿਆਰ ਹੈ ਦੁਨੀਆ 'ਚ ਨਹੀਂ ਨਹੀਂ ਕਦੇ ਮੈਨੂੰ ਤਾਂ ਨਹੀਂ ਲੱਗਦਾ ਅੱਜਕੱਲ ਤਾਂ ਉਹ ਹੀ ਆ ਸੇਮ ਰੀਚਾਰਜ ਕਰਦੇ ਹੋ ਐਦਾਂ ਜੋ ਤੁਹਾਨੂੰ ਪਤਾ ਹੀ ਹੈ ਬਸ ਮੁਹੱਬਤ ਦਾ ਲੋਕਾਂ ਨੂੰ ਨਹੀਂ ਪਤਾ ਮੁਹੱਬਤ ਦਾ ਮੁਹੱਬਤ ਬਹੁਤ ਪਾਕ ਚੀਜ਼ ਹੈ ਠੀਕ ਹੈ ਇਹ ਇਹ ਨਹੀਂ ਹੁੰਦਾ ਮੁਹੱਬਤ ਕਿ ਤੁਸੀਂ ਜਾਨੀ ਜਾਣੀ ਹੋ ਆਪ ਬਹੁਤ ਅچھے ਭਰਾ ਹੋ ਮੇਰੇ ਮੁਹੱਬਤ ਦਾ ਮਤਲਬ ਨਹੀਂ ਪਤਾ ਲੋਕਾਂ ਨੂੰ ਠੀਕ ਹੈ ਨਹੀਂ ਪਤਾ ਅੱਜਕੱਲ ਲੱਗਦਾ ਵੀ ਉਹ ਜਸਮਾਂ ਦੀ ਖੇਡ ਜੀ ਬਣ ਕੇ ਰਹੀ ਹੈ ਬਿਲਕੁਲ ਅੱਜ ਤੇ ਨਾਲ ਕੱਲ ਉਹਦੇ ਨਾਲ ਬਸ ਠੀਕ ਹੈ ਜੀ ਦਸਣਾ ਫਰੀਦਕੋਟ ਨਿਕਲਣਾ ਮੋਗੇ ਓਏ ਅੱਛਾ ਅੱਜਕੱਲੇ ਇਦਾਂ ਦੇ ਲੋਕਾਂ ਦੇ ਅੱਛਾ ਤੁਸੀਂ ਜਿਵੇਂ 마ਸ਼ੇ ਬਾਈ ਹੋਣਾ ਨੂੰ ਇਹ ਸਾਰੇ ਤੁਹਾਡੀ ਇੱਕ ਵੀਡੀਓ ਆ ਮੈਂ ਜਿਹਦੇ ਚ ਤੁਸੀਂ ਕਵਾਲੀ ਗਾ ਰਹੇ ਹੋ ਵੀ ਕੀ ਕਰੀਏ ਸਾਡੇ ਮਾਂ ਹੈ ਨਹੀਂ ਤਾਂ ਹਾਂ ਜ ਸੱਜਣਾ ਸੱਜਣਾ ਕਰਦੀ ਹਾਂ ਮਾਣਾ ਸਾਹਿਬ ਮਾਣਾ ਸਾਹਿਬ ਦਾ ਇੱਕ ਕਵਾਲੀ ਸੀ ਉਹਦੇ ਚ 마ਸ਼ਾ ਅਲੀ ਬਾਈ ਪਿਛੇ ਨਾ ਤੁਹਾਡੇ ਰੰਗ ਦੀ ਸ਼ਰਟ ਜੀ ਪਾਈ ਤੇ ਡਰਿਆ ਜਾ ਬੈਠਾ ਕੋਰਸ ਬੋਲ ਰਹੇ ਸੀ 마ਸ਼ਾ ਅੱਛਾ ਜੀ ਤੇ ਮੇਰੇ ਨਾਲ ਬੜਾ ਚਿਰ ਕਮ ਕੀ ਤਮਾਸ਼ੇ ਨੇ ਠੀਕ ਹੈ ਸਟੇਜਾਂ ਤੇ ਵੀ ਤੇ ਮੇਰੀ ਆਤ ਸੀ ਮੈਨੂੰ ਮੈਨੂੰ ਅੱਜ ਵੀ ਜਿਹੜਾ ਅੱਛਾ ਲੱਗਦਾ ਮੈਨੂੰ ਮੂਰੇ ਲੈ ਕੇ ਆਉਣਾ ਵੀ ਯਾਰ ਤੇਰੀ ਤੂੰ ਇੱਥੇ ਡਿਜ਼ਰਵ ਕਰਦਾ ਤੂੰ ਇੱਥੇ ਆ ਮਾਸ਼ੇ ਦੇ ਆਤ ਸੀ ਮੈਂ ਇਹਨੂੰ ਲੈ ਕੇ ਜਾਣਾ ਮਹਿਫਲਾਂ ਤੇ ਮੈਂ ਬਿਠਾਉਣਾ ਮੂਰੇ ਨੇ ਪਿੱਛੇ ਹੋ ਜਾਣਾ ਮੈਂ ਦੇਖਣਾ ਯਾਰ ਕਿੱਧਰ ਗਿਆ ਮਾਸ਼ਾ ਫੇਰ ਮੂਰੇ ਕਰਨਾ ਵੀ ਮਾਸ਼ੇ ਤੂੰ ਇੱਥੇ ਆ ਤੇ ਪਹਿਲੇ ਦੁਨੀ ਬਹੁਤ ਅੱਛਾ ਗਾਉਂਦਾ ਸੀ ਉਹ ਠੀਕ ਹੈ ਅੱਛਾ ਜਿਵੇਂ ਉਹ ਤੁਹਾਡੇ ਵੀਡੀਓ ਚ ਬੜਾ ਸੰਗ ਜਿਹਾ ਰਿਹਾ ਫਿਰ ਉਹਦੇ ਅੰਦਰ ਕਿਉਂਕਿ ਤੁਸੀਂ ਮਤਲਬ ਕਿਉਂਕਿ ਕਈ ਵਾਰੀ ਇਹ ਹੁੰਦਾ ਵੀ ਜਿਹੜਾ ਆਰਟਿਸਟ ਪਿਛੇ ਰਹਿ ਜਾ ਥੋੜਾ ਜਾਂ ਜਾਂ ਮਤਲਬ ਉਹਨੂੰ ਅੱਗੇ ਕਰਨਾ ਆਪ ਤੁਸੀਂ ਜਿਵੇਂ ਤੁਹਾਡੀਆਂ ਕੈਸਟਾਂ ਨਹੀਂ ਆ ਰਹੀਆਂ ਸੀ ਪਰ ਤੁਸੀਂ ਉਹਦੇ ਤੇ ਬਹੁਤ ਫੋਕਸ ਕੀਤਾ ਬਿਲਕੁਲ ਇਹੀ ਤਾਂ ਮੁਹੱਬਤ ਹੈ ਇਹੀ ਮੁਹੱਬਤ ਹੈ ਕਿਸੇ ਪਿੱਛੇ ਮਰ ਜਾਣਾ ਇਹ ਮੇਰਾ ਸਟਾਈਲ ਆ ਮੈਨੂੰ ਐ ਹੁੰਦਾ ਜੇ ਹੁਣ ਮੈਂ ਕਈ ਗਾਣੇ ਇਦਾਂ ਦੇ ਕੀਤੇ ਆ ਮੈਂ ਯਾਰ ਭਾਈ ਮੈਂ ਕਰਨਾ ਕਰ ਲਾ ਠੀਕ ਐਨੇ ਜਲਦੀ ਕੋਈ ਕਹਿ ਨਹੀਂ ਸਕਦਾ ਵੀ ਕਰ ਲਾ ਇਹ ਮੈਨੂੰ ਪਤਾ ਜਿਹੜਾ ਯੁੱਗ ਚੱਲਦਾ ਪਰ ਮੇਰਾ ਦਿਲ ਹੀ ਐਸਾ ਦਿੱਤਾ ਰੱਬ ਨੇ ਮੈਥੋਂ ਨਾ ਹੁੰਦੀ ਹੀ ਨਹੀਂ ਹੂੰ बड़े गाने ਜਿਹੜੇ ਮੈਂ ਕੰਪੋਜ਼ਾਂ ਦਿੱਤੀਆਂ ਵੀ ਇੱਦਾਂ ਇੱਦਾਂ ਜਰਾ ਅੱਜ ਕਰਨਾ ਬਈ ਕਰ ਲੋ ਤੁਹਾਨੂੰ ਅੱਛਾ ਲੱਗਦਾ ਓਕੇ ਆ ਬਸ ਠੀਕ ਐ ਇੱਦਾਂ ਐ ਅੱਛਾ ਜਿਵੇਂ ਤੁਸੀਂ ਜ਼ਬਾਨ ਦੇ ਪੱਕੇ ਹੋ ਜੀ ਤੁਹਾਡੇ ਨਾਲ ਵੀ ਕਿਸੇ ਨੇ ਜ਼ਬਾਨ ਕਰਕੇ ਮੁਕਰਿਆ ਮੁਕਰੀ ਜਾਂਦੇ ਬਸ ਤੁਹਾਨੂੰ ਪਤਾ ਜਿਉਂ ਕਿ ਕੈਸਾ ਚੱਲ ਰਿਹਾ ਐ ਅੱਛਾ ਮੂੰਹ ਤੇ ਹੋਰ ਹੁੰਦੇ ਆ ਜਦੋਂ ਮੜਾ ਜੀ ਪਰੇ ਬਗ ਜੀ ਉਦੋਂ ਫਿਰ ਨਿੰਦਣ ਲੱਗ ਜਾਂਦੇ ਅੱਜ ਕੱਲ ਸਟਾਈਲ ਹੀ ਇਹ ਚੱਲ ਰਿਹਾ ਤੁਹਾਨੂੰ ਮੂੰਹ ਤੇ ਇੰਨੀ ਮੁਹੱਬਤ ਕਰਨਗੇ ਵੀ ਇਹ ਜੇ ਮੈਂ ਤਾਂ ਮੇਰੀ ਜਾਨ ਆ ਇਦਾਂ ਇਦਾਂ ਜਦੋਂ ਮਾੜਾ ਜ ਗੱਡੀ ਕੰਨੀ ਨੂੰ ਜਾ ਕੇ ਤੇ ਗੇਟ ਕੰਨੀ ਨੂੰ ਭਗ ਜਾ ਬਾਅਦ ਚ ਬਰਾਈ ਇਹ ਇਹ ਸਟਾਈਲ ਚੱਲ ਰਿਹਾ ਅੱਜ ਕੱਲ ਦੁਨੀਆ ਦਾ ਠੀਕ ਹੈ ਅੱਛਾ ਮੈਂ ਚਾਹਣਾ ਕਿ ਗੀਤ ਤੁਹਾਡਾ ਚੂੜੇ ਨੂੰ ਸਲਾਮ ਮਹਿੰਦੀ ਨੂੰ ਸਲਾਮ ਬਿਲਕੁਲ ਤੇਰੀ ਮਹਿੰਦੀ ਨੂੰ ਸਲਾਮ ਅੱਖ ਕੁੰਡ ਥਲੇ ਰੋਂਦੀ ਢੋਲੀ ਬੈਂਦੀ ਨੂੰ ਸਲਾ ਸਾਨੂੰ ਯਾੜ ਕੇ ਤੂੰ ਕਿਸੇ ਨੂੰ ਆਬਾਦ ਤਾਂ ਕਰੇਂਗੀ ਅਸੀਂ ਤੇਰੇ ਹੱਥੋਂ ਲੁੱਟੇ ਕਦੇ ਯਾਦ ਤਾਂ ਕਰੇਂਗੀ ਨੀ ਅਸੀਂ ਤੇਰੇ ਹੱਥੋਂ ਲੁੱਟੇ ਕਦੇ ਯਾਦ ਤਾਂ ਕਰੇਂਗੀ ਲੁੱਟ ਦਿਆਂ ਨੂੰ ਇੱਥੇ ਕੌਣ ਦਿੰਦਾ ਹੈ ਸਾਹਾਰੇ ਐਨੇ ਦੁੱਖ ਦੇ ਗੀ ਮੈਨੂੰ ਜਿੰਨੇ ਅੰਬਰਾਂ 'ਚ ਤਾਰੇ ਮੇਰੀ ਮੌਤ ਉੱਤੇ ਕੇਰਾ ਨਹੀਂ ਤੂੰ ਅੱਖ ਤਾਂ ਪਰੇਗੀ ਅਸੀਂ ਤੇਰੇ ਹੱਥੋਂ ਲੁੱਟੇ ਕਦੇ ਯਾਦ ਤਾਂ ਕਰੇਗੀ ਕਿਆ ਬਾਤ ਮੈਂ ਤਾਂ ਡੋਬ ਹੀ ਗਿਆ ਸੀ ਗਾਣੇ 'ਚ ਨਹੀਂ ਗਾਣਾ ਬਹੁਤ ਅੱਛਾ ਗਾਣਾ ਹੈ ਅੱਛਾ ਜੀ ਤੇ ਇਹ ਮੈਨੂੰ ਦੱਸੋ ਜਿੱਦਾਂ ਤੁਸੀਂ ਇਸ ਤਰ੍ਹਾਂ ਦੇ ਗਾਣੇ ਗਾਉਨੇ ਹੋ ਤੁਹਾਡਾ ਤਾਂ ਲੋਕੀ ਫੋਨ ਕਰ ਕਰਕੇ ਤੁਹਾਡਾ ਤਾਂ ਜਿੱਦਾਂ ਫੋਨ ਭਰ ਦਿੰਦੇ ਹੋਣਗੇ ਵੀ ਯਾਰ ਅੱਜ ਮੇਰਾ ਦਿਲ ਟੁੱਟ ਗਿਆ ਬਾਈ ਸੁਣਾ ਦਿਓ ਬਿਲਕੁਲ ਪਹਿਲਾਂ ਇਦਾਂ ਹੀ ਚੱਲਦਾ ਰਿਹਾ ਰਾਤ ਨੂੰ 12 12 1 ਵਜੇ ਬਾਈ ਦੇ ਹੱਥ ਬਹੁਤ ਸੀ ਧਰਮਪ੍ਰੀਤ ਦੀ ਅੱਛਾ ਜੀ ਇੱਕ ਵਾਰੀ ਵਿਆਹ ਤੇ ਆਏ ਹੋਏ ਸੀ ਇੱਥੇ ਮਨਜੀਤ ਰੁੱਪ ਵਾਲੀ ਬਾਈ ਕਰਮਜੀਤ ਨਮੋਲ ਕਈ ਜਣੇ ਇਕੱਠੇ ਸੀਗੇ ਜੁੱਧਵੀਰ ਮਾਨਕ ਠੀਕ ਹੈ ਜੀ ਮਾਨਕ ਸਾਹਿਬ ਦੀ ਗੁੜੀਆ ਦਾ ਬਿਆਸ ਸੀ ਠੀਕ ਹੈ ਜੀ ਮੈਨੂੰ 12:30 ਵਜੇ ਫੋਨ ਲਾ ਲਿਆ ਮੇਰਾ ਗਾਣਾ ਆ ਯਾਦ ਜਦੋਂ ਤੇਰੀ ਆਈ ਤੇ ਰਵਾਂਣ ਵਾਲੀ ਹਾਂਜੀ ਹਾਂ ਉੱਚੀ ਆਵਾਜ਼ ਕਰਕੇ ਸੁਣ ਰਿਹਾ ਤੇ ਸੁਣਾ ਤੇਰਾ ਗਾਣਾ ਉਹ ਮੈਂ ਸੁਣਨਾ ਬੜਾ ਸੋਹਣਾ ਐਦਾਂ ਦਾ ਮਾਹੌਲ ਹੁੰਦਾ ਸੀ ਹੁਣ ਵੀ ਮੇਰੇ ਦੋਸਤ ਆ ਕੈਨੇਡਾ ਅਮਰੀਕਾ ਜਿਹੜੇ ਬੈਠੇ ਆ ਰਾਤ ਨੂੰ ਫਿਰ ਆ ਜਾਂਦਾ ਫੋਨ ਵੀ ਸੁਣਾਉ ਜ਼ਰੂਰ ਠੀਕ ਹੈ ਤਨਪ੍ਰੀਤ ਬਾਈ ਦਾ ਨਾ ਕਿ ਗੀਤ ਸੀਗਾ ਵਿਛੜ ਗਏ ਸੱਜਣਾ ਦੀ ਆਉਂਦੀ ਮਹਿਕ ਖਵਾ ਚੋਰਾਂ ਦੀ ਆਉਂਦੀ ਹੈ ਹਜ ਮੈਂ ਜਿਉਂ ਭਾਈ ਜੀ ਇਥੋਂ ਦੁਨੀਆ ਤੋਂ ਗਏ ਨੇ ਮੈਂ ਉਹ ਗਲੀ ਨਹੀਂ ਗਿਆ ਅਜੇ ਤੱਕ ਐਨੀ ਮੁਹੱਬਤ ਕਰੀ ਠੀਕ ਕਿਉਂਕਿ ਉਹਨਾਂ ਲੋਕਾਂ ਨੂੰ ਨਹੀਂ ਪਤਾ ਕਿ ਉਹਨਾਂ ਦੇ ਨਾਲ ਕੌਣ ਜ਼ਿਆਦਾ ਰਿਹਾ ਹਲੇ ਤੱਕ ਇਹ ਨਹੀਂ ਪਤਾ ਠੀਕ ਮੈਂ ਔਰ ਪਿੰਦੀ ਭਾਈ ਜੀ ਉਹ ਕੈਨੇਡਾ ਨੇ ਉਹ ਵੀ ਧਰਮਪ੍ਰੀਤ ਦੇ ਬਹੁਤ ਬਹੁਤ ਜ਼ਿਆਦਾ ਨਿੱਜੀ ਦੋਸਤ ਨੇ ਅੱਛਾ ਤੇ ਸ਼ੁਰੂਆਤ ਜਦੋਂ ਬਾਈ ਦੀ ਟੇਪ ਨਹੀਂ ਆਈ ਸੀ ਉਦੋਂ ਜੁੜੇ ਹੋਏ ਅਸੀਂ ਠੀਕ ਉਹਨਾਂ ਦੇ ਮਾਤਾ ਇਹ ਦੱਸਦੇ ਨੇ ਵੀ ਕਹਿੰਦੇ ਵੀ ਜਦੋਂ ਤਰਨਪ੍ਰੀਤ ਨੇ ਹੋਣਾ ਇੱਥੇ ਬਠਿੰਡੇ ਤਾਂ ਉਹਨਾਂ ਨੇ ਉੱਪਰ ਚਬਾਰੇ ਦੇ ਵਿੱਚ ਕਮਰਾ ਬੰਦ ਕਰਕੇ ਲਵਜੀਤ ਨੇ ਤੇ ਮਹਿਫਲ ਲਾਉਣੀ ਹਾਂ ਮਾ ਹੁਣਾਂ ਨੂੰ ਪਤਾ ਕਿਉਂਕਿ ਅਸੀਂ ਇਕੱਠੇ ਬਹੁਤ ਰਿਹਾ ਪਿੰਡ ਵੀ ਚਲੇ ਜਾਣਾ ਇੱਥੇ ਵੀ ਜਦੋਂ ਵੀ ਕੰਪੋਜ਼ ਕਰਨੀ ਜੇ ਮੇਰਾ ਫੋਨ ਬੰਦ ਹੋ ਜਾਣਾ ਬਾਈ ਨੂੰ ਟੈਨਸ਼ਨ ਹੋ ਜਾਂਦੀ ਹੈ ਯਾਰ ਮੈਨੂੰ ਵਾਕਰ ਕਹਿੰਦੇ ਸੀ ਅੱਛਾ ਜੀ ਮੈਨੂੰ ਲਵਜੀਤ ਬਹੁਤ ਘੱਟ ਗਿਆ ਬਾਈ ਨੇ ਵਾਕਰ ਨੂੰ ਭਾਲ ਕੇ ਲਿਆ ਉਹ ਯਾਰ ਕਿਉਂਕਿ ਮੁਹੱਬਤ ਹੀ ਬਹੁਤ ਸੀ ਸਾਡੀ ਬਹੁਤ ਪਿਆਰ ਕੀਤਾ ਬਾਈ ਨੇ ਹੁਣ ਕਈ ਵਾਰੀ ਜਿਵੇਂ ਤੁਸੀਂ ਗੱਲ ਦੱਸੀ ਐ ਕਿ ਜਦੋਂ ਜਿਹੜਾ ਤੁਹਾਨੂੰ ਲੱਭਦਾ ਸੀ ਅੱਜ ਤੁਸੀਂ ਲੱਭਦੇ ਉਹ ਤਾਂ ਉੱਥੇ ਹੁੰਦਾ ਨਹੀਂ ਬਿਲਕੁਲ ਹੁਣ ਬਾਈ ਦਾ ਬੇਟਾ ਮਾਨੀ ਠੀਕ ਹੈ ਜੀ ਕਿਰਪਾ ਕਰੋ ਬਾਬਾ ਨਾਨਕ ਨੂੰ ਲੈ ਆਵਾਂਗੇ ਮਾਰਕੀਟ ਚ ਉਹਨੂੰ ਬਹੁਤ ਅੱਛਾ ਕਰ ਰਿਹਾ ਠੀਕ ਹੈ ਅੱਛਾ ਮੈਂ ਚਾਹਣਾ ਠੋਕਰ ਵੀ ਸੁਣਾਉ ਗੱਲਾਂ ਬਿਲਕੁਲ ਜੇ ਨਾ ਹੱਸਦੀ ਜੇ ਨਾ ਤਕਦੀ ਪਹਿਲੀ ਤਕਣੀ ਵਿੱਚ ਵਸਾਰ ਦਿੰਦੀ ਨੀ ਪਹਿਲੀ ਤਕਣੀ ਵਿੱਚ ਵਸਾਰ ਦਿੰਦੀ ਨਾ ਦਿਲ ਟੁੱਟਦਾ ਨਾ ਦਰਦ ਹੁੰਦਾ ਜੇ ਪਹਿਲਾਂ ਹੀ ਠੋਕਰ ਮਾਰ ਦਿੰਦੀ ਨੀ ਜੇ ਪਹਿਲਾਂ ਹੀ ਠੋਕਰ ਮਾਰ ਦਿੰਦੀ ਕਿਆ ਬਾਤ ਖੇਡੀ ਸੀ ਖੇਡ ਮੁਹੱਬਤਾਂ ਦੀ ਹੋ ਕਿਆ ਤੱਕ ਸੀਮਤ ਰਹੇਗੀ ਨੀ ਤੇਰੀ ਯਾਦ ਨੂੰ ਮਾਣੀ ਗਮ ਬਣ ਕੇ ਮੇਰੀ ਨਸ ਨਸ ਦੇ ਵਿੱਚ ਬੈਗੀ ਨੀ ਜੇ ਮੈਂ ਪਹਿਲਾਂ ਖਤ ਭੇਜੇ ਸੀ ਤੂੰ ਪੜਨ ਤੋਂ ਪਹਿਲਾਂ ਹੀ ਪਾੜ ਦਿੰਦੀ ਨਾ ਦਿਲ ਟੁੱਟਦਾ ਨਾ ਦਰਦ ਹੁੰਦਾ ਜੇ ਪਹਿਲਾਂ ਹੀ ਠੋਕਰ ਮਾਰ ਦਿੰਦੀ ਹਏ ਕੀ ਬਾਤ ਹੈ ਮੈਂ ਹੁਣ ਗਾਣਿਆਂ ਦਾ ਖਹਿੜਾ ਛੱਡਿਆ ਹੋਇਆ ਨਦਰਸਲ ਸੂਫੀਆਂ ਨਾਲ ਤੁਹਾਨੂੰ ਪਤਾ ਮੈਂ ਸੁਣਦਾ ਜੀ ਪਰ ਮੈਨੂੰ ਐ ਸੀਗਾ ਵੀ ਅਸੀਂ ਜਿੱਥੋਂ ਤੁਸੀਂ ਆਏ ਹੋ ਨਾ ਉਸੇ ਮਾਹੌਲ ਜੀ ਚੱਕੀਏ ਤੁਹਾਨੂੰ ਬਿਲਕੁਲ ਬਿਲਕੁਲ ਅੱਛਾ ਜਿਵੇਂ ਬਹੁਤ ਸਾਰੇ ਲੋਕਾਂ ਨੇ ਉਸ ਹਨੇਰੀ ਦੇ ਵਿੱਚ ਦ ਗਾਣੇ ਗਾਏ ਤੁਸੀਂ ਵੀ ਇੱਕ ਦੋ ਗਾਣੇ ਗਾਏ ਪਰ ਉਦੋਂ ਤੁਸੀਂ ਕਿਉਂ ਮਿਸ ਪੂਜਾ ਤੋਂ ਅਧੂਰੇ ਰਹਿ ਗਏ ਬਾਕੀ ਨੇ ਤਾਂ ਸਾਰੇ ਬਠਿੰਡੇ ਵਾਲਿਆਂ ਨੇ ਚਾ ਪੂਰਾ ਕਰ ਲਿਆ ਗਾ ਕੇ ਹਾਂ ਇਹ ਬਿਲਕੁਲ ਟੇਸਟ ਹੁੰਦਾ ਇੱਕ ਬਹੁਤ ਅੱਛਾ ਗਾਉਂਦੇ ਨੇ ਠੀਕ ਹੈ ਪਰ ਮੈਨੂੰ ਜਿਆਦਾ ਉਹ ਵਧੀਆ ਲੱਗਦੀ ਸੀ ਸੁਦੇਸ਼ ਭੈਣ ਜੀ ਉਹਨਾਂ ਨਾਲ ਸਾਡੀ ਪਿਆਰ ਵੀ ਸੀ ਭੈਣ ਭਰਾ ਵਾਲਾ ਸਾਡੇ ਵੱਡੇ ਭੈਣ ਨੇ ਠੀਕ ਉਹ ਤਦ ਬਸ ਹੋ ਗਿਆ ਠੀਕ ਹੈ ਜੀ ਅੱਛਾ ਜਿਵੇਂ ਇਹ ਗੱਲ ਕਰੀ ਆਪਾਂ ਮਾਹੌਲ ਦੀ ਗੱਲ ਕਰੀ ਆਪਾਂ ਜਿੱਦਾਂ ਧਰਮਪ੍ਰੀਤ ਬਾਈ ਦਾ ਸੱਟ ਮਾਰੀ ਗੀਤ ਵੀ ਤੁਸੀਂ ਕੰਪੋਜ਼ ਕੀਤਾ ਨਾ ਬੜੀਆ ਕੰਪੋਜ਼ਨ ਬਾਈ ਦੀਆਂ ਘਟੋ ਘਟਨਾਵਾਂ ਵਾਲਾ 15 20 ਗਾਣੇ ਬਾਈ ਦੇ ਕੀਤੇ ਆ ਮੈਂ ਠੀਕ ਹੈ ਇਮਰਾਡ ਗੂਚ ਹੈਗੇ ਮੇਰੇ 50 ਕ ਗਾਣੇ ਕੰਪੋਜ਼ਨ ਵਾਲੇ ਅੱਛਾ ਬਹੁਤ ਸਾਰੇ ਲੋਕਾਂ ਨੂੰ ਇਹ ਲੱਗਦਾ ਵੀ 마ਸ਼ਾ ਅਲੀ ਨੂੰ ਸਟਾਰ ਬਣਾਉਣ ਵਾਲੇ ਨੂੰ 마ਸ਼ਾ ਅਲੀ ਸਟੇਜਾਂ ਤੇ ਕਿਉਂ ਪ੍ਰਮੋਟ ਨਹੀਂ ਕਰਦਾ ਮਤਲਬ ਇਹ ਮੇਰਾ ਮਤਲਬ ਲੋਕਾਂ ਦਾ ਸਵਾਲ ਆ ਅਸੀਂ ਲੋਕਾਂ ਤੋਂ ਇਕੱਠੇ ਕਰਕੇ ਜਿੱਦਾਂ ਕਹਿ ਸਕਦੇ ਲੋਕਾਂ ਦੀ ਗੱਲ ਆ ਜਿਹੜੀ ਇਹ ਬਿਲਕੁਲ ਤੇ ਉਹ ਕਹਿੰਦੇ ਵੀ ਉਹ ਪ੍ਰਮੋਟ ਕਿਉਂ ਨਹੀਂ ਕਰਦਾ ਕਦੇ ਲਵਜੀਤ ਦੇ ਨਾਲ 마ਸ਼ਾ ਅਲੀ ਨੇ ਗਾਣਾ ਕਿਉਂ ਨਹੀਂ ਕੀਤਾ ਨਹੀਂ ਬੜਾ ਕਹਿੰਦੇ ਆ ਅਸੀਂ ਬੜਾ ਮੈਨੂੰ ਬਹੁਤ ਮੁਹੱਬਤ ਕਰਦਾ ਬਹੁਤ ਜ਼ਿਆਦਾ ਕਿਉਂਕਿ ਲੋਕਾਂ ਨੂੰ ਨਹੀਂ ਪਤਾ ਹੁੰਦਾ ਕਿਸੇ ਗੱਲ ਦਾ ਜਿੰਨੇ ਮੋਹਨੀਆਂ ਗੱਲਾਂ ਠੀਕ ਹੈ ਮੈਂ ਕਹਣਾ ਵੀ ਮੈਂ ਹੁਣ ਵੀ ਫੋਨ ਰਾਤ ਨੂੰ 1 ਵਜੇ ਵੀ ਜੋ ਕੰਮ ਕਹਿ ਤਾਂ ਹੋਣਾ ਠੀਕ ਹੈ ਇਹ ਨਹੀਂ ਹੈਗਾ ਸਾਡੇ ਚ ਫਰਕ ਕਿ ਗਾਣਾ ਵਜਾਉਣਾ ਇਹ ਤਾਂ ਕਿਉਂਕਿ ਮੈਂ ਫਿਰ ਸੂਫੀਆਂ ਨਾਲ ਇੱਧਰ ਆ ਗਿਆ ਠੀਕ ਹੈ ਜੀ ਗਾਣਾ ਤਾਂ ਮੈਂ ਕੱਲ ਨੂੰ ਇਹ ਵਾਦਾ ਕਰਦੇ ਆਂ ਆਪਾਂ ਜਲਦੀ ਦੇ ਦੇਾਂਗੇ ਗਾਣਾ ਦਿਨ ਅੱਛਾ ਜੀ ਹਾਂ ਬਾਕੀ ਮੇਰੀ ਆਪਦੀ ਨੇਚਰ ਇਦਾਂ ਦੀ ਹੈ ਮੈਂ ਕਹਿ ਕੇ ਰਾਜੀ ਨਹੀਂ ਕਿਸ ਨੂੰ ਕਹਿੰਦੀ ਹਾਂ ਅੱਛਾ ਫਿਰ ਪਰ ਇੱਕ ਗੱਲ ਨਹੀਂ ਇਦਾਂ ਮਨ ਦੇ ਵਿੱਚ ਤਾਂ ਹੁੰਦਾ ਹੀ ਆ ਕਿ ਮਤਲਬ ਮੈਂ ਤੁਹਾਡੇ ਤੋਂ ਵੈਸੇ ਪੁੱਛ ਰਿਹਾ ਕਿ ਅੱਜ ਤੁਹਾਡੇ ਘਰਾਂਿਆਂ ਚੋਂ ਕਿੰਨੇ ਹੀ ਮੁੰਡੇ ਨੇ ਜੇ ਮੈਂ ਨਾਮ ਲੱਗਾ ਤਾਂ ਸ਼ਾਇਦ ਉਹ ਅਜੀਬ ਲੱਗੂਗਾ ਕਦੇ ਲੱਗਿਆ ਨਹੀਂ ਹੈਗਾ ਕਿ ਯਾਰ ਉਹ ਉਹਨਾਂ ਨੂੰ ਲੱਵਜੀ ਦਿਖਦਾ ਨਹੀਂ ਹੈਗਾ ਮੈਂ ਇਦਾਂ ਦਾ ਰੱਖਿਆ ਹੀ ਨਹੀਂ ਸੋਚ ਕਸਮ ਲੱਗੇ ਇਹ ਵੀ ਰੱਬ ਕਰੀਏ ਠੀਕ ਮੈਨੂੰ ਐ ਨਹੀਂ ਕਿ ਮੈਨੂੰ ਆਹ ਪ੍ਰਮੋਟ ਕਰੇ ਮੈਨੂੰ ਮੇਰਾ ਨਾਮ ਜਿਹੜਾ ਉਹਨੇ ਲਿਖਿਆ ਹੋਇਆ ਮਿਲ ਨਾਲ ਤਾਂ ਉਹ ਹੈ ਠੀਕ ਹੈ ਕਿਉਂਕਿ ਉਹਦੋਂ ਵੱਡੀ ਲਿਖਤ ਤਾਂ ਹੈ ਹੀ ਨਹੀਂ ਨਾ ਕੋਈ ਜਿਹੜੀ ਲੈਕ ਤਾਂ ਸਮਝਦੇ ਹੋ ਨਾ ਜਿਹੜੇ ਸਾਡੇ ਜੋ ਹੋਣਾ ਜੀ ਉਹ ਤੇ ਯਕੀਨ ਕਰ ਦਿੰਦੇ ਠੀਕ ਹੈ ਅੱਛਾ ਫਿਰ ਤੁਹਾਡੀ ਇੱਧਰ ਬਿਰਤੀ ਕਿਵੇਂ ਜੁੜ ਜਾਂਦੀ ਹੈ ਕਿਉਂਕਿ ਤੁਹਾਡੇ ਗਾਣੇ ਤਾਂ ਸੀ ਕਿ ਕਮਰਸ਼ੀਅਲ ਉਹ ਬਠਿੰਡੇ ਵਾਲੇ ਮਾਹੌਲ ਦੇ ਬਿਲਕੁਲ ਫਿਰ ਤੁਸੀਂ ਇੱਧਰ ਬਿਲਕੁਲ ਹੀ ਹੁਣ ਬੈਠ ਕੇ ਗਾਉਣਦੇ ਹੋ ਹਨ ਉਹ ਮਾਹੌਲ ਦੇ ਵਿੱਚ ਵੱਜਣਾ ਉਹ ਸਾਰੇ ਕਿਵੇਂ ਜੇ ਵਾਪਰਦਾ ਸਾਰਾ ਮੈਂ ਜਦੋਂ ਮੈਂ ਕਿਤੇ ਮਹਿਫਿਲ ਹੁਣੀ ਮੈਂ ਗਾਉਣਾ ਕਵਾਲੀ ਜਣੀ ਠੀਕ ਹੈ ਜੀ ਮੁੜ ਕੇ ਹੌਲੀ ਹੌਲੀ ਐਸਾ ਹੋਇਆ ਸਾਡੇ ਸਾਈ ਲੋਕ ਨੇ ਜਿਹੜੇ ਬੜਾ ਪਿਆਰ ਕਰਦੇ ਨੇ ਸਾਨੂੰ ਠੀਕ ਹੈ ਉਹ ਕਹਿੰਦੇ ਪੁੱਤ ਐਦਾ ਸੋਫਿਆ ਨਾ ਬੈਂਡੀ ਬਣਾ ਲੈ ਤੇਰੇ ਬੱਲੇ ਬੱਲੇ ਹੋ ਜਾਣੀ ਠੀਕ ਹੈ ਤੇ ਕੰਮ ਤਾਂ ਫਿਰ ਕਰਨਾ ਜ਼ਰੂਰੀ ਸੀਗਾ ਫਿਰ ਇੱਧਰ ਹੋਇਆ ਇੱਧਰ ਹੁਣ ਬੜੇ ਠੀਕ ਹੈ ਸਕੂਨ ਆ ਪੂਰਾ ਜਾਨੀ ਅੱਛਾ ਜਿਵੇਂ ਅੱਜਕੱਲ ਤੁਸੀਂ ਸਕੂਨ ਵਾਲਾ ਗਾਉਂਦੇ ਹੋ ਪਰ ਕਈ ਚੰਗੇ ਚੰਗੀਆਂ ਸਟੇਜਾਂ ਤੇ ਕਮਲ ਕੁੱਟਣ ਵਾਲੇ ਬੰਦੇ ਬਾਹਲਾ ਚੱਲਦੇ ਨੇ ਮਤਲਬ ਕਲਯੁਗ ਹੈ ਕਲਯੁਗ ਦੀ ਨਿਸ਼ਾਨੀ ਹੈ ਠੀਕ ਹੈ ਜੀ ਨਹੀਂ ਨਹੀਂ ਜਿਹੜੇ ਚੰਗੇ ਘਰਾਣੇ ਵੀ ਨੇ ਉਹਨਾਂ ਦੀਆਂ ਸਟੇਜਾਂ ਤੇ ਵੀ ਕਈ ਐਸੇ ਬੰਦੇ ਲਿਆ ਕੇ ਉਹਨਾਂ ਨੇ ਖੜੇ ਕਰਤੇ ਜਿਨ੍ਹਾਂ ਨੂੰ ਮੈਨੂੰ ਲੱਗਦੀ ਸੁਰ ਦਾ ਸੱਸਾ ਵੀ ਨਹੀਂ ਪਤਾ ਹੋਣਾ ਬਿਲਕੁਲ ਬਿਲਕੁਲ ਅੱਜ ਕੱਲ ਗਾਣਾ ਨੂੰ ਲੋਕਾਂ ਨੇ ਕਮਜ਼ੋਰ ਕਰਤਾ ਜਿਹੜੇ ਇਦਾਂ ਦੇ ਲੋਕ ਹਨ ਉਹਨਾਂ ਨੇ ਫਿੱਕਾ ਪਾਤਾ ਗਾਣਾ ਵੀ ਗਾਣਾ ਕੁਛ ਨਹੀਂ ਹੱਸੋ ਖੇਡੋ ਜੋ ਹੈ ਜੋ ਕਮਲ ਮਾਰੀ ਚੱਲੋ ਬਸ ਇਦਾਂ ਦਾ ਸਿਸਟਮ ਕਰਤਾ ਨਹੀਂ ਤਾਂ ਗਾਣਾ ਤਾਂ ਇੰਨਾ ਪਵਿੱਤਰ ਚੀਜ਼ ਆਇਆ ਤਾਂ ਰੱਬ ਨੂੰ ਮਿਲਾਉਣ ਵਾਲੀ ਚੀਜ਼ ਹੈ ਠੀਕ ਹੈ ਤੇ ਲੋਕਾਂ ਨੇ ਹੋਰ ਪੁੱਠੇ ਰਾਹ ਪਾ ਲਿਆ ਅੱਛਾ ਬਹੁਤ ਸਾਰੇ ਕਲਾਕਾਰ ਆਏ ਜਿਹ ਵੀ ਨੇ ਉਹ ਆਪਣੇ ਆਪ ਦਾ ਮਜ਼ਾਕ ਬਣਾ ਕੇ ਸਟੇਜਾਂ ਦੇ ਬਹੁਤ ਪੇਸ਼ ਕਰਦੇ ਨੇ ਤੁਸੀਂ ਉਹਨਾਂ ਨੂੰ ਕਮਲ ਫੁਨਾ ਉਹ ਅੱਛੀ ਗੱਲ ਨਹੀਂ ਸਟੇਟਸ ਵਾਲੀ ਗੱਲ ਨਹੀਂ ਕਹਿ ਸਕਦੇ ਠੀਕ ਉਹ ਕਮਲਾ ਇੱਕ ਚਲ ਕੁੱਟੀ ਚੱਲੋ ਜਿੱਨਾ ਤੁਹਾਨੂੰ ਸੁਣਦੇ ਇਹ ਹੀ ਹੋ ਸਕਦਾ ਪਰ ਨਹੀਂ ਤੁਸੀਂ ਅੱਛੇ ਤੁਸੀਂ ਕਲਾਕਾਰ ਹੋ ਤੁਹਾਨੂੰ ਜਦੋਂ ਕਬੂਲਿਆ ਨਾ ਤੁਹਾਨੂੰ ਸੁਣਨਗੇ ਲੋਕ ਤੁਹਾਨੂੰ ਮੁਹੱਬਤ ਕਰਨਗੇ ਠੀਕ ਹੈ ਪਰ ਇਹ ਤਾਂ ਨਹੀਂ ਵੀ ਕਮਲ ਮਾਰ ਕੀ ਤੁਹਾਨੂੰ ਮੁਹੱਬਤ ਕਰਨਗੇ ਲੋਕ ਠੀਕ ਹੈ ਲੋਕ ਬੜੇ ਸਿਆਣੇ ਵੀ ਨੇ ਨਹੀਂ ਕਈ ਕਹਿੰਦੇ ਸਾਡੇ ਦੇ ਵਿੱਚ ਉਹ ਆ ਗਿਆ ਬਾਬਾ ਆ ਗਿਆ ਇੱਥੇ ਲਵ ਜੀ ਤਾਂ ਬਾਈਚ ਨਹੀਂ ਆਉਂਦਾ ਨਹੀਂ ਚਲੋ ਆ ਜਾਂਦੇ ਹੁੰਦੇ ਕਈ ਵਾਰ ਬਾਬੇ ਵੀ ਅੱਛਾ ਤੇ ਪਰ ਜਿਹੜਾ ਨਹੀਂ ਕਮਲ ਨਹੀਂ ਮਾਰਨਾ ਚਾਹੀਦਾ ਸਟੇਜ ਬੜੀ ਪਾਕ ਚੀਜ਼ ਹੈ ਠੀਕ ਹੈ ਇਹ ਵੀ ਨਹੀਂ ਮੈਨੂੰ ਇੱਕ ਬੰਦੇ ਦੀ ਗੱਲ ਉਹ ਕਹਿੰਦਾ ਕਿ ਯਾਰ ਮਤਲਬ ਉਹ ਤਾਂ ਇੰਨੀਆਂ ਪਾਕ ਰੂਹਾਂ ਨੇ ਉਹ ਆਮ ਬੰਦੇ 'ਚ ਕਿੱਦਾਂ ਆ ਸਕਦੀਆਂ ਨੇ ਲੋਕ ਕਹਿ ਦਿੰਦੇ ਕਿ ਮੇਰੇ 'ਚ ਆ ਆ ਗਿਆ ਜੀ ਮੇਰੇ 'ਚ ਉਹ ਆ ਗਿਆ ਲੱਗਦਾ ਐਂ ਆ ਜਾਂਦੇ ਨੇ ਨਹੀਂ 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 ਕਦੇ ਵੀ ਨਹੀਂ ਹੋ ਸਕਦਾ ਕਦੇ ਵੀ ਬੜੀ ਵੱਡੀ ਪਾਵਰ ਆ ਜਿਹੜੇ ਮਾਪੁਰਸ਼ ਜਿੰਨੇ ਵੀ ਫਕੀਰ ਫਕੀਰ ਹੋਏ ਨੇ ਉਹ ਛੋਟੀ ਪਾਵਰ ਥੋੜੀ ਹੈ ਵੀ ਆਪਣੇ ਆਮ ਬੰਦੇ 'ਚ ਹੋ ਜਾਊ ਨਾ ਹਣਾ ਨੀ ਤੋਣਾ ਨੀ ਅਸੀਂ ਇਹ ਨਹੀਂ ਪਤਾ ਜਿਹੜੀ ਫਕੀਰੀ ਹੈ ਨਾ ਵਜ਼ੂ ਦੀ ਹੈ ਹਮ ਹਰਦਮ ਵਜ਼ੂ ਚ ਰਹਿਣਾ ਠੀਕ ਹੈ ਜਦੋਂ ਵਾਸ਼ਰੂਮ ਜਾਣਾ ਫੇਰ ਵਜ਼ੂ ਕਰਕੇ ਆਉਣਾ ਜੀ ਜਦੋਂ ਵੀ ਤੁਸੀਂ ਯਾਨੀ ਵਜ਼ੂ ਬਹੁਤ ਜ਼ਰੂਰੀ ਹੈ ਇਹਦੇ ਵਿੱਚ ਫਕੀਰੀ ਵਿੱਚ ਤੇ ਸਾਡੇ ਨੂੰ ਤਾਂ ਇਹ ਨਹੀਂ ਪਤਾ ਕਿ ਵਾਸ਼ਰੂਮ ਕਿੱਦਾਂ ਕਰਨਾ ਬੈਠ ਕੇ ਕਰਨਾ ਖੜ ਕੇ ਕਰਨਾ ਤੇ ਬਾਬਾ ਜੀ ਕਿੱਥੋਂ ਆ ਜਾਣਗੇ ਉਹਨਾਂ ਚ ਪਰ ਲੱਗਦਾ ਨਹੀਂ ਹੈਗਾ ਵੀ ਸਾਡੀ ਜਿਹੜੀ ਕਿਉਂਕਿ ਜਦੋਂ ਤੋਂ ਅਸੀਂ ਪੁਰਾਣੇ ਦੌਰ ਚ ਦੇਖਦੇ ਆ ਫਕੀਰ ਤਾਂ ਉਹ ਲੋਕਾਂ ਨੂੰ ਬੜਾ ਅਲੈਦਾ ਰਹਿੰਦੇ ਸੀ ਹੁਣ ਲੱਗਦਾ ਵੀ ਸਾਡੇ ਲੋਕੀਰੀ ਹੈ ਹੀ ਉਦੋਂ ਸੀ ਉਦੋਂ ਹੀ ਸੀ ਫਕੀਰੀ ਹੁਣ ਤਾਂ ਬਸ ਰੋਜ਼ਗਾਰ ਬਾਬਾ ਜੀ ਨੇ ਦਿੱਤਾ ਸਭ ਨੂੰ ਇਹ ਠੀਕ ਹੈ ਸਮਝਦੇ ਹੋ ਗੱਲ ਜਿਹੜੀ ਨਹੀਂ ਤੁਸੀਂ ਮੇਰੇ ਤਾਂ ਸਿਰ ਦਿੰਦੇ ਹੋ ਤੁਸੀਂ ਮੈਥੋਂ ਜ਼ਿਆਦਾ ਸਮਝਦੇ ਹੋ ਤੇ ਐਕਚੁਅਲੀ ਦੇ ਵਿੱਚ ਜਿਵੇਂ ਮੈਂ ਬੇਸਿਕਲੀ ਇਹ ਕਹਿਣਾ ਚਾਹੁੰਦਾ ਸੀਗਾ ਜੀ ਕਿ ਪੁਰਾਣੇ ਸਮੇਂ ਦੇ ਵਿੱਚ ਇੰਨਾ ਡੇਰਾਵਾਦ ਖੁੱਲ ਕੇ ਨਹੀਂ ਆਇਆ ਸੀ ਜਿਵੇਂ ਹੁਣ ਅਸੀਂ ਹਰ ਤੀਜੇ ਬੰਦੇ ਨੂੰ ਬਾਬਾ ਬਣਿਆ ਦੇਖਦੇ ਆਂ ਸਿਰਕਮਾਉਂਦਾ ਦੇਖਦੇ ਆਂ ਤੁਹਾਡੇ ਬਠਿੰਡੇ ਦੇ ਵਿੱਚ ਵੀ ਗੱਲ ਕਰੀਏ ਤਾਂ ਮੈਨੂੰ ਲੱਗਦੀ 65 ਤੋਂ 70 ਹੋਣਗੇ ਜਿਹੜੇ ਨਵੇਂ-ਨਵੇਂ ਬਣੇ ਨੇ ਨਹੀਂ 2250 ਕਹੋ ਤੁਸੀਂ ਘੱਟ ਕਹਤੇ ਠੀਕ ਹੈ ਇਦਾਂ ਹੀ ਹੈ ਮਾਹੌਲ ਪਹਿਲਾਂ ਨਹੀਂ ਸੀ ਪਹਿਲਾਂ ਪਤਾ ਹੀ ਨਹੀਂ ਸੀ ਲੋਕਾਂ ਨੂੰ ਹਮ ਹੁਣ ਤੁਸੀਂ ਦੇਖ ਲਓ 5-7 ਸਾਲਾਂ ਤੋਂ ਤਾਂ ਉੱਪਰ ਕੀ ਆ ਰਿਹਾ ਸਾਰਾ ਠੀਕ ਹੈ ਹੈਗੇ ਨੇ ਡੇਰੇ ਜਿਹੜੇ ਪਾਵਰ ਵਾਲੇ ਨੇ ਉਹ ਵੀ ਹੈਗੇ ਨੇ ਪਰ ਜਿਹੜੇ ਜਾਲੀ ਆ ਗਏ ਉਹਨਾਂ ਨੇ ਖਰਾਬ ਕਰਤਾ ਸਾਰੇ ਗਾਣੇ ਨੂੰ ਵੀ ਖਰਾਬ ਕਰਤਾ ਡੇਰਿਆਂ ਨੂੰ ਵੀ ਖਰਾਬ ਕਰਤਾ ਠੀਕ ਹੈ ਠੀਕ ਜਾਲੀ ਪਰ ਲੋਕ ਕਹਿੰਦੇ ਵੀ ਲਵਜੀਤ ਨੇ ਕਿਸੇ ਬਾਬੇ ਨੂੰ ਪਾਸਪੋਰਟ ਨਹੀਂ ਦਿੱਤਾ ਨਹੀਂ 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 अच्छा कृपा। ਮੈਂ ਇਦਾਂ ਹੀ ਲੱਗ ਜੇ ਵੀ ਜਾ। ਇਦਾਂ ਹੀ ਲੱਗ ਜਾਣਾ। ਅੱਛਾ ਗਏ ਉਹ ਮਤਲਬ ਬਾਹਰ ਮੂਰਦਾ ਬਣਾਇਆ ਕਦੇ ਪ੍ਰੋਗਰਾਮ ਜਾਂ ਨਹੀਂ ਕੈਨਸਲ ਕਰ ਦਿੰਨੇ ਹਾਂ। ਤੁਹਾਡੇ ਬਾਰੇ ਇਹ ਕਹਿੰਦੇ ਵੀ ਜਾਜ ਚੜਦਾ ਚੜਦਾ ਮੋੜ ਆਉਂਦਾ ਵੀ ਉਹਨੂੰ ਪ੍ਰੋਗਰਾਮ। ਮੈਂ ਪਹਿਲਾਂ ਸੱਚੀ ਵਿੱਚ ਡਰਦਾ ਸੀ ਜਾਜ ਤੋਂ। ਅੱਛਾ ਜੀ। ਮੇਰੇ ਬੜੇ ਸ਼ੋਅ ਨੇ ਬਾਹਰਲੇ ਜਿਹੜੇ ਕੈਨਸਲ ਹੋਏ ਆ। ਹਾਂਜੀ। ਫਿਰ ਮੇਰੇ ਭਤੀਜੇ ਨੇ ਅਲੀ ਬ੍ਰਦਰਸ ਹਾਂਜੀ। ਹਾਂਜੀ। ਮੈਂ ਉਹਨਾਂ ਨੂੰ ਕਿਹਾ ਯਾਰ ਮੈਨੂੰ ਡਰ ਲੱਗਦਾ ਜਾਜ ਤੇ ਜ਼ਰੂਰ ਚੜਾਓ। ਅੱਛਾ। ਫਿਰ ਸਾਡਾ ਸ਼ੋਅ ਸੀ ਕੋਚੀ। ਠੀਕ ਹੈ ਜੀ ਅਲੀ ਬਰਾਦਰ ਜੀ ਉਹਨਾਂ ਨਾਲ ਗਿਆ ਫਿਰ ਮੈਂ ਪਹਿਲੇ ਦਿਨ 4000 ਜਹਾਜ਼ ਤੇ ਚੜਿਆ ਠੀਕ ਹੈ ਜੀ ਫਿਰ ਮੈਂ ਹਾਂ ਹੁਣ ਤਾਂ ਜਿੱਥੇ ਮਰਜ਼ੀ ਲੈ ਜਾਓ ਮੈਨੂੰ ਕੋਈ ਚੱਕਰ ਨਹੀਂ ਅੱਛਾ ਕਿਵੇਂ ਦੇ ਲੱਗਿਆ ਜਹਾਜ਼ ਚ ਵੀ ਪਹਿਲਾਂ ਤਾਂ ਜਿਵੇਂ ਹੁੰਦਾ ਡਰ ਵੀ ਆਇਆ ਨਾ ਉਹ ਜੇ ਫਿਰ ਮੈਂ ਜਮਾ ਲਾਸਟ ਤੇ ਸੀ ਮੂਰੇ ਦੁਨੀਆ ਬੈਠੀ ਮੈਂ ਕਿਹਾ ਯਾਰ ਮੈਂ ਕੱਲਾ ਥੋੜਾ ਜਿਹੀ ਕੁਝ ਹੋ ਵੀ ਇੰਨੇ ਜਣੇ ਨਾਲ ਆ ਮੇਰੇ ਅੱਛਾ ਤਾਂ ਇਦਾਂ ਹੀ ਦੇਖ ਕੇ ਮੈਂ ਫਿਰ ਸਫ਼ਰ ਕੀਤਾ ਅੱਛਾ ਜਿਹੜਾ ਵਡਾਲੀ ਸਾਹਿਬ ਨੇ ਉਹਨਾਂ ਦੇ ਉਹ ਕਈ ਨਾ ਕਈ ਹਾਸੇ ਵਾਲੇ ਕਿੱਸੇ ਜੋੜ ਲੈਂਦੇ ਨੇ ਅੱਛਾ ਤੁਹਾਡੇ ਨਾਲ ਜ਼ਿੰਦਗੀ ਦੇ ਵਿੱਚ ਕਈ ਜਿਹੜੀ ਓਦਾਂ ਜ਼ਿੰਦਗੀ ਚ ਕੁਛ ਨਾ ਕੁਛ ਵਾਪਰਦਾ ਰਹਿੰਦਾ ਕਲਾਕਾਰ ਆਬਜ਼ਰਵ ਬਹੁਤ ਕਰਦਾ ਤੁਹਾਡੇ ਨਾਲ ਕੋਈ ਫਨੀ ਕਿੱਸੇ ਵੀ ਵਾਪਰਦੇ ਨੇ ਸਟੇਜਾਂ ਤੇ ਵੀ ਕੋਈ ਬੰਦਾ ਉਹੀ ਆ ਜਾਂਦੇ ਉਹਦਾ ਕੋਈ ਫਨੀ ਬੜੇ 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 ਸਾਡਾ ਇੱਕ ਵਾਰੀ ਦੁੱਧ ਦੇ ਦੋਤਾ ਕਹਾਣੀ ਸ਼ੋਹ ਹਾਂਜੀ ਘਰ ਦੇ ਵਿੱਚ ਹੀ ਪ੍ਰੋਗਰਾਮ ਤੇ ਵਿਆਹ ਵਾਲੇ ਮੁੰਡੇ ਦੇ ਡੈਡੀ ਆ ਗਏ ਠੀਕ ਹੈ ਉਹਨਾਂ ਨੇ ਛੱਟੀ ਚੱਕੀ ਜਿਹੜੀ ਸਮਝਦੇ ਹੋ ਹਾਂਜੀ ਹਾਂਜੀ ਅੱਗ ਲਾਉਣੇ ਜੀ ਉਹਨੂੰ ਮੂੰਹੋਂ ਪਾੜ ਕੇ ਤੇ 50 ਰੁਪਏ ਟੰਕ ਕੇ ਗਾਉਣ ਵਾਲੀ ਕੁੜੀ ਦੇ ਨੱਕ 'ਚ ਪਾ ਰਹੇ ਆ ਜੀ ਇਹ ਕੌਣ ਆ ਜੀ ਇਹ ਵਿਆਹ ਵਾਲੇ ਮੁੰਡੇ ਦੇ ਡੈਡੀ ਆ ਜੀ ਕਿਆ ਬਾਤ ਆ ਜੀ ਬੜਾ ਗੰਫਣੀ ਬਹੁਤ ਅੱਛਾ ਇੱਕ ਅੱਧੀ ਹੋਰ ਸੁਣਾਓ ਏਦਾਂ ਦੀ ਜਦ ਨੱਕ 'ਚ ਪਾਉਣ ਵਾਲੀ ਗੱਲ ਆ ਤੋ ਫਿਰ ਕੁੜੀ ਨੇ ਨਹੀਂ ਅੱਗੋਂ ਛੱਟੀ ਮਾਰੀ ਛੱਤੀ ਉਹਨੇ ਤਾਂ ਨਹੀਂ ਮੇਰੇ ਬ੍ਰਦਰ ਨੇ ਮਾਰੀ ਫਿਰ ਬਾਈ ਜੱਗੇ ਨੇ ਅੱਛਾ ਉਹ ਕਹਿੰਦੇ ਇਹ ਕਹੌਣਾ ਕਹਿੰਦੇ ਤਾਂ ਪਿਓ ਉਹ ਮੁੜ ਕੇ ਅਸੀਂ ਡਰ ਗਏ ਵੀ ਯਾਰ ਕਿਤੇ ਕੋਈ ਪ੍ਰੋਬਲਮ ਨਾ ਹੋ ਜਾਵੇ ਵੀ ਪ੍ਰੋਗਰਾਮ ਵੀ ਇਹਨਾਂ ਦੇ ਕਰ ਰਹੀ ਤੇ ਇਹ ਨਾ ਹੋਵੇ ਕਿ ਨੱਕ ਚ ਪਾਉਣ ਵਾਲੀ ਰਹਿ ਗਏ ਕੱਲੋਂ ਨਹੀਂ ਮਿਲੇ ਜਿਹੜੇ ਰੱਖ ਬੜੀ ਦੀ ਨੇਚਰ ਪਹਿਲੇ ਦਿਨੋਂ ਮੈਥੋਂ ਵੱਡੇ ਦੀ ਉਹ ਉਹ ਨਹੀਂ ਚੱਲਦੇ ਸੀ ਇੱਕ ਵਾਰੀ ਸ਼ੋਅ ਸਾਡਾ ਉਹ ਵੀ ਕਰੀ ਅੱਛਾ ਮੇਰੀ ਆਤਮਾ ਉਹਦਾ ਕੋਟ ਪੈਂਟ ਪਾਉਂਦਾ ਵੀ ਜਦੋਂ ਗਾ ਬਜਾ ਲਿਆ ਕੁਰਤਾ ਜਦਰਾ ਲਾਇਆ ਤੇ ਕੋਟ ਪੈਂਟ ਟਾਈ ਲਾ ਲਈ ਇਦਾਂ ਮੈਂ ਟਾਈ ਲਾਈ ਹੋਈ ਤੇ ਮੈਨੂੰ ਕਿਸੇ ਨੇ ਫਰਮਾਇਸ਼ ਇਦਾਂ ਟਾਈ ਫੜ ਕੇ ਕਰਤੀ ਮੈਂ ਨ ਠੀਕ ਹੈ ਜੀ ਤੇ ਬਾਈ ਭਾਈ ਜਦੋਂ ਉਹਦੇ ਮਾਰਿਆ ਤੇ ਪੁੱਛਿਆ ਕਹਿੰਦੇ ਇਹ ਪੁਰਾਣਾ ਵੀ ਵਿਆਹ ਵਾਲੇ ਮੁੰਡੇ ਦਾ ਜੀਜਾ ਠੀਕ ਹੈ ਜੀ ਹੁਣ ਤੁਸੀਂ ਹਿਸਾਬ ਲਾ ਲਓ ਫਿਰ ਘਰੇ ਪ੍ਰੋਗਰਾਮ ਹੋਵੇ ਇੱਥੇ ਉਹਦੇ ਅਸਲਾ ਟੰਗਿਆ ਹੋਇਆ ਤੇ ਬਾਈ ਨੇ ਮਾਰਿਆ ਖਿੱਚ ਕੇ ਤੇ ਪਰ ਐਨਾ ਸੀ ਵੀ ਸੱਚ ਉਹਦੋਂ ਸੱਚਾਈ ਦੀ ਕਦਰ ਸੀ ਉਹਨ ਟਾਈਮਾਂ 'ਚ ਠੀਕ ਹੈ ਅੱਛਾ ਉਹਦੋਂ ਤਾਂ ਜਿੱਦਾਂ ਤੁਹਾਡੇ ਘਰਾਣੇ ਦੀ ਗੱਲ ਕਰੀ ਤਾਂ ਉਹਦੋਂ ਮਾਨਕ ਸਿੰਘ ਸਾਹਿਬ ਵੀ ਬਹੁਤ ਅੜਬ ਹੋ ਜਾਂਦੇ ਸੀ ਹਾਂ ਉਹ ਉਹਨਾਂ ਨੇ ਅੜਬ ਹੀ ਰਏ ਸਾਰੀ ਜ਼ਿੰਦਗੀ ਹਾਂਜੀ ਔਰ ਦੁਨੀਆ ਨੂੰ ਦੱਸਿਆ ਕਿ ਮੈਂ ਕੁਲਦੀਪ ਮਾਨ ਦਾ ਠੀਕ ਹੈ ਹਾਂ ਬਿਲਕੁਲ ਜਿਵੇਂ ਤੁਸੀਂ ਲੱਗਦਾ ਨਹੀਂ ਹੈਗਾ ਵੀ ਜਿਹਦੇ ਕੋਲੇ ਗਾਣਾ ਮਿਲ ਲੱਗਦੀ ਉਹਨੂੰ ਚਾਪਲੂਸੀਆਂ ਦੀ ਲੋੜ ਵੀ ਨਹੀਂ ਨਹੀਂ ਕੋਈ ਲੋੜ ਨਹੀਂ ਤੁਸੀਂ ਆਪਦੇ ਯਕੀਨ ਤੇ ਅਕੀਦੇ ਤੇ ਤੁਰੇ ਜਾਓ ਤੁਹਾਨੂੰ ਮਿਲੂਗਾ ਜੋ ਮੈਂ ਇੱਕ ਗੱਲ ਤੇ ਯਕੀਨ ਕਰਦਾ ਜੇ ਤੁਹਾਨੂੰ ਚੁੰਝ ਦਿੱਤੀ ਹੈ ਤੇ ਤੁਹਾਨੂੰ ਖਾਨ ਨੂੰ ਜ਼ਰੂਰ ਦੇਵਾਂਗਾ ਠੀਕ ਗਰੀਬੀ ਮੇਰੀ ਹੋਰ ਗੱਲ ਹੈ ਇੱਕ ਪਰ ਭੁੱਖਾ ਨਹੀਂ ਰਹਿਣ ਹੁੰਦਾ ਬੜੀ-ਬੜੀ ਦੇ ਨਾਲ ਠੀਕ ਹੈ ਜੀ ਅੱਛਾ ਥੋੜ੍ਹ ਵੀ ਮੇਰੇ ਮੇਰੇ ਮਨ ਦੇ ਵਿੱਚ ਅੱਜ ਤੁਹਾਡਾ ਲਾਹਾ ਲੈਣ ਦਾ ਮਨ ਤੇ ਜਿਵੇਂ ਜਿਵੇਂ ਅੱਜ ਕੱਲ ਅਸੀਂ ਕਲਾਕਾਰਾਂ ਨੂੰ ਦੇਖਦੇ ਆ ਵਿੱਚ ਇੱਕ ਕਲਾਕਾਰ ਉਹ ਤੁਹਾਡੇ ਹੀ ਘਰਾਣੇ ਦਾ ਮੁੰਡਾ ਤੇ ਉਹਦੀ ਇੱਕ ਵੀਡੀਓ ਬੜੀ ਵਾਇਰਲ ਹੋਰੀ ਵੀ ਉਹਨੂੰ ਪੰਜ ਸੱਤ ਬੌਂਸਰਾਂ ਨੇ ਲਕੋਲ ਕੋ ਕੇ ਲੈ ਜਾ ਰਹੇ ਆ ਤੇ ਇੱਕ ਬੰਦੇ ਦਾ ਕਹਿਣਾ ਸੀਗਾ ਕਹਿੰਦਾ ਯਾਰ ਇਹਨੂੰ ਬੋਰੀ ਚ ਹੀ ਪਾ ਲਿਓਂਦੇ ਇੰਨੀ ਲਕੋਣ ਦੇ ਨਾਲ ਲੱਗਦਾ ਵੀ ਮੈਂ ਜਿੰਨੇ ਵੀ ਕਲਾਕਾਰਾਂ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੂੰ ਕਿ ਬੌਂਸਰ ਕਾਦੇ ਲਈ ਲੈ ਕੇ ਜਾਂਦੇ ਹੋ ਤੁਸੀਂ ਜਿਹੜੀ ਦੁਨੀਆ ਤੁਹਾਨੂੰ ਮੁਹੱਬਤ ਕਰਦੀ ਹੈ ਜਿਹਨੇ ਤੁਹਾਨੂੰ ਚਲਾਇਆ ਜਿਹਦੇ ਕਰਕੇ ਤੁਹਾਨੂੰ ਸੁਣ ਰਿਹਾ ਉਹ ਲੋਗਾਂ ਨੇ ਤੁਹਾਨੂੰ ਕਬੂਲ ਕੀਤਾ ਹੋਇਆ ਜਿਹੜੇ ਲੋਗਾਂ ਨੂੰ ਧੱਕੇ ਮਾਰਦੇ ਤੇ ਇਹ ਧੱਕੇ ਨਹੀਂ ਚਾਹੀਦੇ ਤੁਹਾਨੂੰ ਸਪੌਂਸਰ ਦੀ ਲੋੜ ਹੀ ਨਹੀਂ ਇਹ ਗਲਤ ਕੰਮ ਅੱਛਾ ਤੁਸੀਂ ਨਹੀਂ ਲੱਜਾਂਦੇ ਨਹੀਂ ਠੀਕ ਹੈ ਮੈਂ ਤਾਂ ਇਸ ਗੱਲ ਤੋਂ ਨਹੀਂ ਜੇ ਕੋਈ ਪਿੱਛੇ ਝੱਗਾ ਖਿੱਚ ਲਗਾਉਂਦੇ ਗਾਉਂਦੇ ਕੋਈ ਚੱਕਰ ਨਹੀਂ ਉਹਦੀ ਰਜਾ ਹੋ ਖਿੱਚ ਲੈ ਠੀਕ ਹੈ ਕਿਸੇ ਨੂੰ ਉਦਾਂ ਨਹੀਂ ਕਿਸੇ ਇਹ ਦਿਲ ਤੋੜਨ ਵਾਲੀ ਗੱਲ ਇਹ ਲੋਗਾਂ ਨੂੰ ਪਤਾ ਹੀ ਨਹੀਂ ਗਾਣਾ ਹੈ ਕੀ ਅੱਛਾ ਜੀ ਅਸਲ ਗੱਲ ਇਹ ਹੈ ਏ ਆਪ ਦਾ ਦਿਖਾਵਾ ਕਰ ਰਿਹਾ ਗਾਣਾ ਨਹੀਂ ਗਾ ਰਿਹਾ ਠੀਕ ਹੈ ਜੀ ਤੁਸੀਂ ਕੰਮ ਕਰੋ ਆਪ ਦਾ ਯਕੀਨ ਨਾਲ ਤੁਹਾਨੂੰ ਲੋੜ ਹੀ ਨਹੀਂ ਤੁਸੀਂ ਸਪான்ਸਰ ਦੀ ਜਾਂ ਕਿਸੇ ਹੋਰ ਦੀ ਇਹ ਤਾਂ ਹੁਣ ਤਾਂ ਮੈਂ ਤੁਹਾਡੇ ਲਈ ਗੱਲ ਹੀ ਹੈ 30 ਤੀ ਸਪான்ਸਰ ਵੀ ਰੱਖਦੇ ਹਮ ਉਹਨੇ ਸਾਜੀ ਨਹੀਂ ਹੁੰਦੇ ਜਿੰਨੇ ਸਪான்ਸਰ ਹੁੰਦੇ ਠੀਕ ਹੈ ਜੀ ਇਹ ਚੱਲ ਰਿਹਾ ਜੀ ਅੱਛਾ ਜਿਵੇਂ ਤੁਸੀਂ ਤਾਂ ਸੂਫੀ ਗਾਉਂਦੇ ਸੀ ਜਾਂ ਇਦਾਂ ਦਾ ਗਾਉਂਦੇ ਸੀ ਫਿਰ ਸੂਫੀ ਤਾਂ ਵੈਸੇ ਮੈਂ ਹੁਣ ਸ਼ੁਰੂ ਕੀਤਾ 6 ਸਾਲ ਤੋਂ ਅੱਛਾ ਪਹਿਲਾਂ ਤਾਂ ਇੰਜ ਸੀਗਾ ਆਪਣਾ ਵਿਆਹ ਵਾਲਾ ਵਿਆਹ ਵਾਲਾ ਅੱਛਾ ਉਦੋਂ ਜੋੜੀ ਬਣਾ ਕੇ ਵੀ ਗਾਇਆ ਹਾਂ ਡਿਊਟ ਡਿਊਟੀ ਚੱਲਦੇ ਸੀ ਤੁਹਾਨੂੰ ਪਤਾ ਬਠਿੰਡਾ ਏਰੀਆ ਫਿਰ ਅੱਛਾ ਵੀ ਪਹਿਲਾਂ ਜਦੋਂ ਬੁੱਕ ਕਰਨਾ ਉਹਦੇ ਕੁੜੀ ਆਉਗੀ ਜੀ ਕਿਹੜੀ ਕੁੜੀ ਆ ਰਹੀ ਐ ਇਦਾਂ 10 ਸائیں ਸੀ ਅੱਛਾ ਕੀਤਾ ਹਾਂ ਡਿਊਟ ਬੜਾ ਅੱਛਾ ਉਹ ਦੌਰ ਦੇ ਵਿੱਚ ਇੱਕ ਦੁਕਾਨਿਆਂ ਦੇ ਵਿੱਚ ਦੁਆਰਥੀ ਗਾਣੇ ਵੀ ਚੱਲੇ ਬਿਲਕੁਲ ਉਸ ਦੌਰ ਦੇ ਵਿੱਚ ਕਈ ਕਲਾਕਾਰ ਇਹੋ ਜਿਹੇ ਵੀ ਸੀਗੇ ਜਿਹੜੇ ਕਹਿੰਦੇ ਸੀ ਜਿਹੜੀ ਅਸੀਂ ਗੱਡੀ ਲੈਨੇ ਆ ਉਹ ਮੰਤਰੀ ਕੋਲੇ ਹੁੰਦੀ ਆਜੋ ਮੇਰੇ ਨਾਲ ਦੀ ਗਾਰ ਦੇ ਨੌਕਰੀ ਕਰਦੇ ਨੇ ਲੱਗਦਾ ਵੀ ਮਾੜੇ ਗਾਣੇ ਨੂੰ ਕਿਤੇ ਨਾ ਕਿਤੇ ਮਾਰ ਪੈਣੀ ਪੈਣੀ ਆ ਬਸ ਮੈਂ ਕਹਿੰਦਾ ਵੀ ਲਖਤ ਦਾ ਰੌਲਾ ਇਹ ਹੂੰ ਇਹ ਵੀ ਦੇਖੋ ਕੈਸੀ ਗੱਲ ਆ ਏਦਾਂ ਅੱਪ ਕਰਕੇ ਜਮਾ ਹੀ ਉੱਥੇ ਇਹ ਜਦੋਂ ਅਸੀਂ ਰੱਬ ਨੂੰ ਤੱਬ ਦੱਸਦੇ ਆ ਨਾ ਉਦੋਂ ਪੀੜਾ ਪੈਂਦੀ ਹੈ ਅਸੀਂ ਲੋਕ ਇਹੋ ਜਿਹੇ ਮਾੜਾ ਜਿਹਾ ਸਾਡਾ ਕੰਮ ਚੱਲ ਗਿਆ ਪੈਸੇ ਆ ਗਏ ਅੱਛੀ ਗੱਡੀ ਆ ਗਈ ਅਸੀਂ ਰੱਬ ਨੂੰ ਹੀ ਭੁੱਲ ਜਾਂਦੇ ਜੀਨੇ ਦਿੱਤਾ ਉਹਨੂੰ ਯਾਦ ਰੱਖਣਾ ਉਹਦਾ ਸ਼ੁਕਰ ਕਰਨਾ ਬਹੁਤ ਜ਼ਰੂਰੀ ਹੈ ਜੀਨੇ ਸਾਨੂੰ ਜ਼ਿੰਦਗੀ ਦਿੱਤੀ ਹੈ ਸਭ ਤੋਂ ਪਹਿਲਾਂ ਤਾਂ ਅਸੀਂ ਜੁਨੀ ਚ ਆਏ ਐ ਇਤੋਂ ਵੱਡੀ ਗੱਲ ਹੈ ਹੀ ਨਹੀਂ ਕੋਈ ਤੇ ਅਸੀਂ ਲੋਕ ਇਹ ਆ ਮਤਲਬ ਵੀ ਲੋਗ ਆ ਸੀ ਮਤਲਬਲੀ ਰੱਬ ਨੂੰ ਯਾਦ ਕਰਨਾ ਜਦੋਂ ਕੋਈ ਮਤਲਬ ਭੀੜ ਪੈ ਗਈ ਅਸੀਂ ਯਾਦ ਰੱਖਣ ਵਾਲੇ ਹੈ ਹੀ ਨਹੀਂ ਬੰਦੇ ਰੱਬ ਨੂੰ ਤੇ ਭੀੜਾਂ ਵੀ ਤਾਂ ਹੀ ਪੈਂਦੀਆਂ ਸਾਡੇ ਤੇ ਠੀਕ ਹੈ ਇਹ ਨਾ ਯਾਦ ਕਰਨ ਕਰਕੇ ਪੈਂਦੀਆਂ ਠੀਕ ਹੈ ਅੱਛਾ ਤੁਸੀਂ ਫਿਰ ਆਪਦਾ عقیدہ ਰੱਖਿਆ ਵੀ ਸਾਡੇ ਜਿੱਥੇ ਲੱਗੀ ਤੇ ਲੱਗੀ ਲੱਗੀ ਰਹਿੰਦੀ ਉਹੀ ਹੈ ਪੱਕਾ ਬੜੇ ਬੜੇ ਤਾਨੇ ਚ ਲੇਵੇਂ ਇਹਨੇ ਕਿ ਕੁਝ ਨਹੀਂ ਬਣਾਇਆ ਇਹਨੇ ਐਂ ਕਰਤਾ ਤੇ ਮੈਨੂੰ ਵੀ ਰਿਤ ਯਕੀਨ ਸੀ ਮੈਂ ਮੈਂ ਤਾਂ ਮਾਰੀ ਹੁੰਦੀ ਆ ਆਪਦੇ ਮੇਰੇ ਪੀੜ ਤੇ ਮੇਰੇ ਬੜਾ ਯਕੀਨ ਸੀ ਮੈਨੂੰ ਵੀ ਮੈਂ ਇਦਾਂ ਨਹੀਂ ਹੋਊਗਾ ਹੁਣ ਉਹ ਹੀ ਹੈ ਲਵਜੀਤ ਵਧੀਆ ਡਰਿੰਕ ਵੀ ਛੱਡੀ ਹੋਈ ਹੈ ਹੁਣ ਰੱਬ ਤੇ ਹੀ ਛੱਡਿਆ ਕਿ ਤੇਰਾ ਹੀ ਪੁੱਤ ਆ ਉਹਨੂੰ ਤੂੰ ਤੁਸੀਂ ਬੁਲਾਉਣਾ ਠੀਕ ਹੈ ਬਸ ਜ਼ਿੰਦਗੀ ਹੋਰ ਮੋੜ ਤੇ ਲੈਂਦੀ ਹੈ ਅੱਛਾ ਜਿਵੇਂ ਹੁਣ ਵੀ ਤੁਸੀਂ ਆਪਣੇ ਨਾਲ ਸਟੂਡੈਂਟ ਪਾਲਦੇ ਆਂ ਕਈ ਸਟੂਡੈਂਟ ਤੁਹਾਡੇ ਇਹੋ ਜਿਹੇ ਮਤਲਬ ਚਰਚਾ ਦੇ ਵਿੱਚ ਆਏ ਜਿਨ੍ਹਾਂ ਨੇ ਤੁਹਾਡਾ ਨਾਮ ਨਹੀਂ ਬੋਲਿਆ ਜਾਂ ਇਦਾਂ ਪਰ ਤੁਸੀਂ ਉਹ ਲਗਾਤਾਰ ਬੂਟੇ ਲਾ ਰਹੇ ਹੋ ਮਨ ਦੇ ਵਿੱਚ ਨਹੀਂ ਆਉਂਦਾ ਕਿ ਜਦੋਂ ਕੋਈ ਬੰਦਾ ਸੱਟ ਮਾਰ ਜਾਂਦਾ ਦੁਸ਼ਮਣ ਵੀ ਨਾ ਮਾਰਨ ਜੋ ਸੱਟ ਮਾਰੀ ਸੱਜਣਾ ਇਹ ਦਰਅਸਲ ਰੋਲਾ ਪਤਾ ਕਿ ਜਿਹੜਾ ਉਹ ਰੋਲਾ ਪਿਆ ਤੁਸੀਂ ਸਣੀ ਦੀ ਗੱਲ ਹੀ ਕਰ ਰਹੇ ਹੋ ਹਾਂਜੀ ਹਾਂਜੀ ਉਹ ਟੀਆਰਪੀ ਲਈ ਹੋਇਆ ਕੰਮ ਠੀਕ ਹੈ ਜੀ ਜਿੱਦਣ ਗਿਆ ਮੇਰੇ ਦੋਸਤ ਕੈਨੇਡਾ ਤੋਂ ਆਏ ਸੀਗੇ ਭਾਈ ਜਲਾਲ ਤੋਂ ਨੇ ਸਾਡੇ ਸਰਜੀਤ ਭਾਈ ਜਿੱਦਣ ਉਹਨਾਂ ਨੂੰ ਤੋਰਿਆ ਹੂੰ ਉਹਨਾਂ ਨੇ ਡਾਲਰ ਵੀ ਦੇ ਕੇ ਤੋਰਿਆ ਅੱਛਾ ਜੋ ਤੇ ਉੱਥੇ ਜਾ ਕੇ ਮੈਨੂੰ ਫੋਨ ਵੀ ਆਇਆ ਦੋ ਤਿੰਨ ਜਦੋਂ ਮੈਨੂੰ ਯਾਦਾਂ ਤੇਰੀਆਂ ਆਉਂਦੇ ਨੇ ਉਹ ਗਾਣੇ ਤੱਕ ਮੈਨੂੰ ਫੋਨ ਕੀਤਾ ਉਸਤਾਦ ਜੀ ਮੈਂ ਆ ਗਾ ਰਿਹਾ ਮੈਂ ਕਿਹਾ ਪੁੱਤ ਚੱਕ ਦਿਓ ਫੱਟੇ ਜਿੱਦਾਂ ਬੜਾ ਸਾਹ ਦਿੱਤਾ ਉਹ ਟੀਆਰਪ ਲਈ ਜਿਹੜੇ ਉੱਥੋਂ ਦੇ ਜੱਜ ਨੇ ਉਹਨਾਂ ਨੂੰ ਵੀ ਪਤਾ ਬਿਨਾ ਸਿੱਖੇ ਤੋਂ ਗਾਣਾ ਨਹੀਂ ਉਹਦਾ ਬਹੁਤ ਵੱਡੀ ਯੂਨੀਵਰਸਿਟੀ ਦਾ ਠੀਕ ਹੈ ਤੇ ਉਹਨਾਂ ਨੇ ਟੀਆਰਪ ਲਈ ਰੋਲਿੰਗ ਅਧੋਲ ਕਰਤੀ ਉਹਦੇ 'ਚ ਬਸ ਠੀਕ ਹੈ ਵੀ ਲੋਕ ਇਹਦੇ ਤੇ ਤਰਸ ਖਾਣੇ ਤਾਂ ਜੀ ਇਹਦਾ ਬੁਲਬਲੇ ਮੰਮੀ ਇਹਦੇ ਇੱਕ ਵਾਰੇ ਵੇਚਦੀ ਆ ਇਹ ਚੌਲ ਇਦਾਂ ਕੋਈ ਇਦਾਂ ਦਾ ਚੱਕਰ ਨਹੀਂ ਲਾਉਨੇ ਪਾਲਿਸ਼ ਕੀਤੀ ਜਿੰਦਗੀ 'ਚ ਮੇਰੇ ਨਾਲ 6 ਸਾਲ ਸ਼ੋਅ ਕੀਤੇ ਆ ਨੇ ਠੀਕ ਹੈ ਸਨੀ ਨੇ ਵੀਡੀਓ ਪੰਜਾਂ ਮੇਰੇ ਕੋਲ ਮੈਂ ਪੰਜਾਂ ਨਹੀਂ ਕਿਉਂਕਿ ਮੇਰਾ ਇਹ ਨਹੀਂ ਸੀਗਾ ਕਿ ਮੈਂ ਇਹਨੂੰ ਥੱਲੇ ਲਾਵਾਂ ਮੈਨੂੰ ਐਸੀ ਵੀ ਇਹਦਾ ਨਾਮ ਬਣੇ ਠੀਕ ਹੈ ਹਾਂ ਅੱਛਾ ਮੈਂ ਨਾ ਇੱਕ ਸਵਾਲ ਚਾਹਤ ਤੁਹਾਡੇ ਤੋਂ ਕਿਸੇ ਨੇ ਨਾਮ ਪੁੱਛਿਆ ਹੋਵੇ ਬਹੁਤ ਵਾਰੀ ਇਹ ਹੁੰਦਾ ਵੀ ਉਸਤਾਦ ਕਿਸੇ ਬੰਦੇ ਨੂੰ ਇਗਨੋਰ ਕਰਦਾ ਤਾਂ ਹੀ ਉਹਦੇ ਦਿਲ 'ਚ ਜਵਾਲਾ ਹੁੰਦੀ ਹੈ ਕਿ ਕਹਿੰਦਾ ਉਹ ਭੁੱਲ ਜਾਂਦਾ ਤੁਸੀਂ ਉਹਨੂੰ ਕਿਵੇਂ ਟਰੀਟ ਕੀਤਾ ਵੀ ਜਿੱਦਾਂ ਉਹਨੇ ਧੋਖਾ ਕੀਤਾ ਮੈਂ ਅੱਜ ਵੀ ਉਹਨੂੰ ਪਿਆਰ ਕਰਦਾ ਠੀਕ ਹੈ ਮੈਂ ਕਦੇ ਬਦਦਵਾ ਨਹੀਂ ਦਿੱਤੀ ਕੋਈ ਗੱਲ ਨਹੀਂ ਕਹੀ ਬੱਚੇ ਨਲਾਇਕ ਨਿਕਲ ਜਾਂਦੇ ਰਹਿੰਦੇ ਤਾਂ ਪੁੱਤੀ ਹੈ ਨਾ ਉਦਾਂ ਠੀਕ ਹੈ ਪਰ ਮੈਨੂੰ ਬੜਾ ਦੁੱਖ ਹੈ ਕਿ ਉਹਦਾ ਜਿੱਥੇ ਨਾਮ ਹੋਣਾ ਚਾਹੀਦਾ ਸੀ ਉਦੋਂ ਨਹੀਂ ਠੀਕ ਹੈ ਜੀ ਹੁਣ ਜਦਾਂ ਤੁਸੀਂ ਦੇਖ ਹੀ ਰਹੇ ਹੋ ਠੀਕ ਹੈ ਹੋਰ ਵੀ ਬਥੇਰੇ ਬਣ ਕੇ ਕਮਲ ਖਾਨ ਵੀ ਤਾਂ ਉੱਥੇ ਹੀ ਹੁਣ ਕਿੱਡੇ ਸ਼ੋਅ ਲਾ ਰਹੇ ਨੇ ਅੱਛਾ ਤੁਸੀਂ ਕੋਈ ਐਗਰੀਮੈਂਟ ਵੀ ਉਹਨਾਂ ਦੇ ਨਾਲ ਬੱਚਿਆਂ ਦੇ ਨਾਲ ਕਰਦੇ ਹੋ ਨਹੀਂ 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 ਬਿਲਕੁਲ ਨਹੀਂ ਕੋਈ ਮਤਲਬ ਲਿਖਤ ਪੜਤ ਨਹੀਂ ਅੱਛਾ ਜੇ ਕੋਈ ਮੰਨ ਕੇ ਚੱਲੋ ਮਤਲਬ ਜਿਦਦਾ ਅੱਜਕੱਲ ਕਈ ਵਾਰੀ ਨਾ ਲੋਕ ਸਟੂਡੈਂਟ ਸਿੱਖਣਾ ਆਉਂਦੇ ਨੇ ਉਹਨਾਂ ਨੇ ਬਹੁਤ ਸਾਰੇ ਆਪਣੇ ਉਸਤਾਦਾਂ ਤੇ ਲਾਏ ਇਲਜ਼ਾਮ ਵੀ ਲਾਏ ਕਿ ਇਹਨਾਂ ਨੇ ਸਾਨੂੰ ਫਾਈਨੈਂਸ਼ੀਅਲੀ ਤਾਂ ਕੀਤਾ ਜਾਂ ਕੁੜੀਆਂ ਨੇ ਹੋਰ ਸਾਭ ਦੇ ਲਾਏ ਫਿਰ ਤੁਸੀਂ ਆਪਣੇ ਆਪ ਦਾ ਦਾਇਰਾ ਕਿਵੇਂ ਸਟੂਡੈਂਟ ਤੇ ਜਿਹੜਾ ਟੀਚਰ ਵਾਲਾ ਵਰਕ ਕਰਾ ਰੱਖਿਆ ਹੋਇਆ ਇੱਕ ਤਾਂ ਮੇਰੀ ਨੈਚਰ ਹੈ ਜਦੋਂ ਕੋਈ ਮੇਰੇ ਕੋਲੇ ਰੋਪੇ ਵੀ ਅਸੀਂ ਤਾਂ ਜੀ ਇਦਾਂ ਗਰੀਬ ਐ ਇਦਾਂ ਦਾ ਕਹਿਣਾ ਵੀ ਤੂੰ ਸਿੱਖਣਾ ਸ਼ੁਰੂ ਕਰ ਜਿਵੇਂ ਤੈਨੂੰ ਅੱਛਾ ਲੱਗੇ ਉਦਾਂ ਕਰ ਲਈ ਪੁੱਤੇ ਇਦਾਂ ਕੰਮ ਹ ਹੁਣ ਸਣੀ ਵੀ 6 ਸਾਲ ਰਿਹਾ ਮੇਰੇ ਕੋਲੇ ਜੀ ਬੜੇ ਨੇ ਮੁਖਸਰ ਤੋਂ ਸਣੀ ਮੁੰਡਾ ਹੁਣ ਬੜਾ ਚੱਲ ਰਿਹਾ ਉਹਦੇ ਵਧੀਆ ਗਾਣੇ ਚੱਲ ਰਿਹਾ ਰਹਿਮਤ ਅਲੀ ਹਾਂਜੀ ਹਾਂਜੀ ਇਹ ਸਾਰੇ ਮੇਰੇ ਕੋਲ ਹੀ ਹੈ ਤੇ ਮੈਂ ਯਾਨੀ ਪੈਸੇ ਦਾ ਲਾਲਚ ਨਹੀਂ ਕੀਤਾ ਸਿਖਾਉਣ ਵਾਲੇ ਤੋਂ ਵੀ ਤੁਸੀਂ ਮੈਨੂੰ ਪੈਸੇ ਮੈਨੂੰ ਇਦਾਂ ਵੀ ਮੈਂ ਗਾਣਾ ਬੰਡਾਂ ਤੇ ਜਾਨੀ ਦੁਨੀਆ 'ਚ ਪਤਾ ਲੱਗੇ ਵੀ ਗਾਣਾ ਹੁੰਦਾ ਕੀ ਹੈ ਅੱਛਾ ਉਹਨਾਂ ਨੂੰ ਵੀ ਜਿਵੇਂ ਇੱਕ ਸੀਗੇ ਬੰਦੇ ਤਾਂ ਉਹਨਾਂ ਨੇ ਕਿਸੇ ਬੰਦੇ ਤੋਂ ਸਟੂਡੈਂਟ ਤੋਂ ਇਸ ਕਰਕੇ ਫੀਸ ਵੱਧ ਮੰਗ ਲਈ ਸੀ ਉਹ ਕਿਉਂਕਿ ਇਸ਼ਟ ਦਾ ਪਤਾ ਲੱਗ ਜਾਂਦਾ ਤੁਹਾਨੂੰ ਵੀ ਪਤਾ ਲੱਗ ਜਾਂਦਾ ਫਿਰ ਉਹਨੂੰ ਉਦਾਂ ਟਾਲ ਦਿੰਦੇ ਹੋ ਵੀ ਯਾਰ ਇਹ ਸਿੱਖਣ ਵਾਲਾ ਨਹੀਂ ਇਹ ਤਾਂ ਜੈਲ ਜੀ ਵਾਲਾ ਹੀ ਆ ਜਮਾ 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 ਜੈਦ ਗੱਲ ਉਹ ਤੋਂ ਫਿਰ ਪੈਸੇ ਵੱਧ ਮੰਗ ਲਈਦੇ ਅੱਛਾ ਜੀ ਹਾਂ ਕਈ ਇਦਾਂ ਦੇ ਦੇਵ ਹੀ ਦਿੰਦੇ ਆ ਆਉਣਾ ਵੀ ਪੰਜ ਦਿਨ ਮੁੜ ਕੇ ਫੋਨ ਬੰਦ ਕਿਧਰ ਜੀ ਉਹ ਤਾਂ ਕੈਨੇਡਾ ਚਲੇ ਗਏ ਇਦਾਂ ਦਾ ਸਿਸਟਮ ਚੱਲ ਰਿਹਾ ਅੱਜ ਠੀਕ ਮੈਂ ਮੈਂ ਜਿਹੜੀ ਗੱਲ ਤੁਹਾਡੇ ਤੋਂ ਪੁੱਛ ਰਿਆ ਸੀ ਕਿ ਤੁਹਾਡੇ ਕੋਲੇ ਫੀਮੇਲ ਸਟੂਡੈਂਟ ਵੀ ਆਉਂਦੀਆਂ ਨੇ ਤਾਂ ਉਹਨਾਂ ਨੂੰ ਇੱਕ ਆਪਣੇ ਮਤਲਬ ਉਹਨਾਂ ਨੂੰ ਤਰੀਕੇ ਨਾਲ ਸਿਖਾਉਣਾ ਇੱਕ ਰਿਸ਼ਤਾ ਵੀ ਬਰਕਰਾਰ ਰੱਖਣਾ ਉਹ ਫਿਰ ਭਾਈ ਜੀ ਤੁਸੀਂ ਕਿੱਦਾਂ ਰੱਖਦੇ ਹੋ ਮੇਰੀਆਂ ਧੀਏ ਨੇ ਜਿਹੜਾ ਕੋਈ ਇੰਨੀ ਆਸ ਲੈ ਕੇ ਆਵੇ ਕਿ ਮੈਂ ਬਾਬਲ ਦਾ ਬੇੜਾ ਹੀ ਹੁੰਦਾ ਜਿਹੜਾ ਗੁਰੂ ਆ ਪਿਓ ਹੁੰਦਾ ਮੇਰੀਆਂ ਧੀਆਂ ਨੇ ਜਿੰਨੀਆਂ ਵੀ ਜਿਹੜੀਆਂ ਸਿੱਖ ਕੇ ਗਈਆਂ ਨੇ ਜਾਂ ਹੁਣ ਵੀ ਆਉਂਦੀਆਂ ਨੇ ਬਾਕੀ ਮੇਰੇ ਘਰ ਦੇ ਉਸੂਲ ਬੜੇ ਘੈਂਟ ਤੁਸੀਂ ਤਾਂ ਗਈ ਹੋ ਬਿਲਕੁਲ ਬਿਲਕੁਲ ਇਹ ਨਹੀਂ ਹੈਗਾ ਕਿ ਮੈਂ ਕੁੜੀ ਨੂੰ ਅਲੱਗ ਸਿਖਾਉਣਾ ਮੁੰਡਿਆਂ ਨੂੰ ਅਲੱਗ ਇੱਕ ਥਾਂ ਭੈਣ ਭਰਾ ਵਾਂਗੂ ਸਾਰਿਆਂ ਨੂੰ ਇਕੱਠਿਆਂ ਨੂੰ ਬਿਠਾ ਕੇ ਕਰਦੇ ਆਂ ਠੀਕ ਹੈ ਜੀ ਅੱਛਾ ਮਾਹੌਲ ਬਣਿਆ ਹੋਇਆ ਕੋਈ ਅੱਛਾ ਜਿਵੇਂ ਬਹੁਤ ਤੁਹਾਡਾ ਜਦ ਤੁਸੀਂ ਗੱਲਾਂ ਕਰਦੇ ਹੋ ਹੱਥਾਂ ਛਾਪਾਂ ਛੱਲੇ ਵੀ ਨੇ ਤੇ ਨਾ ਨਹੀਂ ਲੱਗਦਾ ਵੀ ਕੋਈ ਬਾਬਾ ਲਵਜੀਤ ਜੀ ਰੱਖ ਲਈਏ ਕੋਈ ਏਦਾਂ ਏਦਾਂ ਤੁਹਾਨੂੰ ਅਸੀਂ ਵੀ ਕੋਈ ਬੁਲਾ ਲਿਆ ਕਰੀਏ ਇਹ ਵੀ ਪਤਾ ਕਿਉਂ ਇਹ ਕਿਸੇ ਬਾਬੇ ਨੇ ਨਹੀਂ ਪਾਈਏ ਵੈਸੇ ਤੇ ਤਾਂ ਕਰਕੇ ਪਾਈ ਹੋਈ ਹੈ ਨਹੀਂ ਤਾਂ ਮੈਂ ਮੈਨੂੰ ਸ਼ੌਂਕ ਘਟਾ ਅੱਛਾ ਪਹਿਲਾਂ ਬੜਾ ਪਾਇਆ ਮੈਂ ਚੱਲੇ ਚੱਲੇ ਆ ਉਹ ਤਾਂ ਫਿਰ ਸੋਣਾ ਹੀ ਪਾਉਂਦੇ ਹੁੰਦੇ ਸੀ ਕਲਾਕਾਰ ਅੱਛਾ ਜੀ ਫਿਰ ਅਸੀਂ ਇੱਕ ਵਾਰੀ ਦੀ ਗੱਲ ਯਾਦ ਆ ਮੇਰੇ ਹਰਭਜਨ ਮਾਨ ਸਾਹਿਬ ਅਸੀਂ ਵੋਟਾਂ 'ਚ ਗਏ ਸੀ ਇੱਥੇ ਰੰਪਰਾ ਫੂਲ ਕੋਲੇ ਠੀਕ ਹੈ ਜੀ ਬਾਈ ਨੇ ਕਿਹਾ ਸੀ ਹਰਭਜਨ ਮਾਨ ਸਾਹਿਬ ਨੇ ਕਹਿੰਦਾ ਯਾਰ ਸੋਣਾ ਨਾ ਪਾਇਆ ਕਰੋ ਬਠੰਡੇ ਵਾਲੇ ਬਹੁਤ ਪਾਉਂਦੇ ਹੋ ਤੁਸੀਂ ਫਿਰ ਸ਼ਾਇਦ ਉਦੋਂ ਹੀ ਲਾਤੇ ਸੀ ਸਾਰਿਆਂ ਨੇ ਬਾਈ ਬਲਕਾਰ ਨੇ ਠੀਕ ਹੈ ਧਰਮੇ ਨੇ ਇਦਾਂ ਸੀ ਸਿਸਟਮ ਅੱਛਾ ਜਿੱਦਾਂ ਹੁਣ ਬਲਕਾਰ ਬਾਈ ਐਮਐਲਏ ਬਣ ਕੇ ਤੁਸੀਂ ਨਹੀਂ ਕਦੇ ਫੋਨ ਤੇ ਕੋਈ ਕੰਮ ਕਰਾਇਆ ਉਹਨਾਂ ਤੋਂ बड़े अपना अपना फिर ठीक है उद्दा चाहिदा हक ਨਾਲ ਕਿ ਸਾਡੇ ਵੱਡੇ ਭਰਾ ਨੇ ਠੀਕ ਉਹ ਮਸਤ ਮੌਲਾ ਭਰਾ ਨੇ ਸਾਡੇ ਠੀਕ ਹੈ ਐਮਐਲਏ ਐਮਐਲਏ ਦੀ ਗੱਲ ਨਹੀਂ ਹੈਗੀ ਕੋਈ ਅੱਛਾ ਉਹ ਤਾਂ ਮਸਤ ਮੌਲਾ ਹੀ ਨੇ ਬਹੁਤ ਅੱਛੇ ਕੰਮ ਕਰ ਰਹੇ ਆ ਨਹੀਂ ਨਹੀਂ ਮੈਂ ਕਿਹਾ ਜਿੱਦਾਂ ਮਤਲਬ ਤੁਹਾਨੂੰ ਆਪਾਂ ਨੂੰ ਪਤਾ ਹੀ ਹੁੰਦਾ ਕਿ ਯਾਰ ਸਾਡਾ ਭਰਾ ਐਮਐਲਏ ਬਣ ਗਿਆ ਕਿਤੇ ਅੱਧੀ ਰਾਤ ਨੂੰ ਵੀ ਲਾ ਲਿਆ ਹਾਂ ਹਾਂ ਇਦਾਂ ਕੋਈ ਚੱਕਰ ਨਹੀਂ ਠੀਕ ਉਮੇ ਮੁਹੱਬਤ ਉਦਾਂ ਹੀ ਆ ਪਰ ਕਰਾਰੇ ਇਹ ਨਹੀਂ ਕਿ ਮੇਰੇ ਨਾਲ ਗੱਲ ਮੈਣਾ ਮੈਂ ਐਮਐਲਏ ਐ ਦੱਦ ਇਦਾਂ ਦਾ ਕੋਈ ਸਾਰੇ ਸਹੀ ਕਰਾਉਣੇ ਆ ਕਈ ਜਿਹੜੀ ਕੋਈ ਗਲਤ ਵਾਲਾ ਵੀ ਹੁੰਦਾ ਕਿ ਲਵਜੀਤ ਦੀ ਬਣਦੀ ਐ ਨਹੀਂ ਇਦਾਂ ਦਾ ਕਦਮ ਮੈਂ ਜ਼ਿੰਦਗੀ 'ਚ ਨਹੀਂ ਚੱਕਿਆ ਮੈਂ ਪਹਿਲਾਂ ਪੁੱਛਦਾ ਕਿਉਂਕਿ ਰੈਪੋ ਬਹੁਤ ਜ਼ਰੂਰੀ ਹੈ ਤੁਹਾਡੀ ਫਿਰ ਇਹਦੇ ਨਾਲ ਖਰਾਬੀ ਹੋ ਜਾਂਦੀ ਜੇ ਅਸੀਂ ਗਲਤ ਕੰਮ ਕਰਾਂਗੇ ਠੀਕ ਐ ਇਦਾਂ ਅੱਛਾ ਜਾਂਦੇ ਜਾਂਦੇ ਮੈਂ ਚਾਹਣਾ ਵੀ ਤੇਰੀ ਜੁਦਾਈ ਮੈਥੋਂ ਚੱਲ ਨਹੀਂ ਹੁੰਦੀ ਤੇਰੀ ਜੁਦਾਈ ਮੈਥੋਂ ਚੱਲ ਨਹੀਂ ਹੁੰਦੀ

ਡੀਆਂ ਹੀ ਸੋਚ ਆ ਜਾਵੇਂ ਤੇ ਮੈਥੋਂ ਗੱਲ ਨਹੀਂ ਹੁੰਦੀ ਹੈ ਆ ਜਾਵੇਂ ਤੇ ਮੈਥੋਂ ਗੱਲ ਨਹੀਂ ਨਹੀਂ ਹੁੰਦੀ ਮਾਇਆ ਇਸ਼ਕ ਹਕੀਕੀ ਹੋ ਜਾਵੇ ਇਸ਼ਕ ਹਕੀਕੀ ਵੇ ਹੱਡੀਆਂ ਹੁੰਦੀਆਂ ਫੇਰ ਖਾਲੀ ਨਹੀਂ ਹੁੰਦੀ ਇਸ਼ਕ ਹਕੀਕੀ ਜੇ ਹੋ ਜਾਵੇ ਹੱਡੀਆਂ ਹੁੰਦੀਆਂ ਉਹ ਫੇਰ ਖਾਲੀ ਨਹੀਂ ਹੁੰਦੀ ਮੁਸ਼ਕਲ ਦੇ ਹਲ ਨਹੀਂ 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 ਹੁੰਦੀ ਤੇਰੀ ਜੁਦਾਈ ਚੱਲ ਨਹੀਂ ਹਿੰਦੀ ਕੀ ਬਾਤ ਹੈ ਜੀ ਬਾ ਕਮਾਲ ਮਤਲਬ ਮੇਰੇ ਕੋਲ ਸ਼ਬਦ ਨਹੀਂ ਹੈਗੇ ਉਦਾਂ ਤੇ ਪਰ ਤੁਸੀਂ ਕਮਾਲ ਕਰਦੇ ਹੋ ਮਾਹੌਲ ਬਣਾਤਾ ਅੱਛਾ ਜੀ ਅੱਛਾ ਉਹਦਾ ਕੋਈ ਟੈਸਟ ਟੂਸਟ ਲੈਣੇ ਹੋ ਜਾਂ ਕਿਦਾਂ ਨਹੀਂ ਘਰੇ ਆਵੇ ਗੱਲ ਕਰੇ ਬਸ ਮੈਂ ਨਾ ਕਿ ਮੈਂ ਸਿੱਖਣਾ ਜੀ ਅੱਛਾ ਤੇ ਕੋਈ ਗੱਲ ਨਹੀਂ ਕੋਈ ਵਿਚਾਰਾ ਕੋਈ ਦੁਖੀ ਬਹੁਤ ਆਉਂਦੇ ਨੇ ਮੇਰੇ ਕੋਲ ਜਿਆਦਾ ਅੱਛਾ ਸਾਡੀ ਨਜ਼ਰ ਜੀ ਉੱਥੋਂ ਸਿੱਖਿਆ ਜੀ ਉੱਥੇ ਗੱਲ ਨਹੀਂ ਬਣੀ ਠੀਕ ਹੈ ਤੁਸੀਂ ਬਣਾਓ ਮਾਹ ਜੀ ਗੱਲ ਤਾਂ ਦੇਖੋ ਬਣਾਉਣੀਆਂ ਤੇਰੀ ਮਿਹਨਤ ਨੇ ਹੂੰ ਜਦ ਤੱਕ ਤੁਸੀਂ ਮਿਹਨਤ ਨਹੀਂ ਕਰਦੇ ਤੁਹਾਡੀ ਗੱਲ ਨਹੀਂ ਬਣਦੀ ਠੀਕ ਹੈ ਪਰ ਕਈ ਤੱਤੇ ਕਾਲੇ ਬਾਲੇ ਹੁੰਦੇ ਆ ਇੱਕ ਪਹਿਲਾਂ ਪਹਿਲਾਂ ਸਾਡੇ ਕੋਲੇ ਆਏ ਬਾਈ ਜੱਗਾ ਜੀ ਅਸੀਂ ਸਾਰੇ ਕਰਾਉਂਦੇ ਹੁੰਦੇ ਹਾਂ ਜੀ ਕਹਿੰਦਾ ਜੀ ਮੈਨੂੰ ਤਾਂ ਧਰਮਪ੍ਰੀਤ ਵਰਗਾ ਬਣਾਓ ਅੱਛਾ ਜੀ ਬਾਈ ਕਹਿੰਦਾ ਉਹਦੇ ਲੱਗੇ ਤਾਂ ਅਸੀਂ ਅਸੀਂ ਨਹੀਂ ਬਣੇ ਹਲੇ ਤੱਕ ਤੈਨੂੰ ਕਿੱਥੋਂ ਬਣਾ ਦੇ ਇਦਾਂ ਵੀ ਬਾਲੇ ਕਾਲੇ ਹੁੰਦੇ ਆ ਠੀਕ ਹੈ ਤੇ ਮਿਹਨਤ ਕਰਨੀ ਚਾਹੀਦੀ ਕੋਈ ਜਿਹੜੇ ਇਹ ਜਿਹੜੀ ਲਾਈਨ ਆ ਨਾ ਬੜੀ ਪਾਕ ਪਵਿੱਤਰ ਹਾਂਜੀ ਇਹ ਜਿਹੜਾ ਮਜ਼ਾਕ ਉਡਾ ਰਹੇ ਪਹਿਲਾਂ ਵੀ ਗੱਲ ਹੋਈ ਹੈ ਇਦਾਂ ਦਾ ਮਜ਼ਾਕ ਨਾ ਡਾਇਆ ਜਾਵੇ ਨਹੀਂ ਬਹੁਤ ਬੁਰਾ ਸਮਾਂ ਆਊਗਾ ਕਿਉਂਕਿ ਗਾਣੇ ਦਾ ਲੋਕਾਂ ਨੂੰ ਮਤਲਬ ਨਹੀਂ ਪਤਾ ਇਹ ਤਾਂ ਕਰ ਰਿਹਾ ਗਾਣਾ ਬੜੀ ਪਾਵਰ ਹੈ ਗਾਣਾ ਕੋਈ ਮਾਮੂਲੀ ਗੱਲ ਨਹੀਂ ਹੈਗੀ ਠੀਕ ਹੈ ਤੇ ਆਉਂਦਾ ਉਹਨੂੰ ਜਿਹਦੇ ਰੱਬ ਨੇੜੇ ਹੋਵੇ ਜਿਹਨੂੰ ਰੱਬ ਪਿਆਰ ਕਰਦਾ ਹੋਵੇ ਅੱਛਾ ਗਾਣਾ ਉਹੀ ਗਾ ਸਕਦਾ ਜਿਹੜੇ ਕਈ ਉੱਠਦੇ ਵੀ ਅੱਛਾ ਜਿਵੇਂ ਤੁਸੀਂ ਦੱਸਿਆ ਕਈ ਕਲਾਕਾਰ ਜਿਵੇਂ ਸੇਵਨ ਕਰਕੇ ਜਾਂ ਤੁਸੀਂ ਤੁਸੀਂ ਹੁਣ ਬਿਲਕੁਲ ਸਾਰੀਆਂ ਚੀਜ਼ਾਂ ਬਿਲਕੁਲ ਰਹਿਤ ਮੋਜ ਮੋਦੇਵਿਚ ਜਮਾ ਕਾਂਟ ਜੀ ਕੀ ਬਾਤ ਹੈ ਬਹੁਤ ਅੱਜ ਤੁਹਾਡੇ ਨਾਲ ਵਧੀਆ ਆਨੰਦ ਆਇਆ ਗੱਲ ਕਰਕੇ ਮਿਹਰਬਾਨੀ ਤੇ ਉਮੀਦ ਕਰਦੇ ਹਾਂ ਵੀ ਦਰਸ਼ਕਾਂ ਨੂੰ ਵੀ ਆਨੰਦ ਆਊਗਾ ਪੱਕਾ ਆਊਗਾ ਧੰਨਵਾਦ ਥੈਂਕ ਯੂ